है परमेश्वर की प्रेजेंस में मैं जानता हूं आत्मा में सब चीजें सेटल हो चुके और आपके टेस्ट मनीषोर यीशु मसीह के नाम में बैठ जाओ अपने शरीर में मेरा यह विश्वास है कि यह वर्ड सुनने के बाद आपकी मैरिड लाइफ सेम नहीं है तैयारो वचन सुनने के लिए नोट करने के लिए सबसे पहले हमें यह समझने की जरूरत है कि जितने हस्बैंड एंड वाइफ परमेश्वर ने आपको एक मकसद के लिए जोड़ा है आमीन बाइबल में लिखा आदम अकेला था और परमेश्वर ने हवा को बुलाया मिलाया उसको उसके बीच से बनाया और उसको जोड़ा हा या ना नीति वचन अठारह उसकी बाईस आयत पढ़ेंगे हम लिखा जिसने स्त्री ली उसने उत्तम पदार्थ पाया और यहोवा का अनुग्रह उस पर हुआ है इसका मतलब क्या है कि जिसने मैरिज की है परमेश्वर का अनुग्रह उस पर हुआ है क्योंकि मैरिज परमेश्वर की ओर से मैं एक बेस बनाने की कोशिश कर रहा हूँ ताकि वो जब हम वचन की गहराई में जाएं तो आपको समझ आ सके कि मैरिज जो है क्योंकि ऐसे ज़्यादातर टीवी देखते हैं आप ਲੋਕੀ ਕਹਿੰਦੇ ਆ ਕਿ ਬਹੁਤ ਸਾਰੀਆਂ ਬਾਲੀਵੁੱਡ ਪਿਕਚਰਸ ਅਦਾ ਦੀਆਂ ਜਦੋਂ ਆਪਾਂ ਉਹਨਾਂ ਪਿਕਚਰਸ ਨੂੰ ਦੇਖਦੇ ਆ ਸਾਨੂੰ ਐਦਾ ਲੱਗਦਾ ਕਿ ਮੈਰਿਜ ਕਰਵਾਣਾ ਮਤਲਬ ਫਸਣ ਵਾਲਾ ਕੰਮ ਹੈ ਮੇਰੀ ਸਮਝ ਆ ਰਹੀ ਗਲਤੀ ਕਿ ਨਹੀਂ ਪਰ ਬਾਈਬਲ ਚ ਕੀ ਲਿਖਿਆ ਸਭ ਤੋਂ ਪਹਿਲਾਂ ਸਕਸੈਸਫੁਲ ਹੋਣ ਦਾ ਇੱਕੋ ਹੀ ਕਾਰਨ ਹੈ ਕਿ ਜਦੋਂ ਅਸੀਂ ਉਹ ਚੀਜ਼ਾਂ ਦਿਮਾਗ ਦੇ ਵਿੱਚ ਭਰ ਲਾਂਗੇ ਜਿਹੜੀਆਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਤੇ ਫਿਰ ਅਸੀਂ ਸਕਸੈਸਫੁਲ ਹੋਵਾਂਗੇ ਚੰਗਿਆਈ ਕਿੱਦਾਂ ਮਿਲਦੀ ਹੈ ਆਪਾਂ ਨੂੰ ਜਦੋਂ ਅਸੀਂ ਬਿਲੀਵ ਕਰਦੇ ਆ ਕਿ ਉਹਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਹਾਂ ਐਨਾ ਨਹੀਂ ਤਾਂ ਕੀ ਇਦਾਂ ਲੱਗਦਾ ਕਿ ਆਪਾਂ ਇਸ ਟੀਵੀ ਤੋਂ ਇਸ ਕੈਂਸਰ ਤੋਂ ਇਸ ਬਿਮਾਰੀ ਤੋਂ ਇਸ ਪ੍ਰੋਬਲਮ ਤੋਂ ਆਜ਼ਾਦ ਹੋ ਜਾਾਂਗੇ ਯਾ ਸੌਲੀ ਕਦੀ ਬਾਹਰ ਆ ਜਾਏਗੀ ਯਾ ਕਦੀ ਇਦਾਂ ਦੀ ਚੰਗਿਆਈ ਸਾਡੇ ਜੀਵਨ ਚ ਹੋ ਜਾਏਗੀ ਲੱਗਦਾ ਕਦੀ ਇਦਾਂ ਨਹੀਂ ਲੱਗਦਾ ਲੱਗਦਾ ਕਿ ਨਹੀਂ ਲੱਗਦਾ ਨਹੀਂ ਲੱਗਦਾ ਸਰੀਰਿਕ ਅੱਖਾਂ ਦੇ ਨਾਲ ਨਹੀਂ ਲੱਗਦਾ ਕਿ ਚੰਗਾ ਹੋ ਜਾਊਗਾ ਲੇਕਿਨ ਜਦੋਂ ਚਰਚ ਆਂਦਾ ਬੰਦਾ ਔਰ ਸੁਣਦਾ ਕਿ ਪਰਮੇਸ਼ਵਰ ਦੇ ਕੋਡੇ ਖਾਨ ਦੇ ਨਾਲ ਮੈਂ ਚੰਗਾ ਹੋ ਚੁੱਕਾ ਹਾਂ ਉਹ ਚੰਗਾ ਹੁੰਦਾ ਕਿ ਨਹੀਂ ਹੁੰਦਾ ਫਿਰ ਹਾਂ ਚੰਗਾ ਹੁੰਦਾ ਕਿ ਨਹੀਂ ਹੁੰਦਾ ਉਹ ਇੱਕ ਗਰੀਬ ਆਸ਼ੀਸ਼ਿਤ ਹੁੰਦਾ ਕਿ ਨਹੀਂ ਹੁੰਦਾ ਇੱਕ ਨਸ਼ੇ ਵੇਚਣ ਵਾਲਾ ਇੱਕ ਇੱਕ ਡਰੱਗ ਵੇਚਣ ਵਾਲਾ ਇੱਕ ਕਾਤਿਲ ਇੱਕ ਇੱਕ ਭੈੜਾ ਪਾਪੀ ਬਦਲਦਾ ਕਿ ਨਹੀਂ ਬਦਲਦਾ ਤੇ ਉਦੋਂ ਬਦਲ ਸਕਦਾ ਸੀਗਾ ਲੇਕਿਨ ਉਹ ਬਦਲਦਾ ਕਿ ਨਹੀਂ ਕਿੱਦਾਂ ਬਦਲਦਾ ਉਹ ਜਦੋਂ ਅਸੀਂ ਵਚਨ ਦੇ ਵੱਲ ਆਪਣਾ ਧਿਆਨ ਲਗਾਣੇ ਆ ਜੋ ਵਚਨ ਪ੍ਰਚਾਰ ਕੀਤਾ ਜਾਂਦਾ ਅਸੀਂ ਉਹਦੇ ਉੱਤੇ ਜਦੋਂ ਚੱਲਦੇ ਆ ਫਿਰ ਉਹ ਚੇਂਜ ਹੁੰਦਾ ਹਾਂ ਜਾਂ ਨਾ ਉਸੇ ਤਰ੍ਹਾਂ ਦੇ ਨਾਲ ਜਦੋਂ ਅਸੀਂ ਆਪਣੀ ਮੈਰਿਡ ਲਾਈਫ ਪਰਮੇਸ਼ਵਰ ਨੇ ਜਦੋਂ ਤੁਹਾਨੂੰ ਮੈਰਿਜ ਤੜੀ ਕੀਤੀ ਬਾਈਬਲ ਦੱਸਦੀ ਹੈ ਕਿ ਜਿਸ ਤਰ੍ਹਾਂ ਹੋਲੀ ਸਪਿਰਿਟ ਤੁਹਾਡਾ ਹੈਲਪਰ ਹੈ ਉਸੀ ਤਰ੍ਹਾਂ ਤੁਹਾਡੀ ਵਾਈਫ ਤੁਹਾਡਾ ਕੀ ਹੈ ਹੈਲਪਰ ਤੁਸੀਂ ਇਸ ਦੁਨੀਆ ਦੇ ਵਿੱਚ ਵੱਡੇ ਵੱਡੇ ਸਕਸੈਸਫੁਲ ਵਿਅਕਤੀ ਦੇਖੋ ਜਿਨ੍ਹਾਂ ਦੇ ਨਾਲ ਵਾਈਵਜ਼ ਹੈਗੀਆਂ ਉਹ ਉਹ ਸਟ्रेस ਦੇ ਵਿੱਚ ਨਹੀਂ ਹੈ ਵਾਈਫ ਤੁਹਾਡੇ ਮੱッセ ਨੂੰ ਤੁਹਾਡੀ ਸਕਸੈਸ ਨੂੰ ਕੰਟਰੋਲ ਕਰਨ ਦੇ ਲਈ ਔਰ ਤੁਹਾਨੂੰ ਬLES ਕਰਨ ਦੇ ਲਈ ਤੁਹਾਡੀ ਲਾਈਫ ਦੇ ਵਿੱਚ ਆਂਦੀ ਹੈ ਇਹਦਾ ਮਤਲਬ ਕੀ ਹੈ ਕਿ ਅਗਰ ਪਰਮੇਸ਼ਵਰ ਨੇ ਕਿਹਾ ਕਿ ਜਿਸ ਨੇ ਇਸਤਰੀ ਵਿਹਾਈ ਉਸਨੇ ਉੱਤਮ ਪਦਾਰਥ ਪਾਇਆ ਔਰ ਯਹੋਵਾ ਦਾ ਅਨੁਗ੍ਰਹਿ ਉਸ 'ਤੇ ਹੋਇਆ ਹੈ ਕਿ ਪਰਮੇਸ਼ਵਰ ਨੇ ਅਗਰ ਤੁਹਾਨੂੰ ਮੈਰਿਡ ਲਾਈਫ ਦਿੱਤੀ ਹੈ ਜਾਂ ਉਹ ਦੇਣ ਵਾਲਾ ਹੈ ਤੇ ਇਹਦਾ ਇੱਕ ਮਕਸਦ ਹੈ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਜਿਹੜਾ ਉਹ ਤੁਹਾਡੇ 'ਤੇ ਹੋਣਾ ਚਾਹੁੰਦਾ ਹੈ ਉਹ ਤੁਹਾਡੇ 'ਤੇ ਆਣਾ ਚਾਹੁੰਦਾ ਹੈ ਪਰਮੇਸ਼ਵਰ ਆਪਣੇ ਅਨੁਗ੍ਰਹਿ ਨੂੰ ਤੁਹਾਡੀ ਲਾਈਫ ਦੇ ਉੱਤੇ ਭੇਜਣਾ ਚਾਹੁੰਦਾ ਹੈ ਇਹਦਾ ਮਤਲਬ ਪਹਿਲਾਂ ਇਹ ਸਾਨੂੰ ਸਮਝਣਾ ਪਊਗਾ ਕਿ ਮੈਰਿਜ ਇੱਕ ਅਨੁਗ੍ਰਹਿ ਹੈ ਕਿਉਂਕਿ ਜਦ ਤੱਕ ਇਹ ਦਿਮਾਗ ਚੋਂ ਨਹੀਂ ਨਿਕਲਦਾ ਕਿ ਮੈਰਿਜ ਇੱਕ ਅਨੁਗ੍ਰਹਿ ਨਹੀਂ ਹੈ ਮੈਰਿਜ ਇੱਕ ਫਸਣ ਵਾਲਾ ਕੰਮ ਹੈ ਮੇਰੀ ਆਜ਼ਾਦੀ ਖਿਚਣ ਵਾਲਾ ਕੰਮ ਹੈ ਤਦ ਤੱਕ ਇਹ ਮੈਰਿਜ ਬLESFUL ਨਹੀਂ ਹੈ ਸ਼ਾਂਤੀਦਾਇਕ ਨਹੀਂ ਹੈ ਪੀਸਫੁਲ ਨਹੀਂ ਹੈ ਜਦ ਤੱਕ ਸਾਨੂੰ ਇਹ ਸਮਝ ਨਹੀਂ ਆਉਗੀ ਕਿ ਮੈਰਿਜ ਜਿਹੜੀ ਹੈ ਯਹੋਵਾ ਦਾ ਅਨੁਗ੍ਰਹਿ ਹੈ ਸਾਡੇ ਉੱਤੇ ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਸੋ ਪਹਿਲਾ ਪਲਾਨ ਪਰਮੇਸ਼ਵਰ ਦਾ ਇਹ ਹੈ ਕਿ ਅਸੀਂ ਸਕਸੈਸਫੁਲ ਰਹੀਏ ਤੇ ਪਰਮੇਸ਼ਵਰ ਨੇ ਕਿਹਾ ਯਹੋਵਾ ਦਾ ਅਨੁਗ੍ਰਹਿ तुझ ਪਰ ਹੁਆ ਹੈ جس نے istri bihai usne uttam padarth paya sab bolo amen shaitan eh chahnda hai ki sadi gawai jadi hai oh kharab hoye aur assi unsuccessful hoye aise bahut sare log hai duniya de vich aise bahut sare pastors hai jeron di married lives fail hoyi unadi ministry ek tarah di fail hoyi bible ch likhya ki jehda vyakti apne ghar da intezam nahi kar sakda ਆਪਣੇ ਘਰ ਦੇ ਬੱਚਿਆਂ ਦਾ ਆਪਣੀ ਵਾਈਫ ਦਾ ਕੇਅਰ ਨਹੀਂ ਕਰ ਸਕਦਾ ਉਹਨਾਂ ਦੀ ਉਹਨਾਂ ਦਾ ਇੰਤਜ਼ਾਮ ਨਹੀਂ ਕਰ ਸਕਦਾ ਉਹਨਾਂ ਨੂੰ ਖਿਲਾ ਪਿਲਾ ਨਹੀਂ ਸਕਦਾ ਉਹਨਾਂ ਦੀ ਕੇਅਰ ਨਹੀਂ ਕਰ ਸਕਦਾ ਉਹ ਬੰਦਾ ਕਲੀਸਿਆ ਦੀ ਕੇਅਰ ਕਿਉਂ ਕਰ ਕਰੇਗਾ ਜਦੋਂ ਅਸੀਂ ਬਾਈਬਲ ਪੜ੍ਹਦੇ ਆਂ ਤੇ ਦੇਖਦੇ ਆਂ ਕਿ ਜਿਹੜੇ ਚੇਲੇ ਸੀਗੇ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਕਿੱਦਾਂ ਸੀਗੇ ਚੇਲੇ ਉਹ ਕੋਈ ਵੀ ਚੇਲਾ ਇਹੋ ਜਿਹਾ ਨਹੀਂ ਸੀਗਾ ਜਿਹੜਾ ਵੇਲਾ ਸੀਗਾ ਤਾਸ਼ ਖੇਡ ਰਿਆ ਸੀਗਾ ਜਾਂ ਕੋਈ ਗੰਦੇ ਕੰਮ ਕਰ ਰਿਆ ਸੀ ਬਾਈਬਲ ਦੱਸਦੀ ਬਿਜ਼ੀ ਇਨਸਾਨ ਸੀਗੇ ਮੈਰਿਡ ਮੈਨ ਸੀਗੇ ਸ਼ਾਦੀशुदा ਇਨਸਾਨ ਸੀਗੇ ਬਿਜ਼ਨਸਮੈਨ ਇਨਸਾਨ ਸੀਗੇ ਬਿਜ਼ੀ ਇਨਸਾਨ ਸੀਗੇ ਜਿਨ੍ਹਾਂ ਨੂੰ ਆਪਣੇ ਘਰ-ਬਾਰ ਸੰਭਾਲਣਾ ਆਂਦਾ ਸੀ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਚੁਣਿਆ ਕਿਉਂਕਿ ਪਰਮੇਸ਼ਵਰ ਬੈਲੈਂਸ ਲੋਕਾਂ ਨੂੰ ਇਸਤੇਮਾਲ ਕਰਦਾ ਸੇਵਕਾਈ ਦੇ ਲਈ ਦੂਸਰੇ ਲੋਕਾਂ ਨੂੰ ਬਚਾਉਣ ਦੇ ਲਈ ਜੇ ਤੁਹਾਡੀ ਲਾਈਫ ਔਰ ਤੁਹਾਡੀ ਫੈਮਿਲੀ ਬੈਲੈਂਸ ਨਹੀਂ ਹੈ ਤੇ ਤੁਸੀਂ ਇੱਕ ਨਾਨ ਇਫੈਕਟਿਵ ਕ੍ਰਿਸਚਨ ਹੋ ਔਰ ਤੁਸੀਂ ਬਾਈਬਲ ਦੇ ਵਚਨ ਨੂੰ ਤੋੜਦੇ ਹੋ ਕਿ ਪਰਮੇਸ਼ਰ ਨੇ ਕਿਹਾ ਕਿ ਮੈਂ ਇਹ ਚਾਹਨਾ ਕਿ ਤੂੰ ਫਲ ਲੈ ਕੇ ਆਏ ਤੇਰਾ ਫਲ ਜਿਹੜਾ ਉਹ ਬਣਿਆ ਰਵੇ ਇਹਦਾ ਮਤਲਬ ਪਰਮੇਸ਼ਰ ਨੇ ਜੇ ਤੈਨੂੰ ਮੈਰਿਜ ਦਿੱਤੀ ਹੈ ਤੈਨੂੰ ਵਾਈਫ ਦਿੱਤੀ ਹੈ ਤੈਨੂੰ ਹਸਬੰਡ ਦਿੱਤਾ ਹੈ ਤੇ ਪਰਮੇਸ਼ਰ ਇਹ ਚਾਹੁੰਦੇ ਹੈ ਕਿ ਤੁਸੀਂ ਫਲ ਲੈ ਕੇ ਆਓ ਔਰ ਤੁਹਾਡਾ ਫਲ ਬਣਿਆ ਰਵੇ ਔਰ ਤੁਸੀਂ ਸਕਸੈਸਫੁਲ ਹੋ ਸਕੋ ਆਪਣੀ ਲਾਈਫ ਦੇ ਵਿੱਚ ਆਮਨ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਾਈਬਲ 'ਚ ਲਿਖਿਆ ਸਭ ਤੋਂ ਅਧਿਕ ਆਪਣੇ ਮਨ ਕੀ ਰੱਖਿਆ ਕਰ का की रक्षा करनी है हाँ क्यों लिखा मन की रक्षा कर अगर एक बॉलीवुड पिक्चर अभी देखते हैं वो की देखते हैं आप कि एक फिल्म आई है जी मैं मैं वो पिक्चर देख देखी नहीं है लेकिन मैं स्टोरी थोड़ी पता है ना? फिल्म च की हो रहा है जी वाइफ काम कर रही है तो हसबेंड घर का काम कर रहा समझ आ रही हाँ ਦੇ ਹਸਬੰਡਸ ਫੇਰੇ ਫੇਰੇ ਵਾਈਫ ਨੂੰ ਉਠਾ ਰਿਆ ਹੈ ਉਹ ਉਹ ਚਾਚੂ ਬਣਾ ਕੇ ਦੇ ਰਿਹਾ ਤੇ ਲੋਕਾਂ ਨੂੰ ਬੜੀ ਵਧੀਆ ਲੱਗ ਰਹੀ ਔਰ ਜਦੋਂ ਕੁੜੀਆਂ ਮੁੰਡੇ ਦੇਖਦੇ ਆ ਉਸ ਚੀਜ਼ ਨੂੰ ਕੁੜੀਆਂ ਦੇਖਦੀਆਂ ਉਹ ਉਸੇ ਤਰ੍ਹਾਂ ਦਾ ਦਿਮਾਗ ਦੇ ਵਿੱਚ ਵਿਜ਼ਨ ਬਣਾ ਲੈਂਦੀ ਹੈ ਕਿ ਲਾਈਫ ਜਿਹੜੀ ਹੈ ਮੈਰਿਜ ਐਦਾਂ ਦੀ ਹੋਏਗੀ ਪਰ ਹੁਣ ਤਾਂ ਅਸੀਂ ਪੁਆਇੰਟ ਦੱਸਾਂਗੇ ਮੈਰਿਜ ਕਿੱਦਾਂ ਦੀ ਹੋਣੀ ਚਾਹੀਦੀ ਅਗਰ ਤੁਸੀਂ ਉਹਨੂੰ ਫਾਲੋ ਕਰਦੇ ਹੋ ਤਾਂ ਤੁਸੀਂ ਸਕਸੈਸਫੁਲ ਹੋ ਪਰਮੇਸ਼ਵਰ ਦੇ ਨਾਮ ਦੇ ਵਿੱਚ ਅਗਰ ਤੁਸੀਂ ਉਹਨੂੰ ਫਾਲੋ ਕਰਦੇ ਹੋ ਇਹਨਾਂ ਪੁਆਇੰਟਸ ਨੂੰ ਫਿਰ ਤੁਸੀਂ ਸਕਸੈਸਫੁੱਲ ਹੋ ਪਰਮੇਸ਼ਵਰ ਦੇ ਨਾਮ ਦੇ ਕਿਉਂਕਿ ਇਹ ਪੁਆਇੰਟ ਜਿਹੜੇ ਆ ਉਹ ਉਹ ਟੋਟਲ ਜਿਹੜੇ ਉਹ ਪਾਵਰਫੁੱਲ ਪੁਆਇੰਟਸ ਆ ਜੇਕਰ ਅਸੀਂ ਧਿਆਨ ਦੇ ਨਾਲ ਸੁਣਾਂਗੇ ਉਹਨਾਂ ਉਹਨਾਂ ਪੁਆਇੰਟਸ ਨੂੰ ਯਸ ਸਭ ਤੋਂ ਪਹਿਲਾਂ ਜਿਹੜੀ ਪਤਨੀ ਆ ਉਹ ਨੰਬਰ ਹੋਣੀ ਚਾਹੀਦੀ ਅੰਡਰ ਅਥਾਰਟੀ ਹੋਣੀ ਚਾਹੀਦੀ ਆਪਣੇ ਪਤੀ ਦੇ ਬਾਈਬਲ ਚ ਕੀ ਲਿਖਿਆ ਪਤਨੀ ਪਤੀ ਦੇ ਅੰਡਰ ਹੈ ਔਰ ਪਤੀ ਪਰਮੇਸ਼ਵਰ ਦੇ ਅੰਡਰ ਹੈ ਐਦਾਂ ਲਿਖਿਆ ਕਿ ਨਹੀਂ ਲਿਖਿਆ ਆਪਾਂ ਬਹੁਤ ਸਾਰੇ ਲੋਕ ਐਦਾਂ ਦੇਖਦੇ ਆ ਜਦੋਂ ਵਾਈਵਸ ਨੂੰ ਆਦਤ ਹੁੰਦੀ ਆ ਜਿਹੜੇ ਪੁਆਇੰਟਸ ਮੈਂ ਤੁਹਾਨੂੰ ਦੇ ਰਿਹਾ ਕੁਝ ਨੂੰ ਕਈ ਬੰਦਿਆਂ ਨੂੰ ਪਸੰਦ ਨਹੀਂ ਆਣੇ ਤੇ ਕਈ ਜਨਾਨੀਆਂ ਨੂੰ ਪਸੰਦ ਨਹੀਂ ਆਣੇ ਪਰ ਕਈ ਕੋੜੀਆਂ ਗੋਲੀਆਂ ਤੁਹਾਨੂੰ ਖਾਣੀਆਂ ਪੈਣੀਆਂ ਅੱਜ ਹਾਂ ਕਈ ਕੋੜੀਆਂ ਗੋਲੀਆਂ ਤੁਹਾਨੂੰ Karele ਦੀਆਂ ਗੋਲੀਆਂ ਅੱਜ ਖਾਣੀਆਂ ਪੈਣੀਆਂ ਤਾਂ ਕਿ ਤੁਹਾਡੇ ਸਾਰੀਆਂ ਪਿੰਪਲ ਜਿਹੜੇ ਆਤਮਿਕ ਆਤਮਿਕ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਸਕਣ ਹਾਂ ਤਿਆਰ ਆਪਾਂ ਜਿਸ ਤਰੀ ਮਮਾ ਨੇ ਕਿਹਾ ਕਿ ਤੁਸੀਂ ਹਸਬੰਡ ਦੇ ਅਧੀਨ ਰਹੋ ਜਿਸ ਤਰ੍ਹਾਂ ਹਸਬੰਡ ਪਰਮੇਸ਼ਵਰ ਦੇ ਅਧੀਨ ਹੈ ਕਈ ਵਾਰ ਲੇਡੀਜ਼ ਨੂੰ ਬੈਸਣ ਦੀ ਆਦਤ ਹੈ ਔਰ ਆਪਣੀ ਗੱਲ ਮਨਾਉਣ ਦੀ ਆਦਤ ਹੁੰਦੀ ਹੈ ਹਸਬੰਡਸ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਡੋਮਿਨੇਟ ਨਹੀਂ ਕਰਕੇ ਰੱਖਾਂਗੇ ਤੇ ਸਾਡਾ ਹਸਬੰਡ ਆਪਣੀ ਮਾਂ ਦੇ ਅਧੀਨਾਂ ਚੱਲ ਜੇ ਆਪਣੀ ਭੈਣ ਦੇ ਅਧੀਨਾਂ ਚੱਲ ਜੇ ਆਪਣੇ ਆਪਣੇ ਦੋਸਤਾਂ ਦੇ ਅਧੀਨਾਂ ਚੱਲ ਜਿਓ ਉਹਨੀਆਂ ਗੱਲਾਂ ਨਾ ਮੰਨੇ ਤੇ ਉਹਨੇ ਇਹ ਗੱਲ ਕਰਨੀ ਹੈ ਕੋਈ ਨਾ ਕੋਈ ਤੇ ਇਹ ਗੱਲ ਕਰਕੇ ਉਹਨੇ ਸਾਬਿਤ ਵੀ ਕਰਨਾ ਹੈ ਕਿ ਤੂੰ ਮੇਰੀ ਹੀ ਗੱਲ ਮੰਨੀ ਹੈ ਚਾਹੇ ਉਹ ਗੱਲ ਸਾਬਿਤ ਕਰਨ ਤੇ ਉਹਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇ ਉਹਨੂੰ ਸਮਝ ਆ ਰਹੀ ਹੈ ਕਿ ਨਹੀਂ ਭੈਣਾਂ ਨੂੰ ਆ ਰਹੀ ਚੰਗੀ ਤਰ੍ਹਾਂ ਕਿ ਨਹੀਂ ਹੁੰਦਾ ਕੀ ਹੈ ਤੁਸੀਂ ਇੱਕ ਟਾਈਮ ਆਪਣੇ ਹਸਬੰਡ ਤੋਂ ਜਿੱਤ ਸਕਦੇ ਹੋ ਔਰ ਤੁਸੀਂ ਹਸਬੰਡ ਨੂੰ ਹਰਾ ਸਕਦੇ ਹੋ ਪਰ ਇੱਕ ਗੱਲ ਯਾਦ ਰੱਖੋ ਤੁਹਾਡੇ ਹਸਬੰਡ ਦੇ ਵਿੱਚ ਹਰ ਬੰਦੇ ਦੇ ਵਿੱਚ ਚਾਹੇ ਉਹ ਬਿਆਨ ਕਰੇ ਨਾ ਕਰੇ ਇੱਕ ਫਾਈਟ ਬੈਕ ਸਪਿਰਿਟ ਹੈ ਜਿਹੜੀ ਫਾਈਟ ਕਰਦੀ ਹੈ ਬਾਅਦ ਦੇ ਵਿੱਚ ਇਸੇ ਲਈ ਅੱਜ ਕੁਝ ਜਨਨੀਆਂ ਸੋਹਣੀਆਂ ਹੋਣ ਦੇ ਬਾਵਜੂਦ ਵੀ ਆਪਣੇ ਹਸਬੰਡ ਨੂੰ ਸੋਹਣੀ ਨਹੀਂ ਲੱਗਦੀ ਉਹ ਸੋਹਣੀਆਂ ਨਹੀਂ ਲੱਗਦੀਆਂ ਉਹ ਵਧੀਆ ਕੱਪੜੇ ਪਾਉਂਦੀਆਂ ਤੇ ਹਸਬੰਡ ਕੋਈ ਵੀ ਕੰਪਲੀਮੈਂਟ ਨਹੀਂ ਦਿੰਦਾ ਕਿਉਂ ਕਿਉਂਕਿ ਉਹਦਾ ਹਸਬੰਡ ਇੱਕ ਗੱਲ ਹੀ ਹਮੇਸ਼ਾ ਯਾਦ ਰੱਖੋ ਬੰਦਾ ਜਿਹੜੀ ਜਾਤ ਹੈ ਜਿਹੜੀ ਬੰਦਾ ਜਾਤ ਹੈ ਜਿਹੜੀ ਮਰਦ ਜਾਤ ਹੈ ਇਹ ਯਾਦੇ ਸੇਵਾ ਕਰ ਸਕਦੀ ਹੈ ਪਰਮੇਸ਼ਵਰ ਦੀ ਤੇ ਯਾਦੇ ਕਰਵਾ ਸਕਦੀ ਹੈ ਆਪਣੀ ਪਤਨੀ ਕੋਲ ਜਿਹੜਾ ਇਹਦੇ ਬਰਾਬਰ ਆਨ ਦੀ ਕੋਸ਼ਿਸ਼ ਕਰੇ ਉਥੇ ਲੜਾਈ ਕਰਦੀ ਹੈ ਫਿਰ ਕੁਝ ਬੰਦੇ ਆਪਣੇ ਲੇਡੀਜ਼ ਦੀ ਜਿਹੜੀ ਡੋਮਿਨੇਸ਼ਨ ਕਰਨ ਦੀ ਪਾਵਰ ਹੈ ਉਹਨੂੰ ਸਹਿਨ ਕਰ ਲੈਂਦੇ ਆ ਬਰਬਾਦ ਦੇ ਵਿੱਚ ਉਹ ਆਪਣੀ ਲੇਡੀਜ਼ ਤੇ ਗੁੱਸਾ ਕਰਦੇ ਐ ਜਾਂ ਉਹਦੀ ਕੇਅਰ ਨਹੀਂ ਕਰਦੇ ਫਿਰ ਲੇਡੀਜ਼ ਗੁੱਸਾ ਕਰਦੀਆਂ ਕਿ ਐਦਾਂ ਕਿਉਂ ਨਹੀਂ ਕਰਦਾ ਮੇਰਾ ਹਸਬੰਡ ਜਾਂ ਮੇਰਾ ਹਸਬੰਡ ਮੈਨੂੰ ਕੰਪਲੀਮੈਂਟ ਕਿਉਂ ਨਹੀਂ ਦਿੰਦਾ ਜਾਂ ਮੇਰੀ ਕੇਅਰ ਕਿਉਂ ਨਹੀਂ ਕਰਦਾ ਕਿ ਮੈਨੂੰ ਲੈ ਕੇ ਕਿਉਂ ਨਹੀਂ ਜਾਂਦਾ ਕਿਉਂਕਿ ਉਦੋਂ ਹਸਬੰਡ ਤੁਹਾਡੇ ਡੋਮੀਨੇਟ ਕਰਨ ਤੋਂ ਬਾਅਦ ਤੁਹਾਨੂੰ ਉਹਨੇ ਕੁਝ ਕਿਹਾ ਨਹੀਂ ਪਰ ਉਹਨੇ ਦਿਲ 'ਚ ਰੱਖ ਲਿਆ ਗੱਲਾਂ ਤੇ ਜਦੋਂ ਜਿਹੜੀ ਔਰਤ ਆ ਵਾਈਫ ਆ ਜਦੋਂ ਅਧੀਨ ਨਹੀਂ ਰਹਿੰਦੀ ਤੇ ਉਦੋਂ ਕਿ ਉਹ ਨਾ ਤਾਂ ਫਿਰ ਔਰਤ ਪ੍ਰੋਪਰ ਬਣ ਪੰਦੀ ਤੇ ਨਾ ਹੀ ਬੰਦਾ ਬਣਦੀ ਉਹ ਬੰਦਾ ਬਣਨ ਦੀ ਕੋਸ਼ਿਸ਼ ਕਰਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਅਸਲੀਅਤ ਉਹਦਾ ਕਰੈਕਟਰ ਆ ਕਿ ਉਹ ਵਾਈਫ ਆ ਉਹਨੂੰ ਵੀ ਉਹ ਗਵਾ ਲੈਂਦੀ ਹੈ ਤਾਰੀਫ ਕਰੋ ਜ਼ੋਰ ਨਾਲ ਇਸ ਪੁਆਇੰਟ ਲਈ ਆ ਇਹ ਪੁਆਇੰਟ ਮੇਰਾ ਨਹੀਂ ਹੈ ਮਮਾ ਦਾ ਹੈ ਕਿ ਜਦੋਂ ਔਰਤ ਲੜਦੀ ਹੈ ਉਹ ਬੰਦਾ ਬਣਨ ਦੀ ਕੋਸ਼ਿਸ਼ ਕਰਦੀ ਔਰ ਬੰਦਾ ਬਣਨ ਦੀ ਕੋਸ਼ਿਸ਼ ਨਾ ਤੇ ਉਹ ਔਰਤ ਰਹਿੰਦੀ ਹੈ ਤੇ ਨਾ ਉਹ ਬੰਦਾ ਬਣ ਸਕਦੀ ਸੁਨੋ ਔਰਤ ਥੱਲੇ ਐ ਬੰਦਾ ਉੱਤੇ ਐ ਐਦਾਂ ਨਹੀਂ ਲਿਖਿਆ ਬਾਈਬਲ ਚ ਔਰਤ ਜਿਹੜੀ ਐ ਉਹ ਬੰਦੇ ਦੇ ਪੈਰ ਤੋਂ ਨਹੀਂ ਬਣਾਈ ਗਈ ਹਾਂ ਹਰ ਸਕਸੈਸਫੁਲ ਬੰਦੇ ਦੇ ਪਿੱਛੇ ਇੱਕ ਔਰਤ ਐ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਐ ਹਰ ਸਕਸੈਸਫੁਲ ਬੰਦੇ ਦੇ ਸਾਈਡ ਤੇ ਇੱਕ ਔਰਤ ਐ ਇਹ ਸੱਚ ਐ ਕਿਉਂ ਕਿਉਂਕਿ ਔਰਤ ਜਿਹੜੀ ਐ ਤੁਹਾਡੀ ਸਾਈਡ ਤੋਂ ਵੱਢੀ ਗਈ ਐ ਤੁਹਾਡੀ ਰੀਡ ਦੀ ਹੱਡੀ ਚੋਂ ਨਹੀਂ ਗਈ ਗਈ ताड़ी पसली चो कड़ी गई है वो ते औरत जड़ी अब अगर पसली चो कड़ी गई है वो ते इधर मतलब की है कि वो ताड़ी हर सक्सेसफुल बंदे दे पीछे की है एक एक औरत है और सेकंड हम जो देखते हैं कि जो इमोशनली जो वाइफ्स है इमोशनली अपने हसबेंड्स को बहुत ब्लैकमेल करती हैं मान लो कि बहुत दूर की रिश्तेदारी में कोई डेथ हो गई है तो वो मुंह फैलाकर बैठ जाती है घर में तो हस्बैंड जब काम से आता तो पूछता क्या हुआ तो दूर के चाचा की ताए की, की चाचा की उसकी डेथ हो गई तो आपने अपने घर का माहौल क्यों खराब कर कि, दिया कितने समझ रहे गल कि जदों तडी घर च प्रॉब्लम है कोई किसी रिश्तेदार दे किसी बंदे दे ओनु अपने घर दी शांति नु इफेक्ट नहीं होन देना तुही समझ रहे के नहीं ਸੁਣੋ ਹੁਣ ਧਿਆਨ ਦੇ ਨਾਲ ਕੁਝ ਪੁਆਇੰਟ ਜਿਹੜੇ ਤੁਸੀਂ ਸੁਣਨੇ ਆ ਫਸਟ ਪੁਆਇੰਟ ਤੁਸੀਂ ਸੁਣ ਲਿਆ ਇਮੋਸ਼ਨਲ ਵਾਲਾ ਆਪਣੇ ਅਧੀਨਗੀ ਦੇ ਵਿੱਚ ਰਹਿਣਾ ਸੈਕਿੰਡ ਇੱਕ ਬੜਾ ਇਹਦੇ ਵਿੱਚ ਬਹੁਤ ਸਾਰੇ ਪੁਆਇੰਟਸ ਹੈ ਜਿਹੜੇ ਤੁਸੀਂ ਧਿਆਨ ਦੇ ਨਾਲ ਸੁਣਨੇ ਤਾਂ ਕਿ ਤੁਸੀਂ ਫਲ ਲੈ ਕੇ ਆ ਸਕੋ ਤਾਂ ਇਹ ਲਾਈਫ ਜਿਹੜੀ ਆ ਉਹ ਸੇਮ ਨਾ ਰਹੇ ਆਮੀਨ ਸੈਕਿੰਡ ਗੱਲ ਜਦੋਂ ਇੱਕ ਹਸਬੰਡ ਵਾਈਫ ਮਿਲਦੇ ਆ ਮੈਰਿਜ ਹੁੰਦੀ ਹੈ ਅਸੀਂ ਇੱਕ ਦੂਸਰੇ ਨੂੰ ਗਰੰਟੀਡ ਲੈਣਾ ਸ਼ੁਰੂ ਕਰ ਦਿੰਨੇ ਆਂ ਅਸੀਂ ਕੈਜ਼ੂਅਲ ਲੈਣਾ ਸ਼ੁਰੂ ਕਰ ਦਿੰਨੇ ਆਂ ਜਦੋਂ ਅੰਗੇਜਮੈਂਟ ਹੁੰਦੀ ਹੈ ਹਨਾ ਜਦੋਂ ਅੰਗੇਜਮੈਂਟ ਤੋਂ ਬਾਅਦ ਅਸੀਂ ਮਿਲਣ ਜਾਂਦੇ ਆਂ ਜਦੋਂ ਰਿਸ਼ਤਾ ਪੱਕਾ ਹੁੰਦਾ ਸੀ ਮਿਲਦੇ ਆ ਕਿਦਾਂ ਕੱਪੜੇ ਪਾ ਕੇ ਮਿਲਦੇ ਆਂ ਅਸੀਂ ਹਾਂ ਸਹੁਰੇ ਫਤਾਂਉਂਦੇ ਕਿਹੜਾ ਕੱਪੜਾ ਪਾਣਾ ਉਹ ਉਹ ਨਹੀਂ ਆ ਨਹੀਂ ਬਧੀ ਲੱਗ ਰ 10 ਵਾਰੀ ਸੂਟ ਬਦਲਦੇ ਆਂ ਅਸੀਂ ਹਸਬੰਡ ਵੀ ਦੇਖਦਾ ਹੈ 10 ਵਾਰੀ ਇੱਕ ਵਾਲ ਸੈਟ ਕਰੇਗਾ 10 ਵਾਰੀ ਹੈ ਕਰੇਗਾ ਹੂੰ ਕਰੇਗਾ ਲੇਕਿਨ ਮੈਰਿਜ ਤੋਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਕਿਉਂ ਕਿਉਂਕਿ ਹਸਬੰਡ ਆਪਣੀ ਵਾਈਫ ਨੂੰ ਕੈਜੂਅਲ ਕਿਦਾ ਘਰ ਦੀ ਮੁਰਗੀ ਦਾਲ ਬਰਾਬਰ ਜਿਹਨੂੰ ਅਸੀਂ ਕਹਿੰਦੇ ਆ ਉਦਾਂ ਲੈਣਾ ਸ਼ੁਰੂ ਕਰ ਦਿੰਦਾ ਉਹਨੂੰ ਹੂੰ ਜਦੋਂ ਅਸੀਂ ਆਪਣੇ ਪਾਰਟਨਰ ਨੂੰ ਕੈਜੂਅਲੀ ਤੇ ਐਸ ਗਰੰਟਡ ਲੈਣਾ ਸ਼ੁਰੂ ਕਰ ਦਿੰਨੇ ਆ ਉੱਥੇ ਤੁਹਾਡੀ ਮੈਰਿਜ ਲਾਈਫ ਡਾਊਨ ਹੋਣਾ ਸ਼ੁਰੂ ਹੁੰਦੀ ਹੈ ਮੈਰਿਜ ਤੋਂ ਪਹਿਲਾਂ ਜਦੋਂ ਅੰਗੇਜਮੈਂਟ ਹੁੰਦੀ ਹੈ ਤੇ ਹਸਬੰਡ ਵਾਈਫ ਮਿਲਣ ਜਾਂਦੇ ਤੇ 10 ਵਾਰੀ ਮੂੰਹ 'ਚ ਸਪਰੇਅ ਮਾਰ ਕੇ ਜਾਂਦਾ ਉਹ ਮਿੰਟ ਦਾ ਤੇ 15 ਚਿਊਇੰਗਮ ਖਾ ਕੇ ਜਾਏਗਾ ਉਹ ਤੇ ਮੈਰਿਜ ਤੋਂ ਬਾਅਦ ਭਾਵੇਂ 10 ਦਿਨ ਬਰਸ਼ ਵੀ ਨਾ ਕੀਤਾ ਹੋਵੇ ਤੇ ਗੱਲਾਂ ਮੂੰਹ ਦੇ ਕੋਲ ਆ ਕੇ ਕਰੇਗਾ ਤੇ ਵਾਈਫ ਵੀ ਕਹੇਗੀ ਤੇਰੇ ਦਿਲ ਕਰਦਾ ਚੰਗੀ ਤਰ੍ਹਾਂ ਫੇਰਾ ਦਨੇ ਚੰਦਰ ਹਾਂ ਔਰ ਪਾਸਟਲ ਜੀ ਇਹ ਜਿਹੜੀ ਗੱਲਾਂ ਇਹ ਵਾਈਫਸ ਤੇ ਲਈ ਵੀ ਆ कि ਜਦੋਂ ਮੈਰिज ਹੋ ਜਾਂਦੀ ਹੈ ਉਹ ਸਮਝਦੇ ਕਿ ਹੁਣ ਜਿਹੜੀ ਸਪੈਸ਼ਲਟੀ ਉਹ ਖਤਮ ਹੋ ਗਈ ਸਾਡੀ ਮੈਰिज ਦੇ ਵਿੱਚੋਂ ਲੇਕਿਨ ਇਦਾਂ ਨਹੀਂ ਹੁੰਦਾ ਕਿਉਂਕਿ ਮੈਰिज ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਦੋਂ ਬੇਬੀਜ਼ ਹੋ ਜਾਂਦੇ ਆ ਤੇ ਟੋਟਲ ਜਿਹੜੀ ਬਾਡੀ ਅਨਸ਼ੇਪਡ ਹੋ ਜਾਂਦੀ ਵਾਈਫਸ ਦੀ ਲੇਕਿਨ ਬਾਲੀਵੁੱਡ ਐਕਟ੍ਰੈਸ ਜਿਹੜੀਆਂ ਪਰਮੇਸ਼ਵਰ ਨੂੰ ਨਹੀਂ ਜਾਣਦੀਆਂ ਪਰਮੇਸ਼ਵਰ ਦੇ ਬੱਚਨ ਨੂੰ ਨਹੀਂ ਜਾਣਦੀਆਂ ਉਹ ਪ੍ਰਭੂ ਚ ਨਾ ਹੋ ਕੇ ਵੀ ਪੂਰੀਆਂ ਸ਼ੇਪ ਚ ਰਹਿਣੀਆਂ ਆਪਣੇ ਆਪ ਨੂੰ ਪ੍ਰੋਪਰ ਫਿਟ ਰੱਖਦੀਆਂ ਲੇਕਿਨ ਜਿਹੜੀਆਂ ਪ੍ਰਭੂ ਦੇ ਵਿੱਚ ਆ ਵਾਈਫਸ ਆ ਉਹ ਜਦੋਂ ਬੱਚੇ ਹੋ ਜਾਂਦੇ ਉਸ ਤੋਂ ਬਾਅਦ ਵਿੱਚ ਟੋਟਲ ਆਪਣੀ ਕੇਅਰ ਨਹੀਂ ਕਰਦੀਆਂ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਹਸਬੈਂਡਸ ਜਿਹੜੇ ਆ ਆਪਣੀ ਵਾਈਫ ਤੇ ਵਾਲਾ ਟਰੈਕ ਨਹੀਂ ਹੁੰਦੇ ਜਿਹੜੇ ਹਸਬੈਂਡਸ ਨੇ ਜਦੋਂ ਹਸਬੈਂਡ ਕੇਅਰ ਨਹੀਂ ਕਰਦਾ ਅਗਰ ਜਦੋਂ ਵਾਈਫ ਕੇਅਰ ਨਹੀਂ ਕਰਦੀ ਉਹ ਇੱਕ ਬੇਬੀ ਹੋਇਆ ਦੋ ਬੇਬੀ ਹੋਇਆ ਜਿਹੜੀ ਜਿਹੜੀ ਸ਼ੇਪ ਸੀ ਉਹ ਸ਼ੇਪ ਬਣ ਜਾਂਦੀ ਹੈ ਉਹਦੀ ਪੇਟ ਉਹਦਾ ਐਡਾ ਵੱਡਾ ਉਹਦੀ ਹੁਣ ਸ਼ੇਪ ਓ ਸ਼ੇਪ ਹੋ ਗਈ ਲੇਡੀ ਦੀ ਤੇ ਉਹਨੂੰ ਕੀ ਲੱਗਦਾ ਹੈ ਕਿ ਹਾਂ ਮੈਂ ਭਾਵੇਂ ਜਿੱਦਾਂ ਦੀ ਮਰਜ਼ੀ ਹੈ ਮੇਰਾ ਹਸਬੰਦ ਮੇਰੇ ਨਾਲ ਹੈ ਬਟ ਤੁਸੀਂ ਆਪਣੇ ਆਤਮਿਕਤਾ ਹੈਗੇ ਹੋ ਪਰ ਤੁਸੀਂ ਸ਼ਰੀਰ 'ਚ ਵੀ ਰਹਿੰਦੇ ਹੋ ਮੈਂ 크੍ਰਿਸਚੀਅਨ ਲੋਗਾਂ ਨੂੰ ਇੱਕ ਗੱਲ ਦੱਸਦਾ 크੍ਰਿਸਚੀਅਨ ਲੜਕੇ ਲੜਕੀਆਂ ਨੂੰ ਕਿ ਜੇ ਤੁਸੀਂ ਮੈਰਿਜ ਕਰਦੇ ਹੋ ਨਾ ਜੀ ਬਸ ਮੈਨੂੰ ਤਾਂ ਇਕੱਲੇ ਸਪਿਰਚੁਅਲ ਕੁੜੀ ਚਾਹੀਦੀ ਹੈ ਭਾਵੇਂ ਕਾਲੀ ਹੋਵੇ ਪੀਲੀ ਹੋਵੇ ਮੁੜ ਕੇ ਤਾਂ ਕਾਲੀ ਪੀਲੀ ਨਾਲ ਵਿਆਹ ਕਰਾ ਲੈਣਾ ਨਾ ਜਿੱਦਾਂ ਦੀ ਨਹੀਂ ਪਸੰਦ ਵਿਆਹ ਕਰਾ ਲੈਣਾ ਮੁੜ ਕੇ ਮੁੜ ਕੇ ਹੁੰਦਾ ਕੀ ਫਿਰ ਫਿਰ ਗੋਰੀਆਂ ਨੂੰ ਦੇਖਣ ਡਿਆ ਹੁੰਦਾ ਮੇਰੀ ਸਮਝ ਆ ਰਹੀ ਕਿ ਨਹੀਂ ਗੱਲ ਰੰਗ ਦੀ ਨਹੀਂ ਹੈ ਗੱਲ ਗੱਲ ਕਈਆਂ ਨੂੰ ਕਾਲਾ ਰੰਗ ਪਸੰਦ ਹੈ ਕਈਆਂ ਨੂੰ ਸਾਮਲਾ ਪਸੰਦ ਹੈ ਕਈਆਂ ਨੂੰ ਗੋਰਾ ਗੱਲ ਪਸੰਦ ਦੀ ਹੈ ਇਸ ਲਈ ਮੈਂ ਕਹਿੰਦਾ ਪਹਿਲਾਂ ਪਸੰਦ ਨਾਲ ਮੈਰਿਜ ਕਰੋ ਫਿਰ ਦੇਖੋ ਸਪਿਰਚੁਅਲ ਹੈ ਅਗਰ ਹਾਂ ਤਾਂ ਫਿਰ ਮੈਰਿਜ ਫਿਰ ਗੱਲ ਅੱਗੇ ਬਤਾਓ ਪਸੰਦ ਹੈ ਸਪਿਰਚੁਅਲ ਨਹੀਂ ਹੈ ਛੱਡ ਦਿਓ ਸਪਿਰਚੁਅਲ ਹੈ ਪਰ ਪਸੰਦ ਨਹੀਂ ਹੈ ਤਾਂ ਵੀ ਛੱਡ ਦਿਓ ਕਿਉਂਕਿ ਫਿਰ ਤੁਸੀਂ ਇਹਨੂੰ ਵਿਵਿਚਾਰ ਦਾ ਕਾਰਨ ਬਣਾ ਦਿਓ ਕਿ ਮੈਨੂੰ ਆਪਣੀ ਵਾਈਫ ਪਸੰਦੀਆਂ ਫਿਰ ਦੂਸਰੀਆਂ ਲੜਕੀਆਂ ਤੁਹਾਨੂੰ ਅਟਰੈਕਟ ਕਰਨ ਔਰ ਵਾਈਫ ਹੁੰਦੜੀ ਆ ਉਹਦਾ ਪੇਟ ਐਡਾ ਵੱਡਾ ਹੋ ਚੁੱਕਾ ਹੈ ਕਿਉਂਕਿ ਦੋ ਬੱਚੇ ਹੋ ਗਏ ਹੁਣ ਦੋ ਬੱਚੇ ਹੋ ਹੋ ਗਿਆ ਹੁਣ ਆ ਪਾਪ ਤੇ ਨਹੀਂ ਹੈ ਪਰ ਆਪਣੇ ਆਪ ਨੂੰ ਮੇਨਟੇਨ ਨਾ ਕਰਨਾ ਇੱਕ ਪਾਪ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਕਿ ਇਹ ਮੇਰਾ ਹਸਬੰਡ ਹੈ ਇਹ ਬਸ ਦੈਟਸ ਇਟ ਇੱਕ ਲਾਪਰਵਾਹੀ ਕੇਅਰਲੈਸਨੈਸ ਆ ਕਿਉਂਕਿ ਮੈਰਿਜ ਤੋਂ ਬਾਅਦ ਜਿਹੜੀ ਆਪਣੀ ਲਾਈਫ ਆ ਬੋਥ ਸਪੈਸ਼ਲ ਹੋ ਜਾਂਦੀਆਂ ਆ ਆਪਾਂ ਸਪਿਰਿਟ ਦੇ ਵਿੱਚ ਬੈਲੈਂਸਡ ਹੋ ਜਾਂਦੇ ਆ ਜਿਹੜੀਆਂ ਪਹਿਲਾਂ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਸੀ ਫੇਸ ਕਰਨੇ ਪੈਂਦੇ ਸੀ ਪ੍ਰੋਬਲਮਸ ਉਹ ਤੋਂ ਨਹੀਂ ਹੁੰਦੀ ਆ ਮੈਰਿਜ ਤੋਂ ਬਾਅਦ ਇਹਦਾ ਮਤਲਬ ਕਿ ਸਾਨੂੰ ਹਸਬੈਂਡ ਨੂੰ ਔਰ ਵਾਈਫ ਨੂੰ ਅਟਰੈਕਟਿਵ ਲੁੱਕ ਰੱਖਣੀ ਚਾਹੀਦੀ ਇਕ ਦੂਸਰੇ ਦੇ ਲਈ ਆਪਣੇ ਆਪ ਨੂੰ ਫਿਟ ਰੱਖਣਾ ਚਾਹੀਦਾ ਜਦੋਂ ਅਸੀਂ ਮੈਰਿਡ ਹੋ ਜਾਂਨੇ ਆ ਅਸੀਂ ਜ਼ਿਆਦਾ ਸਟੇਬਲ ਹੋ ਜਾਂਨੇ ਆ ਸਮਝ ਰਹੇ ਹੋ ਕਿ ਨਹੀਂ ਗੱਲ ਧਿਆਨ ਸਟੇਬਲ ਹੋ ਜਾਂਦਾ ਉਲਟਾ ਵੈਬੀ ਚਾਰਵਲ ਧਿਆਨ ਨਹੀਂ ਹੈ ਹੁਣ ਕਿਉਂਕਿ ਮੈਰਿਜ ਹੋ ਗਈ ਪਤਾ ਲੱਗ ਗਿਆ ਮੈਰਿਜ ਦਾ ਤੇ ਮੈਰਿਜ ਇੱਕ ਬlesਸਿੰਗ ਹੈ ਪਰ ਆਪਣੇ ਆਪ ਨੂੰ ਮੇਨਟੇਨ ਕਰਨਾ ਇਹ ਵੀ ਜ਼ਰੂਰੀ ਹੈ ਕਈਆਂ ਦਾ weight gain ਇੰਨਾ ਹੋ ਜਾਂਦਾ ਲੇਡੀਜ਼ ਦਾ ਖਾਸ ਕਰ ਮੈਰਿਜ ਤੋਂ ਬਾਅਦ ਕਿ ਉਹ ਆਪਣੇ ਹਸਬੰਡ ਲਈ no more attractive ਔਰ ਫਿਰ ਉਹ ਸੋਚਦੀਆਂ ਕਿ ਮੇਰਾ ਹਸਬੰਡ ਜਿੰਨਾ ਮਰਜੀ ਉਹ ਆਤਮਿਕ ਹੋਏ ਇਸ ਗੱਲ ਦਾ ਧਿਆਨ ਰੱਖਣਾ ਕਿ ਪਰਮੇਸ਼ਵਰ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਬਾਈਬਲ 'ਚ ਇੱਕ ਵਚਨ ਲਿਖਿਆ ਆਪਾਂ ਪੜਾਂਗੇ ਉਸ ਵਚਨ ਨੂੰ ਤਾਂ ਮੈਂ ਵਚਨ ਦੇ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਤਾਂ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆਣ ਕਿ ਜਿੰਨੀਆਂ ਗੱਲਾਂ ਬਾਈਬਲ ਦੇ ਵਿੱਚ ਲਿਖੀਆਂ ਉਹ ਸੱਚਮੁੱਚ ਪਰਮੇਸ਼ਵਰ ਦੀ ਬੁੱਧੀ ਜਿਹੜੀ ਆ ਉਹਦੇ ਪਿੱਛੇ ਸ਼੍ਰੇਸ਼ਟ ਗੀਤ 4 ਉਦੀ 7 ਵਿੱਚ ਲਿਖਿਆ ਹੈ हे ਮੇਰੀ ਪ੍ਰੀਯ ਤੂੰ ਸਰਵਾੰਗ ਸੁੰਦਰੀ ਹੈ तुझमें कोई दोष नहीं ਉਹ ਕੰਪਲੀਮੈਂਟ ਕਰ ਰਿਹਾ ਆਪਣੀ ਵਾਈਫ ਨੂੰ ਆਪਣੇ ਪਾਰਟਨਰ ਨੂੰ ਕਿ ਤੇਰੇ ਵਿੱਚ ਕੋਈ ਵੀ ਦੋਸ਼ ਨਹੀਂ ਯਾਦ ਰੱਖੋ ਜਦੋਂ ਮੈਰਿਜ ਹੋ ਗਈ ਤੁਸੀਂ ਜਾਤੀ ਤਾਂ ਨਹੀਂ ਚੇਂਜ ਕਰ ਸਕਦੇ ਆਪਣੇ ਹਸਬੰਡ ਦੀ ਹਾਂ ਆਪਣੀ ਵਾਈਫ ਦੀ ਜਾਤੀ ਤਾਂ ਨਹੀਂ ਚੇਂਜ ਕਰ ਸਕਦੇ ਦੱਸੋ ਉਹਦੀ ਬੈਕਗ੍ਰਾਉਂਡ ਤਾਂ ਨਹੀਂ ਚੇਂਜ ਕਰ ਸਕਦੇ ਫਿਰ ਇੱਕ ਦੂਸਰੇ ਦੀਆਂ ਕਮੀਆਂ ਜ਼ਾਹਿਰ ਕਰੀ ਜਾਣੀਆਂ ਬਾਈਬਲ ਚ ਲਿਖਿਆ ਉਹਨੇ ਐਪਰੀਸ਼ੀਏਟ ਕੀਤਾ ਆਪਣੇ ਪਾਰਟਨਰ ਨੂੰ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਸਰਵਾਂਗ ਸੁੰਦਰੀ ਹੈ ਉਹ ਉਹ ਤੇਰੇ ਚ ਕੋਈ ਦੋਸ਼ ਨਹੀਂ ਦਾ ਮਤਲਬ ਇਹ ਨਹੀਂ ਉਹ ਪਰਫੈਕਟ ਹੈ ਪਰ ਉਹ ਆਪਣੇ ਮੂੰਹ ਚ ਜਿਹੜੀ ਗੱਲ ਕਹਿ ਰਹੇ ਆ ਕਿ ਮੇਰੀ ਵਾਈਫ ਜਿਹੜੀ ਉਹ ਪਰਫੈਕਟ ਹੈ ਮੇਰਾ ਹਸਬੰਡ ਜਿਹੜਾ ਉਹ ਪਰਫੈਕਟ ਹੈ ਕਿੰਨੇ ਮੇਰੀ ਗੱਲ ਸਮਝ ਰਹੇ ਹੋ ਮੈਰਿਜ ਦੇ ਵਿੱਚ ਅਗਰ ਵਿਜ਼ਡਮ ਯੂਜ਼ ਨਹੀਂ ਕੀਤੀ ਜਾਏਗੀ अगर बुद्धि यूज नहीं कीती जाएगी ते फिर किसी भी काम ज अगर बुद्धि यूज नहीं कीती जाती तो वो फिर काम बनया नहीं रहंदा ਹੁਣ ਪੁਆਇੰਟ ਜਿਹੜੇ ਆਪਾਂ ਇਹਦੇ ਚੋਂ ਪੜਾਂਗੇ ਔਰ ਆਪਾਂ ਤੁਹਾਨੂੰ ਮੈਂ ਦੱਸਾਂਗਾ ਜਿਹੜੇ ਪੁਆਇੰਟ ਤੁਸੀਂ ਆਪਣੀ ਲਾਈਫ ਦੇ ਵਿੱਚ ਨੋਟ ਕਰਨੇ ਜਦੋਂ ਮੈਰिज ਹੋ ਜਾਂਦੀ ਉਸ ਤੋਂ ਬਾਅਦ ਵਿੱਚ ਚਾਹੇ 20 ਸਾਲ ਵੀ ਕਿਉਂ ਨਾ ਹੋ ਗਏ ਹੁਣ ਮੈਰिज ਨੂੰ ਹਰ ਦਿਨ ਹਰ ਸਾਲ ਤੁਸੀਂ ਇੱਕ ਨਿਊ ਇੱਕ ਨਵੇਂ ਤਰੀਕੇ ਨਾਲ ਤੁਸੀਂ ਫੀਲ ਕਰ ਸਕਦੇ ਹੋ ਉਸ ਨੂੰ ਕਿਦਾਂ ਕਿ ਜਦੋਂ ਸਵੇਰ ਨੂੰ ਤੁਸੀਂ ਉੱਠਦੇ ਆ ਸਭ ਤੋਂ ਪਹਿਲਾਂ ਆਪਣੇ ਹਸਬੰਦ ਨੂੰ ਤੁਸੀਂ ਗੁੱਡ ਮਾਰਨਿੰਗ ਵਿਸ਼ ਕਰ ਸਕਦੇ ਆ ਉਹਦੇ ਨਾਲ ਜੇ ਤੁਸੀਂ ਸ਼ੁਰੂਆਤ ਕਰੋਗੇ ਤਾਂ ਦੁਨੀਆ ਦੇ ਵਿੱਚ ਜਿਹੜੇ ਡਾਈਵੋਰਸ ਦੇ ਕੇਸ ਹੈ ਉਹ ਵਧਦੇ ਜਾ ਰਿਹਾ ਹਰ ਸਾਲ ਡਾਈਵੋਰਸ ਹੋਣ ਦਾ ਇੱਕ ਮੇਨ ਕਾਰਨ ਇਹ ਹੈ ਆਪਸ ਦੇ ਵਿੱਚ ਕਮਿਊਨੀਕੇਸ਼ਨ ਨਾ ਰੱਖਣਾ ਆਪਸ ਦੇ ਵਿੱਚ ਇੰਟੀਮੇਸੀ ਨਾ ਰੱਖਣਾ ਹਸਬੈਂਡ অর ਵਾਈਫ ਦਾ ਰਿਲੇਸ਼ਨ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਬੋਰ ਨਾ ਕਰੋ ਇਹਨੂੰ ਬੋਰਿੰਗ ਨਾ ਬਣਾਓ ਸਵੇਰੇ ਉੱਠਦੇ ਵੇਲੇ ਤੁਸੀਂ ਇੱਕ ਦੂਸਰੇ ਨੂੰ ਗ੍ਰੀਟ ਕਰਨਾ ਹੈ ਬਾਕੀ ਕੰਮ ਸਾਰੇ ਬਾਅਦ ਦੇ ਵਿੱਚ ਕਰਨੇ ਆਜ ਤੋਂ ਬਾਅਦ ਚਾਹੇ ਜੈ ਐਮਸੀ ਬੋਲੋ ਚਾਹੇ ਗੁੱਡ ਮਾਰਨਿੰਗ ਬੋਲੋ ਚਾਹੇ ਅਸੀਂ ਹੈਪੀ ਮੰਡੇ ਬੋਲਦੇ ਹਾਂ हैप्पी ट्यूसडे हैप्पी थर्सडे जेड़ा भी दिन होए असी हैप्पी लाके अगे फिर दिन दी दि शुरुआत कर दें सो ग्रीट करो जरूर अपने हस्बैंड husband नो हस्बैंड्स वाइफ नो ग्रीटिंग्स दे नाल शुरुआत करो अपने दिन दी दि। और नेक्स्ट next... नीति वचन 31 उंदेच लिखया भली पत्नी कौन पा सकता है क्योंकि उसका मूल्य मूंगों से अधिक है उसके पति के मन में उसके प्रति विश्वास है उसे लाभ की घटी नहीं होती वो अपने जीवन के सारे दिनों में उससे बुरा नहीं भला व्यवहार करती व्यवहार यानी तीन गल असी नोटिस की है अपनी लाइफ के दूसर की जिंदगी हसबैंड के कई ऐसे दोस्त हैं हसबैंड अपनी सारी गल परसनल अपनी वाइफ दिया अंदरलिया गल्द शेयर करता जाके और वाइफ दसियां भैन सहेलियां हैं जिद नाइफ सारिया ग शेयर करती ਇਹ ਸਭ ਤੋਂ ਵੱਡੀ ਗਲਤੀ ਹੈ ਤੁਹਾਡੀ ਮੈਰਿਡ ਲਾਈਫ ਦੀ ਕਿਉਂਕਿ ਤੁਹਾਡੇ ਜਿਹੜੇ ਮੈਰਿਡ ਲਾਈਫਸ ਤੇ ਸੀਕਰੇਟਸ ਆ ਉਹ ਤੁਹਾਡੇ ਦੋਨੋਂ ਤੋਂ ਇਲਾਵਾ ਕਦੇ ਬਾਹਰ ਨਹੀਂ ਜਾਣੇ ਚਾਹੀਦੇ ਕਿੰਨੇ ਕਿੰਨੇ ਇਸ ਗੱਲ ਨੂੰ ਸਮਝ ਰਹੇ ਹੋ ਹਾਂ ਹਰ ਦਿਨ ਬਾਰਿਸ਼ ਨਹੀਂ ਹੈ ਹਰ ਦਿਨ ਧੁੱਪ ਨਹੀਂ ਹੈ ਤੇ ਹਰ ਦਿਨ ਠੰਡ ਨਹੀਂ ਹੈ ਹਾਂ ਅਗਰ ਇੱਕ ਦਿਨ ਤੁਹਾਡੀ ਲਾਈਫ 'ਚ ਬਾਰਿਸ਼ ਆ ਗਈ ਕੋਈ ਪ੍ਰੋਬਲਮ ਹੋ ਗਈ ਉਸੇ ਰਿਸ਼ਤੇਦਾਰ ਦੇ ਕਿਸੇ ਹੋਊ ਘਰ ਘਰ ਵਿੱਚ ਕੋਈ इमोਸ਼ਨਲੀ ਡਿਸਟਰਬੈਂਸ ਹੈ ਸਿਰਫ ਉਹ ਡਿਸਟਰਬੈਂਸ ਅਗਰ ਤੁਸੀਂ ਬਾਹਰ ਬਿਆਨ ਕਰਦੇ ਹੋ ਪਰ 364 ਦਿਨ ਜਿਹੜੇ ਵਧੀਆ ਨਿਕਲੇ ਦਾ ਡੇ ਘਰ ਦੇ ਵਿੱਚ ਉਹ ਤੁਸੀਂ ਬਿਆਨ ਨਹੀਂ ਕਰਦੇ ਤੇ ਲੋਕਾਂ ਦੇ ਵਿੱਚ ਤੁਹਾਡਾ ਬੈਡ ਇਮਪ੍ਰੈਸ਼ਨ ਜਾਂਦਾ ਕਿ ਤੁਸੀਂ ਡਿਸਟਰਬ ਵਿਅਕਤੀ ਹੋ ਤੁਸੀਂ ਬਾਹਰ ਕੀ ਗਵਾਹੀ ਦੇਵੋਗੇ ਜਦ ਦੀ ਆਪਣੀ ਮੈਰਿਡ ਲਾਈਫ ਡਿਸਟਰਬ ਹੋਏਗੀ ਤਾਂ ਜੇ ਤੁਹਾਡੀ ਆਪਣੀ ਮੈਰਿਡ ਲਾਈਫ ਇੱਕ ਇੱਕ ਬਲੇਸਿੰਗ ਹੈ ਔਰ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਮੈਰਿਡ ਲਾਈਫ ਦੇ ਵਿੱਚ ਇੱਕ ਬੜੀ ਤਗੜੀ ਬਲੇਸ ਬਲੇਸ ਵਿਅਕਤੀ ਹੋ ਤੁਹਾਡੀ ਗਵਾਹੀ ਜਿਹੜੀ ਹੈ ਸਟਰੋਂਗ ਹੁੰਦੀ ਹੈ ਪਰਮੇਸ਼ਵਰ ਦੇ ਵਿੱਚ ਹਾਂ ਜਾਂ ਨਾ ਹਾਂ ਇਸ ਤੋਂ ਪਹਿਲਾਂ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਕਰਨੀ ਆ ਉਹ ਇਹ ਹੈ ਕਿ ਭਲਾ ਵਿਵਹਾਰ ਉਹਦੇ ਜੀਵਨ ਦੇ ਸਾਰੇ ਦਿਨਾਂ ਦੇ ਵਿੱਚ ਉਹ ਕਰਦੀ ਹੈ ਉਹਨੂੰ ਲਾਭ ਦੀ ਕਟੀ ਨਹੀਂ ਹੁੰਦੀ ਸੁਣੋ ਜਦੋਂ ਹਸਬੈਂਡ ਔਰ ਵਾਈਫ ਵੱਧਦੇ ਆਂ 2 ਤੋਂ 3 ਹੁੰਦੇ ਆ 2 ਤੋਂ 4 ਹੁੰਦੇ ਆ ਇੱਕ ਟਾਈਮ ਇਹੋ ਜਿਹਾ ਆ ਜਾਂਦਾ ਹੈ ਲਾਈਫ ਦੇ ਅੰਦਰ ਕਿ ਹੁਣ ਹਸਬੈਂਡ ਦੇ ਲਈ ਬੱਚੇ ਪ੍ਰਾਇੋਰਟੀ ਬਣ ਚੁੱਕੇ ਆ ਔਰ ਵਾਈਫ ਦੇ ਲਈ ਬੱਚੇ ਪ੍ਰਾਇੋਰਟੀ ਬਣ ਚੁੱਕੇ ਆ ਹਸਬੈਂਡ ਸੈਕਿੰਡ ਨੰਬਰ ਤੇ ਆ ਚੁੱਕਾ ਹੈ ਔਰ ਹਸਬੈਂਡ ਲਈ ਵਾਈਫ ਸੈਕਿੰਡ ਨੰਬਰ ਤੇ ਆ ਚੁੱਕਾ ਹੈ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਮੈਰਿਜ ਦੀ ਇਫ ਫੇਲੀਅਰ ਆ ਸਭ ਤੋਂ ਵੱਡਾ ਇਫ ਫੇਲੀਅਰ ਆ ਮੈਰਿਜ ਦਾ ਕਿ ਜਦੋਂ ਮੈਰਿਜ ਹੋ ਗਈ ਉਸ ਤੋਂ ਬਾਅਦ ਜਿਹੜੇ ਬੱਚੇ ਹੋ ਹਮੇਸ਼ਾ ਸੈਕਿੰਡ ਨੰਬਰ ਤੇ ਹੋਣੇ ਚਾਹੀਦੇ ਆ ਹਾਂ ਹਸਬੰਡ ਦੇ ਲਈ ਵਾਈਫ ਔਰ ਵਾਈਫ ਤੇ ਲਈ ਜਿਹੜੇ ਬੱਚੇ ਸੈਕਿੰਡ ਨੰਬਰ ਤੇ ਲੇਕਿਨ ਫਰਸਟ ਹਮੇਸ਼ਾ ਔਰ ਹਮੇਸ਼ਾ ਹਸਬੰਡ ਹੋਣਾ ਚਾਹੀਦਾ ਕਿਉਂਕਿ ਬੱਚੇ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਪ੍ਰਥਮ ਸਥਾਨ ਪਵਿੱਤਰ ਆਤਮਾ ਤੋਂ ਬਾਅਦ ਤੁਹਾਡੀ ਵਾਈਫ ਦਾ ਤੁਹਾਡੇ ਹਸਬੰਡ ਦਾ ਹੋਣਾ ਚਾਹੀਦਾ ਜਿੰਨੀਆਂ ਗੱਲਾਂ ਸੀ ਤੁਹਾਨੂੰ ਦੱਸ ਰਹੇ ਆ ਇਹ ਤੁਹਾਡੇ ਲਈ ਦੇ ਲਈ ਜੀਵਨ ਜਲਾਈ ਮੈਂ ਤੁਹਾਨੂੰ ਦੱਸ ਰਿਹਾ ਹੁੰਦਾ ਕੀ ਹੈ ਸੋ many ਰੀਜਨਸ ਉਹਨਾਂ ਦੇ ਘਰ ਦੇ ਵਿੱਚ ਹੁੰਦੇ ਆ ਬਾਪ ਜਦੋਂ ਆਪਣੇ ਬੱਚੇ ਨੂੰ ਪਾਲਦਾ ਕੰਮ ਤੇ ਜਾਂਦਾ ਮਾਂ ਪਿੱਛੇ ਰਹਿੰਦੀ ਹੈ ਬਾਪ ਤੇ ਮਾਂ ਚ ਬਣਦੀ ਨਹੀਂ ਕਮਿਊਨੀਕੇਸ਼ਨ ਬਹੁਤ ਗੈਪ ਹੈ ਸਾਰਾ ਸਾਰਾ ਦਿਨ ਫੋਨ ਤੇ ਗੱਲ ਨਹੀਂ ਹੁੰਦੀ ਉਹ ਆਪਣਾ ਕੰਮ ਕਰ ਰਿਹਾ ਹੈ ਘਰ ਲੇਡੀ ਆਪਣੀਆਂ ਚੁਗਲੀਆਂ ਕਰ ਰਹੀ ਹਵਾਵਾਂ ਦੇ ਗਿਰਨ ਦਾ ਕਾਰਨ ਇਹ ਸੀਗਾ ਕਿ ਪਰਮੇਸ਼ਵਰ ਨੇ ਆਦਮ ਦੀ ਡਿਊਟੀ ਲਈ ਸੀਗੀ ਕਿ ਆਦਮ ਤੂੰ ਹਵਾ ਦੇਉ ਆਪਣੇ ਨਾਲ ਰੱਖਣਾ ਔਰ ਬਾਈਬਲ ਦੱਸਦੀ ਹੈ ਕਿ ਹਵਾ ਇਕੱਲੀ ਛੱਡੀ ਗਈ ਜਦੋਂ ਹਵਾ ਇਕੱਲੀ ਰਹੀ ਤੇ ਫਿਰ ਸ਼ੈਤਾਨ ਨੇ ਕੰਮ ਕਰਨਾ ਸ਼ੁਰੂ ਕੀਤਾ ਫਿਰ ਸ਼ੈਤਾਨ ਕੀ ਕਰਦਾ ਸੀਗਾ ਡੇਲੀ ਉਹਦੇ ਦਿਮਾਗ ਚ ਗੱਲਾਂ ਪੰਦਾ ਸੀ ਉਹ ਥੋੜੀਆਂ ਥੋੜੀਆਂ ਗੱਲਾਂ ਉਹਦੇ ਦਿਮਾਗ ਦੇ ਵਿੱਚ ਪੰਦਾ ਸੀ ਕਿਉਂਕਿ ਸ਼ੈਤਾਨ ਜਿਹੜਾ ਉਹ ਇਕੱਠਾ ਨਹੀਂ ਕੰਮ ਕਰਦਾ ਉਹ ਹਲਕਾ ਹਲਕਾ ਹੁਲੀ ਹੁਲੀ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਪੌਲਸ ਨੇ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਪਤੀ ਆਪਣੇ ਪਤੀ ਦੇ ਨਾਲ ਰਵੇ ਅਲੱਗ ਨਾ ਹੋਵੇ ਪ੍ਰਾਰਥਨਾ ਕਰਨ ਦੇ ਟਾਈਮ ਤੁਸੀਂ ਅਲੱਗ ਰਵੋ ਕਿ ਐਵੇਂ ਨਾ ਹੋਵੇ ਕਿ ਸ਼ੈਤਾਨ ਤੁਹਾਡੇ ਅਸੰਯਮ ਦੇ ਕਰਕੇ ਤੁਹਾਨੂੰ ਪਰਖੇ ਜਦੋਂ ਕਮਿਊਨੀਕੇਸ਼ਨ ਆਪਸ ਨਹੀਂ ਹੁੰਦਾ ਸਾਡੀ ਗੱਲਬਾਤ ਆਪਸ ਨਹੀਂ ਹੁੰਦੀ ਉਹ ਗੱਲਬਾਤ ਟੁੱਟਣ ਦਾ ਕਾਰਨ ਕੀ ਹੈ ਕਿ ਹਸਬੰਡ ਨੇ ਗੱਲ ਨਹੀਂ ਮੰਨੀ ਇਆ ਵਾਈਫ ਨੇ ਗੱਲ ਨਹੀਂ ਮੰਨੀ ਅਸੀਂ ਇੱਕ ਇਸ਼ੂ ਸੋਲਵ ਨਹੀਂ ਕੀਤਾ ਇੱਕ ਨੇ ਮੂੰਹ ਇੱਧਰ ਕਰ ਲਿਆ ਇੱਕ ਨੇ ਮੂੰਹ ਇੱਧਰ ਕਰ ਲਿਆ ਤੇ ਐਂ ਲੱਗਦਾ ਕਿ ਬੱਚਿਆਂ ਨੇ ਦੋ ਬੰਦੇ ਰੱਖੇ ਆ ਪਾਲਣ ਵਾਲੇ ਇੱਕ ਦਾ ਨਾਮ ਡੈਡੀ ਰੱਖਿਆ ਤੇ ਇੱਕ ਦਾ ਨਾਮ ਮੰਮੀ ਰੱਖਿਆ ਹੋਇਆ ਹਾਂ ਤੇ ਦੋ ਬੰਦੇ ਆਂਦੇ ਆ ਉਹਨੂੰ ਪਾਲਣ ਵਾਸਤੇ ਡੈਡੀ ਡੈਡੀ ਨਾਮ ਦਾ ਬੰਦਾ ਰਾਤੀ ਆਂਦਾ ਤੇ ਮੰਮੀ ਸਵੇਰੇ ਕੰਮ ਕਰਦੀ ਹੈ ਤੇ ਬੱਚੇ ਨੇ ਦੋ ਬੰਦੇ ਰੱਖੇ ਹੋਏ ਆਪਣੇ ਆਪ ਨੂੰ ਪਾਲਣ ਲਈ ਤੇ ਉਹ ਦੋ ਬੰਦਿਆਂ ਦੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਟਾਡੇ ਬੱਚੇ ਤੁਹਾਡੇ ਲਈ ਹਮੇਸ਼ਾ ਸੈਕਿੰਡ ਨੰਬਰ ਤੇ ਹੈ ਕਿਉਂਕਿ ਜਦੋਂ ਉਹ ਵੱਡੇ ਹੋ ਜਾਣੇ ਆ ਉਹ ਵਿਆਹ ਜਾਣੇ ਉਹਨਾਂ ਨੇ ਆਪਣੇ ਕੰਮ 'ਚ ਬਿਜ਼ੀ ਹੋਣਾ ਤੁਹਾਡੀ ਵਾਈਫ ਨੇ ਸਾਰੀ ਉਮਰ ਤੁਹਾਡੇ ਨਾਲ ਖੜੀ ਰਹਿਣਾ ਇਸ ਲਈ ਵਾਈਫ ਦਾ ਸਥਾਨ ਨਾ ਤੁਹਾਡੀ ਮੰਮੀ ਲੈ ਸਕਦੀ ਹੈ ਨਾ ਤੁਹਾਡਾ ਫਾਦਰ ਲੈ ਸਕਦਾ ਨਾ ਤੁਹਾਡਾ ਬੈਸਟ ਫਰੈਂਡ ਲੈ ਸਕਦਾ ਕਿਉਂਕਿ ਤੁਹਾਡਾ ਬੈਸਟ ਫਰੈਂਡ ਵੀ ਤੁਹਾਨੂੰ ਇੱਕ ਦਿਨ ਛੱਡ ਕੇ ਜਾ ਸਕਦਾ ਪਰ ਤੁਹਾਡੀ ਵਾਈਫ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੀ ਹੁੰਦਾ ਕਿ ਜਦ ਬੱਚੇ ਵੱਡੇ ਹੁੰਦੇ ਆ ਸੋ ਮਨੀ ਰੀਜਨਸ ਬਹੁਤ ਸਾਰੇ ਰੀਜਨਸ ਦੇ ਕਰਕੇ ਉਹ ਦਾਦੀ ਉਹਨਾਂ ਨੂੰ ਸਿਖਾਉਂਦੀ ਹੈ ਵਖਰਾ ਅੱਛਾ ਤੂੰ ਆਪਕੋ ਪੁੱਤੋ ਮੰਮੀ ਦੀ ਗੱਲ ਨਹੀਂ ਮੰਨੀ ਪਾਪਾ ਦੀ ਗੱਲ ਮੰਨਿਆ ਕਰ ਹੁਣ ਘਰ ਚ ਫਾਈਟ ਸ਼ੁਰੂ ਹੋ ਚੁੱਕੀ ਹੁਣ ਮੰਮੀ ਨੂੰ ਪਤਾ ਲੱਗ ਰਿਹਾ ਕਿ ਦਾਦੀ ਨੇ ਉਹਦੇ ਦਿਮਾਗ ਚ ਗਲਤ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਮੰਮੀ ਨੂੰ ਸਮਝਾ ਕੇ ਗੈਰੀ ਪੁੱਤੋ ਪਾਪਾ ਦੀ ਗੱਲ ਨਹੀਂ ਮੰਨੀ ਤੂੰ ਅੱਛਾ ਮੈਂ ਤੇਰੀ ਮਾਂ ਆ ਨਾ ਤੂੰ ਮੇਰੀ ਗੱਲ ਮੰਨੀ ਹੁਣ ਮੁੰਡਾ ਬੱਚਾ ਕਨਫਿਊਜ਼ ਹੋ ਚੁੱਕਾ ਹੂੰ ਕਈ ਵਾਰੀ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ 3 ਸਾਲ ਦਾ ਕਿ ਪਾਪਾ ਮੰਮੀ ਨੇ ਐਸਾ ਕਹਾ ਮੈਂ ਕਰੋ ਫਿਰ ਕਿਆ ਤੋ ਕਈ ਵਾਰ ਮੰਮੀ ਨੂੰ ਜਾ ਕੇ ਨਾ ਮੰਮਾ ਪਾਪਾ ਨੇ ਐਸਾ ਬੋਲਾ ਕਰਨੇ ਲਈ ਮੰਮਾ ਨੇ ਕਿਹਾ ਕਰੋ ਫਿਰ ਪਾਪਾ ਨੇ ਬੋਲਾ ਤੋ ਮੰਮਾ ਆਪਨੇ ਤੋ ਐਸਾ ਕਹਾਤਾ ਕੋਈ ਬਾਤ ਨਹੀਂ ਮੈਨੇ ਜੈਸਾ ਵੀ ਕਹਾਤਾ ਜੈਸਾ ਪਾਪਾ ਨੇ ਕਹਾ ਵੈਸਾ ਕਰੋ ਹੁੰਦਾ ਕਿ ਇਹ ਕਿ ਬੱਚੇ ਨੂੰ ਇਹ ਪਤਾ ਲੱਗਦਾ ਹੈ ਕਿ ਮਾਪਿਓ ਜਿਹੜੇ ਆ ਉਹ ਇੱਕ ਮੰਨ ਹallelujah ਜਦੋਂ ਬੱਚੇ ਨੂੰ ਇਹ ਗੱਲ ਪਤਾ ਲੱਗਦੀ ਉਹਦੀ ਪਰਵਰਿਸ਼ ਰਾਈਟ ਤਰੀਕੇ ਨਾਲ ਹੁੰਦੀ ਅੱਜ ਬਹੁਤ ਸਾਰੀਆਂ ਫੈਮਲੀ ਜਦੋਂ ਮੈਂ ਗੱਡੀ ਜਾ ਰਿਹਾ ਸੀ ਹੁਲੀ ਸਪਿਰਿਟ ਮੈਂ ਦੱਸ ਰਿਹਾ ਸੀ ਕਿ ਅੱਜ ਬਹੁਤ ਸਾਰੀਆਂ ਫੈਮਲੀਆਂ ਦੇ ਟੁੱਟਣ ਦਾ ਕਾਰਨ ਉਹਨਾਂ ਦੇ ਬੱਚਿਆਂ ਦੀ ਸਹੀ ਪਰਵਰਿਸ਼ ਨਾ ਹੋਣਾ ਸਮਝ ਆ ਰਹੀ ਸਾਰਿਆਂ ਨੂੰ ਉਹਨਾਂ ਦੀ ਫੈਮਲੀ ਦੇ ਬ੍ਰੇਕ ਹੋਣ ਦਾ ਕਰਕੇ ਕਾਰਨ ਉਹਨਾਂ ਦੀ ਫੈਮਲੀ ਵਿੱਚ ਦੋ ਮਨੇ ਹੋਣ ਦਾ ਕਾਰਨ ਉਹਨਾਂ ਦੇ ਬੱਚਿਆਂ ਦਾ ਰੋਂਗ ਪਰਵਰਿਸ਼ ਹੋਣਾ ਕਿਉਂਕਿ ਜਦੋਂ ਛੋਟਾ ਬੱਚਾ ਤੁਹਾਨੂੰ ਆਪਸ ਫੁੱਟਿਆ ਦੇਖਦਾ ਹੈ ਫੈਮਿਲੀ 'ਚ ਮੇਰੀ ਫੈਮਿਲੀ ਦੇ ਵਿੱਚ ਕਿਸੇ ਕੋ ਇਹ ਪਾਵਰ ਨਹੀਂ ਹੈ ਨਾ ਦਾਦਾ ਕੋ ਨਾ ਦਾਦੀ ਕੋ ਨਾ ਚਾਚੀ ਕੋ ਨਾ ਚਾਚੇ ਕੋ ਨਾ ਤਾਏ ਕੋ ਨਾ ਕਿਸੇ ਕੋ ਕਿ ਉਹ ਸਾਡੇ ਬੱਚੇ ਦੀ ਕਾਉਂਸਲਿੰਗ ਕਰ ਸਕੇ ਸਿਰਫ ਕੁਝ ਗੱਲਾਂ ਉਹ ਸਿਖਾ ਸਕਦੇ ਸਾਰੀਆਂ ਗੱਲਾਂ ਉਹ ਬੱਚੇ ਨੂੰ ਸਮਝਾ ਨਹੀਂ ਸਕਦੇ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਸਿਰਫ ਸਾਡੇ ਦੋਨਾਂ ਦੀ ਗੱਲ ਸੁਣਦੇ ਆ ਦੈਟਸ ਛੋਟੇ ਵਿੱਚ ਜਦੋਂ ਹੁੰਦੇ ਆ ਉਹਨਾਂ ਨੂੰ ਅਸੀਂ ਮਾਂ ਕਹਿੰਦੀ ਮੇਰਾ ਬੱਚਾ ਪਪਾ ਜੀ ਕਰਿਓ ਪਰੇ ਮੇਰਾ ਬੱਚਾ ਬੜਾ ਢੀਠ ਹੈ ਬਹੁਤ ਢੀਠ ਹੈ ਬੜਾ ਉਹ ਛੋਟਾ ਜਿਹਾਂਲੇ 2 ਸਾਲ ਦਾ ਪਰ ਤੁਸੀਂ ਉਹਨੂੰ ਢੀਠ ਕਹਿ ਕਹਿ ਕੇ ਉਹਨੂੰ ਇਹੋ ਜਿਹਾ ਢੀਠ ਬਣਾ ਦੇਣਾ ਕਿ ਵੱਡਾ ਹੋ ਕੇ ਜਦੋਂ ਉਹਨੇ दारू ਫੜਨੀ ਉਹਨੇ ਛੱਡਨੀ ਨਹੀਂ ਕਿਉਂਕਿ ਤੁਸੀਂ ਬਚਪਨ ਤੋਂ ਉਹਦੇ ਅੰਦਰ ਇੱਕ ਬੀਜ ਪਾ ਚੁੱਕੇ ਹੋ ਕਿ ਮੇਰਾ ਬੱਚਾ ਬਹੁਤ ਢੀਠ ਹੈ ਸੇਮ ਤੁਹਾਡੀ ਵਾਈਫ ਸੇਮ ਤੁਹਾਡਾ ਹਸਬੰਡ ਜਿਹੋ ਜਿਹੇ ਵਰਡ ਤੁਸੀਂ ਆਪਣੀ ਵਾਈਫ ਦੇ ਅੰਦਰ ਟਰਾਂਸਫਰ ਕਰੋਗੇ ਜਿਹੋ ਜਿਹੇ ਵਰਡ ਤੁਸੀਂ ਆਪਣੇ ਹਸਬੰਡ ਦੇ ਅੰਦਰ ਟਰਾਂਸਫਰ ਕਰੋਗੇ ਉਹੋ ਜਿਹਾ ਰਿਜ਼ਲਟ ਉਹ ਤੁਹਾਨੂੰ ਦੇਣਗੇ ਹਮੇਸ਼ਾ ਸੋ ਇਹ ਬਹੁਤ ਇੰਪੋਰਟੈਂਟ ਆ ਕਿ ਜਿਹੜੇ ਬੱਚੇ ਆ ਜਦੋਂ ਹਸਬੰਡ ਬਾਹਰ ਗਿਆ ਤੇ ਵਾਈਫਸ ਜਿਹੜੀਆਂ ਉਹਨਾਂ ਨੂੰ obedient ਆਗਿਆਕਾਰੀਤਾ ਦੇ ਵਿੱਚ ਰਹਿਣਾ ਸਿਖਾਉਣ ਇਹ ਬਹੁਤ ਇੰਪੋਰਟੈਂਟ ਆ ਬੱਚਿਆਂ ਨੂੰ ਸਿਖਾਉਣਾ ਉਹਨਾਂ ਨੂੰ ਕਦੀ ਵੀ ਕੋਈ ਗਲਤ ਚੀਜ਼ ਨਾ ਸਿਖਾਈ ਜਾਵੇ ਆਪਣੇ ਹਸਬੈਂਡਸ ਦੇ ਜਿਹੜਾ ਖਿਲਾਫ ਕਰਨਾ ਹੈ ਬਹੁਤ ਮਾੜੀ ਚੀਜ਼ ਹੈ ਕਿਉਂਕਿ ਜਦੋਂ ਬੱਚੇ ਵੱਡੇ ਹੁੰਦੇ ਆ ਤੇ ਇਹ ਜਿਹੜਾ ਸਿਖਾਇਆ ਗਲਤ ਸਿਖਾਇਆ ਇਹ ਫੀਡਬੈਕ ਸਾਨੂੰ ਵਾਪਸ ਆਉਂਦਾ ਦੇਖੋ ਤੁਸੀਂ ਉਹੀ ਬੋਇਆ ਉਹਨਾਂ ਦੀ ਲਾਈਫ ਦੇ ਵਿੱਚ ਤੇ ਜੋ ਤੁਸੀਂ ਬੋਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਗੇਮਾਂ ਬੋਈਆਂ ਜਦੋਂ ਵੱਡਾ ਹੋ ਜਾਂਦਾ ਮਾਪਿਓ ਫਿਰ ਗੇਮਾਂ ਹੀ ਕੱਟਦਾ ਹੈ ਉਹਦੀ ਲਾਈਫ ਦੇ ਵਿੱਚੋਂ ਕਿੰਨੇ ਮੇਰੀ ਗੱਲ ਸਮਝ ਰਹੇ ਨੇ ਪਹਿਲੀ ਗੱਲ ਗਰੰਟੀਡ ਨਹੀਂ ਲੈਣਾ ਜੇ ਸਾਨੂੰ ਪਤਾ ਹੈ ਕਿ ਮੈਂ ਗਲਤ ਡਾਈਟ ਲੈ ਰਹੀ ਆ ਮੈਂ ਦੇਸੀ ਘਿਓ ਹੀ ਖਾਈ ਜਾਨੀ ਐ ਸ਼ੀਲੇ ਚ ਦੇਸੀ ਘਿਓ ਖਾਈ ਗਏ ਸ਼ੀਲਾ ਲੰਗ ਵੀ ਗਏ ਤੁਹਾਨੂੰ ਲਈ ਵੀ ਦੇਸੀ ਘਿਓ ਚੱਲ ਰਿਹਾ ਟਡੇ ਇੱਥੇ ਆਇਆ ਪਿਆ ਬੁਲਾਗੇ ਨਹੀਂ ਰਿਹਾ ਜਨਾਨੀ ਯਾਰੇ ਲੱਗ ਰਿਹਾ ਕੋਈ ਫੁੱਟਬਾਲ ਚੱਲਦਾ ਆ ਰਿਹਾ ਤੇ ਬੰਦਾ ਵੀ ਜਿਹੜਾ ਉਹਨੂੰ ਉਹਨੂੰ ਲੈ ਕੇ ਨਹੀਂ ਜਾ ਰਿਹਾ ਕਿਤੇ ਮੈਰਿਜ ਤੇ ਉਹਨੂੰ ਪਤਾ ਹੈ ਕਿ ਭਰਾਵਾ ਤੈਨੂੰ ਨਾਲ ਲੈ ਗਿਆ ਬਲਾ ਤੇ ਮੈਨੂੰ 10 ਲੋਕਾਂ ਨੂੰ ਦੱਸਣਾ ਪੈਣਾ ਕਿ ਮੇਰੀ ਵਾਈਫ ਐ ਤੇ ਮੈਨੂੰ ਸ਼ਰਮ ਆਊਗੀ ਵਰ ਹਸਬੈਂਡ ਵਾਈਫ ਹਾਈਜੀਨਿਕ ਰਹਿਣੇ ਚਾਹੀਦੇ ਸਾਫ਼ ਸੁਥਰੇ ਰਹਿਣੇ ਚਾਹੀਦੇ ਕਲੀਨ ਰਹਿਣੇ ਚਾਹੀਦੇ ਘਰ ਵੀ ਬਾਾਰ ਵੀ ਹਰ ਤਰਫ ਤੋਂ ਕਲੀਨ ਹੋਣੇ ਚਾਹੀਦੇ ਉਹਨਾਂ ਦੀ ਲਾਈਫ ਜਿਹੜੀ ਹੈ ਉਹ ਸਾਫ਼ ਹੋਣੀ ਚਾਹੀਦੀ ਨਹੀਂ ਤਾਂ ਇਹ ਚੀਜ਼ਾਂ ਛੋਟੀਆਂ ਛੋਟੀਆਂ ਬਤੰਗੜ ਬਣ ਸਕਦੀਆਂ ਇੱਥੋਂ ਤੱਕ ਕਿ ਡਾਈਵੋਰਸ ਤੱਕ ਵੀ ਪਹੁੰਚ ਸਕਦੀਆਂ ਹਸਬੰਦ ਲਗਦਾ ਲੈ ਹੈ ਇਹ ਤਾਂ ਹੁਣ ਮੇਰੀ ਵਾਈਫ ਹੈ ਮੂੰਹ 'ਚ ਗੁਟਕਾ ਪਾ ਕੇ ਭਾਵੇਂ ਮੈਂ ਇਹਦੇ ਕੋਲ ਜਾਵਾਂ ਭਾਵੇਂ ਸ਼ਰਾਬ ਪੀ ਕੇ ਜਾਵਾਂ ਮੈਂ ਬਰਸ਼ੂ ਕਿਤੇ ਵੀ ਨਾ ਜਾਵਾਂ ਲੈ ਫਿਰ ਕੀ ਹੈ ਜਿੰਦਾ ਦੀ ਸਰਵਿਸ ਤੁਸੀਂ ਦੋਗੇ ਉਦਾਂ ਦੀ ਸਰਵਿਸ ਤੁਹਾਨੂੰ ਮਿਲਣੀ ਤੁਸੀਂ ਇੱਜ਼ਤ ਬੋਈ ਨਹੀਂ ਇੱਜ਼ਤ ਕੱਟੀ ਨਹੀਂ ਜਦੋਂ ਅੰਗੇਜਮੈਂਟ ਹੋਈ ਸੀ ਤੇ ਮੈਕਡੋਨਲਡ ਦਾ 버ਗਰ ਜਾਂਦਾ ਹੁੰਦਾ ਸੀ ਹੈ ਤੇ ਜਦੋਂ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਫਿਰ 15 ਰੁਪਏ ਵਾਲਾ 버ਗਰ ਉਹ ਬੰਦਾ ਉਹ ਵੀ ਵੇਲੇ 10 ਵਾਰੀ ਸੋਚਦਾ ਲੈ ਕੇ ਜਾਵਾਂਗੇ ਨਾ ਤੇ ਫਿਰ ਅੱਗੋਂ ਗੋਲ-ਗੋਲ ਖੇਰੇ ਮਿਲਣ ਦੀ ਆਸ ਵੀ ਨਾ ਰੱਖੋ ਹਾਂ ਰੋਟੀ ਉੱਤੇ ਸਬਜ਼ੀ ਪਾ ਕੇ ਇਹਦਾ ਦੇ ਦੇਣਾ ਡੋਲ ਕੇ ਦੇ ਦੇ ਉਹ ਹੀ ਸ਼ੁਕਰ ਮਨਾਓ ਕਿ ਮਿਲ ਗਈ ਹੈ ਤੁਹਾਨੂੰ ਜਿਹੋ ਜਿਹਾ 버ਗਰ ਸੀ ਤੁਹਾਡਾ ਵਾਈਫ ਲਈ ਇੱਕ ਹਸਬੈਂਡ ਨੂੰ ਅਗਰ ਦੇਖਣਾ ਹੋਵੇ ਤੇ ਕਦੀ ਉਹਦੇ ਕੱਪੜੇ ਨਾ ਦੇਖੋ ਉਹਦੀ ਵਾਈਫ ਦੇਖੋ ਇੱਕ ਵਾਈਫ ਅਗਰ ਟੁੱਟੀ ਹੋਈ ਹੈ ਤੇ ਉਹਦੇ ਹਸਬੈਂਡ ਦਾ ਜ਼ਬਰਦਸਤ ਫੇਲੀਅਰ ਹੈ ਇਕ ਹਸਬੈਂਡ ਦੇ ਸ਼ਰੀਰ ਤੇ ਜਿੰਨਾ ਪੈਸਾ ਲੱਗਾ ਹੋਣਾ ਚਾਹੀਦਾ ਇਸ ਟਾਈਮ ਉਹਦੀ ਵਾਈਫ ਤੇ ਤਿੰਨਾਂ ਚੁਗਣਾ ਚਾਰ ਗੁਣਾ ਹੋਣਾ ਚਾਹੀਦਾ ਫਿਰ ਉਹ ਹਸਬੈਂਡ ਪਾਸ ਹੈ ਨਹੀਂ ਤਾਂ ਫੇਲ ਸਮਝੋ ਆਪਣੇ ਆਪ ਨੂੰ ਔਰ ਜਦੋਂ ਮੈਰਿਜ ਹੋ ਜਾਂਦੀ ਉਸ ਤੋਂ ਬਾਅਦ ਵਿੱਚ ਆਪਾਂ ਮੋਸਟਲੀ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਮੈਰਿਜ ਹੋ ਜਾਂਦੀ ਹੈ ਵਾਈਫਸ ਜਿਹੜੀਆਂ ਉਹ ਆਪਣੇ ਮਾਇਕਾ ਜਿਹੜਾ ਪਰਿਵਾਰ ਆ ਉਹਦੇ ਨਾਲ ਜਿਹੜੀ ਉਹਨਾਂ ਦੀ ਅਟੈਚਮੈਂਟ ਆ ਉਹ ਤੇ ਬਣੀ ਰਹਿੰਦੀ ਆ ਦਿਨ ਲਈ ਫੋਨ ਕਾਲਸ ਤੇ ਦਿਨ ਹਰ ਗੱਲ ਸ਼ੇਅਰ ਕਰਨੀ ਹਰ ਸੀਕ੍ਰੇਟ ਸ਼ੇਅਰ ਕਰਦੀ ਆ ਆਪਣੇ ਸਹੁਰੇ ਪਰਿਵਾਰ ਦਾ ਜਦ ਕਿ ਜਦੋਂ ਮੈਰਿਜ ਹੋ ਜਾਂਦੀ ਆ ਤੇ ਜਿਹੜੀ ਰੀਅਲ ਹਾਊਸ ਆ ਰੀਅਲ ਫੈਮਿਲੀ ਉਹ ਸਹੁਰਾ ਪਰਿਵਾਰ ਆ ਤੁਹਾਡਾ ਹਸਬੰਡ ਆ ਤੇ ਚਾਹੀਦਾ ਇਹ ਆ ਕਿ ਅਸੀਂ ਥੋੜਾ ਜਿਹਾ ਸੈਪਰੇਟ ਰਹਿ ਕੇ ਆਪਣੇ ਮਾਇਕੇ ਤੋਂ ਆਪਣੇ ਸਹੁਰੇ ਪਰਿਵਾਰ ਦੇ ਨਾਲ ਆਪਣੇ ਹਸਬੰਡਸ ਦੇ ਨਾਲ ਅਦਰ ਫੈਮਿਲੀ ਦੇ ਨਾਲ ਅਸੀਂ ਟਾਈਮ ਸਪੈਂਡ ਕਰੀਏ ਉਹਨਾਂ ਦੇ ਨਾਲ ਜਿਹੜੀ ਆਪਣੀ ਬਾਂਡੇ ਚ ਉਹਨੂੰ ਸਟਰੋਂਗ ਕਰੀਏ ਇਹ ਬਹੁਤ ਇੰਪੋਰਟੈਂਟ ਆ ਇਹ ਪੁਆਇੰਟ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਇਹ ਜ਼ਬਰਦਸਤਾਂ ਨੂੰ ਸਮਝ ਆਨੇ ਚਾਹੀਦੇ ਮੋਮੰਦ ਅਸਾ ਕਿ ਡੋਨਟ ਗੋ ਟੂ ਯੂਰ ਪੇਰੈਂਟਸ ਮਤਲਬ ਇਹਨਾਂ ਚ ਇਦਾਂ ਨਹੀਂ ਕਿ ਪੇਕੇ ਨੂੰ ਭੁੱਲ ਜਾਣਾ ਬਾਈਬਲ ਦੱਸਦੀ ਇਹ ਗੱਲਾਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਕਿ ਜਿਹੜਾ ਹਸਬੈਂਡ ਹੈ ਉਹਦੇ ਉਹਦੇ ਜਵਾਈ ਨਾਮ ਦਾ ਕੋਈ ਵੀ ਸ਼ਬਦ ਇਬਰਾਨੀ ਭਾਸ਼ਾ ਚ ਨਹੀਂ ਹੈ ਉਹਦਾ ਮਤਲਬ ਇਹ ਹੈ ਕਿ ਹਸਬੈਂਡ ਦੀ ਜਦੋਂ ਮੈਰਿਜ ਹੁੰਦੀ ਹੈ ਵਾਈਫ ਆਪਣੇ ਨਾਲ ਉਹਦੇ ਵਾਈਫ ਦੇ ਮਾਤਾ ਪਿਤਾ ਹਸਬੈਂਡ ਦੇ ਮਾਤਾ ਪਿਤਾ ਬਣਦੇ ਆ ਹੁੰਦਾ ਕੀ ਹੈ ਗੜਬੜ ਕਿੱਥੋਂ ਸ਼ੁਰੂ ਹੁੰਦੀ ਉਹਨੂੰ ਆਪਾਂ ਕਿਦਾਂ ਸੈਟੀਸਫਾਈਡ ਕਰ ਸਕਦੇ ਆ ਮੋਸਟਲੀ ਲੇਡੀਜ਼ ਦੀ ਪ੍ਰੋਬਲਮ ਇਹ ਹੈ ਉਹਨਾਂ ਦੇ ਘਰ ਚ ਕਿ ਹਸਬੰਡ ਉਹਨਾਂ ਨੂੰ ਆਪਣੀ ਸੈਲਰੀ ਨਹੀਂ ਦੱਸਦਾ ਹਸਬੰਡ ਦੱਸਦਾ ਨਹੀਂ ਉਹ ਕੀ ਕਮਾਉਂਦਾ ਮੈਂ ਸਹੀ ਕਹਿ ਰਿਹਾ ਕਿ ਨਹੀਂ ਲੇਡੀਜ਼ ਹਸਬੰਡ ਕਿਉਂ ਨਹੀਂ ਦੱਸਦਾ ਕਿਉਂਕਿ ਜੇ ਹਸਬੰਡ ਨੇ ਦੱਸ ਦਿੱਤਾ ਉਹਨੂੰ ਪਤਾ ਕਿ ਡਿਮਾਂਡ ਲੋਅ ਆਈ ਲੋਕ ਟੇਬਲ ਦੇ ਉੱਤੇ ਅਗਰ ਤਾਂ ਡੇ ਵਾਈਫ ਦਾ ਕੋਈ ਵੀ ਬ੍ਰਦਰ ਨਹੀਂ ਹੈ ਉਹਦੀ ਵਾਈਫ ਦਾ ਜਿਹੜਾ ਫਾਦਰ ਹੈ ਉਹ ਕਮਾਂਦਾ ਨਹੀਂ ਹੈ ਉਹਦੀ ਫੈਮਿਲੀ ਨੂੰ ਪਾਲਣ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਐ ਐਕਚੁਅਲ ਚ ਪਰ ਅੱਜ ਕੱਲ ਬੰਦੇ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਕੁੜੀਆਂ ਦੇ ਘਰੋਂ ਸਿਰਫ ਲੈਣਾ ਆ ਆਪਾਂ ਦੇਣਾ ਨਹੀਂਗਾ ਤੇ ਉਹਦਾ ਭਾਵੇਂ ਸੋਚੋ ਤੁਹਾਡੀ ਵਾਈਫ ਦੇ ਘਰ ਦੇ ਭੁੱਖੇ ਹੋਣ ਤੁਹਾਨੂੰ ਉਹ ਸੁੱਖ ਦੇ ਪਾਉਗੇ ਤੁਹਾਡੀ ਵਾਈਫ ਉਹ ਤੁਹਾਡੇ ਨਾਲ ਤੇ ਰਹੇਗੀ ਸਰੀਰਕ ਤੌਰ ਦੇ ਉੱਤੇ ਤੁਹਾਨੂੰ ਤਾਂ ਉਹ ਪਿਆਰ ਵੀ ਕਰੇਗੀ ਪਰ ਅੰਦਰੋਂ ਦੁਖੀ ਰਹੇਗੀ ਉਹ ਉਹਨੇ ਇੱਕ ਦੁਖੀ ਬੰਦਾ ਇੱਕ ਸੋਲਜਰ ਦੁਖੀ ਹੈ ਤੇ ਇੱਕ ਸੁਖੀ ਹੈ ਇੱਕ ਚੰਗਾ ਹੈ ਤੇ ਇੱਕ ਬਿਮਾਰ ਹੈ ਉਹ ਦੋਨੋਂ ਇੱਕ ਮਨ ਹੋ ਕੇ ਫਿਰ ਨਹੀਂ ਚੱਲ ਸਕਦੇ ਕਿਉਂਕਿ ਵਾਈਫ ਦੇ ਦਿਮਾਗ 'ਚ ਸਾਰਾ ਦਿਨ ਇਹੀ ਛਾਇਆ ਰਹਿਣਾ ਹਾਏ ਮੇਰਾ ਡੈਡੀ ਹਾਏ ਮੇਰੀ ਮੰਮੀ ਹਾਏ ਮੇਰਾ ਡੈਡੀ ਹਾਏ ਮੇਰੀ ਮੰਮੀ ਘਰ ਦੀ ਭਾਂਡੇ ਮਾਇਂਦੀ ਉਹਨਾਂ ਘਰ ਦਾ ਕੰਮ ਕਰਦੀ ਉਹਨਾਂ ਹਸਬੰਡ ਦੇ ਨਾਲ ਭਾਵੇਂ ਪਰ ਉਹਨੇ ਸੋਚੀ ਉਹੀ ਜਾਣਾ ਜੋ ਕਿ ਹਸਬੈਂਡ ਨਹੀਂ ਸੋਚ ਰਿਹਾ ਹਸਬੈਂਡ ਨੂੰ ਇਹ ਸਿਖਾਇਆ ਗਿਆ ਨਹੀਂ ਉਹਦੇ ਘਰਦਿਆਂ ਨੂੰ ਕੋਈ ਸਪੋਰਟ ਨਹੀਂ ਕਰਨੀ ਇਹ ਰੋਂਗ ਹੈ ਇਹ ਰੋਂਗ ਹੈ ਸਪਿਰਚੁਅਲ ਲੋਗ ਆਪਣੇ ਇਨ ਲਾਉ ਦੀ ਹੈਲਪ ਕਰਦੇ ਨੇ ਹਰ ਮੰਦ ਹਰ ਰੋਜ਼ ਹਰ ਹਫਤੇ ਹਰ ਸਾਲ ਸਭ ਤੋਂ ਪਹਿਲੀ ਗੱਲ ਜਦੋਂ ਦਰਸ਼ਨ ਦਿਮਾਗ 'ਚ ਨਹੀਂ ਹੁੰਦਾ ਬੰਦੇ ਦਾ ਵਿਜ਼ਨ ਨਹੀਂ ਹੈ ਕੋਈ ਵੀ ਜਦੋਂ ਇੱਕ vision ਹੋਏਗਾ ਕੰਮ ਹੋਏਗਾ ਕਿ ਆਹ ਮੇਰਾ vision ਹੈ ਆਹ ਮੇਰਾ ਕੰਮ ਹੈ ਹਸਬੰਡ ਵਾਈਫ ਨੂੰ ਪਤਾ ਹੋਏਗਾ ਕਿ ਅਸੀਂ ਇਸ vision ਦੇ ਉੱਤੇ ਚੱਲਣਾ ਹੈ ਇਹ ਟਾਰਗੇਟ ਹੈ ਸਾਡਾ ਹੁਣ ਹਸਬੰਡ ਨੂੰ ਪਤਾ ਹੈ ਕਿ ਜੇ ਮੈਂ ਆਪਣੀ ਵਾਈਫ ਨੂੰ ਇੱਕ ਮਨ ਹੋ ਕੇ ਮੰਗਦਾ ਕਿ ਮੇਰੇ ਨਾਲ ਇਸ vision ਤੇ ਚੱਲੇ ਤੇ ਇਹਦਾ ਦਿਮਾਗ ਫ੍ਰੀ ਰਹਿਣਾ ਚਾਹੀਦਾ ਟੋਟਲ ਜੇ ਇਹਦਾ ਦਿਮਾਗ ਹੀ ਫ੍ਰੀ ਨਹੀਂ ਹੋਏਗਾ ਤੇ ਇਹ ਮੇਰੇ ਨਾਲ ਸ਼ਰੀਰਿਕ ਰੂਪ ਤੇ ਤਾਂ ਹੋਏਗੀ ਪਰ ਇਹ ਕੰਮ ਨਹੀਂ ਕਰ पाएगी ਇਸ ਕਰਕੇ ਇਸ ਲਈ ਲਿਖਿਆ ਇੱਕ ਦੂਸਰੇ ਦੀਆਂ ਜ਼ਰੂਰਤਾਂ ਦਾ ਕੀ ਰੱਖੋ ਧਿਆਨ ਰੱਖੋ ਇੱਕ ਵਾਰੀ ਕੁਝ ਸਿਸਟਰਸ ਆਈਆਂ ਮੇਰੇ ਕੋਲ ਮੈਂ ਕੀ ਨੋਟਿਸ ਕੀਤਾ ਸਾਰੀਆਂ ਮੈਰਿਡ ਸਿਸਟਰਸ ਹੈ ਪਰ ਉਹਨਾਂ ਚੋਂ ਅੱਧੀ ਅੱਧੀ ਸਿਸਟਰਸ ਦੀ ਮੈਰਿਡ ਲਾਈਫ ਬੜੀ ਖਰਾਬ ਹੈ ਮੈਨੂੰ ਬੜੀ ਹੈਰਾਨੀ ਹੋਈ ਬਾਅਦ ਚ ਮੈਂ ਨੋਟਿਸ ਕੀਤਾ ਸਾਰੀਆਂ ਸਿਸਟਰਸ ਆਪਸ ਚ ਸਾਰੀਆਂ ਗੱਲਾਂ ਸ਼ੇਅਰ ਕਰਦੀਆਂ ਸੀ ਆਪਣੇ ਹਸਬੰਡ ਦੀਆਂ ਅੱਜ ਇਹ ਹੋਇਆ ਕੱਲ ਨੂੰ ਇਹ ਹੋਇਆ ਰਾਤੀ ਅਸੀਂ ਉੱਥੇ ਸੀ ਆਹ ਕੀਤਾ ਉਹ ਮਤਲਬ ਹਰ ਗੱਲ ਮਤਲਬ ਹਰ ਗੱਲ ਆਪਸ ਚ ਸਾਰੀਆਂ ਸਿਸਟਰਸ ਹਸਬੰਦ ਨੂੰ ਪਤਾ ਕਿ ਫੋਨ ਲੱਗਾ ਕੰਨ ਤੇ ਮਤਲਬ ਭੈਣ ਨਾਲ ਗੱਲ ਕਰਦੀ ਜਾਂ ਮਾਂ ਨਾਲ ਮਾਂ ਨੂੰ ਡੇਲੀ ਦੱਸਣਾ ਅੱਜ ਇਹ ਬਣਾਇਆ ਢਿੰਡੇ ਚਾੜੇ ਅੱਜ ਅੱਜ ਮਟਰ ਚਾੜੇ ਹੈ ਜੀ ਅੱਜ ਫਲਾਣਾ ਚਾੜੇ ਜੇ ਤੁਸੀਂ ਇੰਨੀ ਵੱਧ ਗੱਲ ਆਪਣੇ ਪੇਕੇ ਕਰੋਗੇ ਲੇਡੀਜ਼ ਤੁਹਾਡੀ ਤੁਸੀਂ ਕਦੀ ਆਪਣਾ ਸੋਰਾ ਨਹੀਂ ਬਣਾ ਸਕਦੇ ਕਿਉਂਕਿ ਹੁਣ ਤੁਸੀਂ ਇਹੋ ਜਿਹੀ ਬਣ ਚੁੱਕੇ ਹੋ ਕਿ ਨਾ ਤੁਸੀਂ ਘਰ ਦੇਓ ਤੇ ਨਾ ਘਾਟ ਦੇਓ ਕਿਉਂਕਿ ਦਰਸ਼ਨ ਤੁਹਾਡਾ ਪਤੀ ਦੇ ਉੱਤੇ ਹੈ ਪਤੀ ਦੇ ਨਾਲ ਤੁਸੀਂ ਵਦਨਾ ਪਤੀ ਨੇ ਵਦਨਾ ਦੇ ਤੁਸੀਂ ਵਦਨਾ ਧਿਆਨ ਤੁਹਾਡਾ ਆਪਣੇ ਘਰ ਦੇ ਵਿੱਚ ਨਾ ਤੁਸੀਂ ਉਧਰ ਤੇ ਉਹਦੇ ਨਾਲ ਉਧਰ ਦੇ ਤੇ ਗਲਤੀ ਪਤੀ ਦੀ ਵੀ ਹੈ ਉਹਨੇ ਵਾਈਫ ਨੂੰ ਆਪਣੇ ਪਿੱਛੇ ਲਾਇਆ ਨਹੀਂ ਉਹਨੇ ਵਾਈਫ ਦੀ ਕੇਅਰ ਨਹੀਂ ਕੀਤੀ ਉਹਨੇ ਵਾਈਫ ਦੀਆਂ ਜ਼ਰੂਰਤਾਂ ਦਾ ਧਿਆਨ ਨਹੀਂ ਰੱਖਿਆ ਉਹਨੇ ਉਹਨੂੰ ਇਮੋਸ਼ਨਲੀ ਉਹਨੂੰ ਸੈਟੀਸਫਾਈਡ ਨਹੀਂ ਕਰ ਪਾਇਆ ਕਿ ਮੈਂ ਤੇਰੇ ਨਾਲ ਹਾਂ ਤੇਰੇ ਇਸ ਦਰਸ਼ਨ 'ਚ ਤੂੰ ਮੇਰੇ ਨਾਲ ਹੈਂ ਤੇ ਮੈਂ ਤੇਰੇ ਨਾਲ ਹਾਂ ਹਾਲੇਲੂਇਆ ਸੈਲਰੀ ਨਾ ਦੱਸਣ ਦਾ ਕੀ ਇਹ ਕਾਰਨ? ਇਹੀ ਕਾਰਨ ਹੈ ਕਿ ਜਿੱਦਾਂ ਹੀ ਸੈਲਰੀ ਦੱਸੀ ਵਾਈਫ ਨੂੰ, ਟ੍ਰਬਲ ਸ਼ੁਰੂ। ਲੈ, ਤੀਹ 25000 ਕਮਾਨੇ, ਤੀ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ 5000 ਦਾ। ਤੇ ਹਸਬੰਦ ਕਹਿੰਦਾ ਨਹੀਂ ਭਾ ਭਰਾ ਮੈਂ 12000 ਹੀ ਕਮਾਣਾ। ਉਹਨੂੰ ਪਤਾ ਹੈ 12 ਕਹੂੰਗਾ ਤੇ 2000 ਦਾ ਸੂਟ ਲੈ ਕੇ ਦਊਂਗਾ ਤੇ ਸ਼ਾਂਤੀ ਆਣੀ ਘਰ 'ਚ। ਔਰ ਵਾਈਫ ਨੂੰ ਬੁੱਧੀਮਾਨੀ ਚਾਹੀਦੀ ਹੈ। ਸੁਣੋ ਕਾਦੇ ਲਈ ਅੱਗੇ ਪੜ੍ਹਦਾ ਮੈਂ। ਲਿਖਿਆ 31 13 'ਚ ਵਾ ਉਨ ਔਰ ਸਨ ਢੂੰਡ ਢੂੰਡ ਕਰ ਆਪਣੇ ਹੱਥੋਂ ਸੇ ਪ੍ਰਸੰਨਤਾ ਕੇ ਸਾਥ ਕਾਮ ਕਰਤੀ ਵਹ ਵਪਾਰ ਕੇ ਜਹਾਜ਼ੋਂ ਕੇ ਸਮਾਨ ਆਪਣੀ ਭੋਜਨ ਵਸਤੂਏ ਦੂਰ ਸੇ ਮੰਗਵਾਤੀ ਸੁਨੋ ਤੁਹਾਡਾ ਹਸਬੰਡ ਕਮਾ ਸਕਦਾ ਪਰ ਘਰ ਨਹੀਂ ਚਲਾ ਸਕਦਾ ਘਰ ਚਲਾਣ ਦੀ ਜ਼ਿੰਮੇਵਾਰੀ ਜਿਹੜੀ ਆ ਵਾਈਫ ਦੀ ਹੈ ਹਾਂ ਜਾਂ ਨਾ ਹਾਂ ਹਸਬੰਡ ਸਿਰ ਤਨ ਕਾਹ ਤੱਕ ਹੱਥਾਂ ਜਲੀ ਆ ਕੇ ਰੱਖ ਸਕਦਾ ਇਹ ਨਹੀਂ ਜੇ ਅੱਜ ਤੁਹਾਡਾ ਸੈਮੀਨਾਰ ਸੁਨਣ ਤੋਂ ਬਾਅਦ ਤੁਹਾਡਾ ਹਸਬੰਡ ਪੂਰੀ ਤਨਖਾਹ 25 ਹਜ਼ਾਰ ਤੁਹਾਡੇ ਹੱਥੇ ਤੇ ਰੱਖ ਦੇਵੇ ਤੇ ਤੁਸੀਂ ਅਗਲੇ ਦਿਨ ਬਿਊਟੀ ਪਾਰਲਰ ਚਲ ਜਓ ਤੇ ਪਤਾ ਲੱਗੇ 5000 ਦਾ ਫੇਸ਼ੀਅਲ ਹੀ ਕਰਾ ਛੱਡਿਆ ਤੁਸੀਂ ਹਾਂ ਲਿਖਿਆ ਉਹ ਆਪਣੀ ਵਸਤੂਆਂ ਵਪਾਰ ਕੇ ਜਹਾਜ਼ ਕੇ ਸਮਾਨ ਦੂਰ ਸੇ ਮੰਗਵਾਤੀ ਇੱਕ ਵਾਈਫ ਨੂੰ ਪਤਾ ਹੈ ਕਿ ਮੈਂ ਜੇ ਸਬਜ਼ੀ ਮੰਡੀ ਆਲਸ ਤੇ ਮਾਰੀ ਗਈ ਨਹੀਂ ਥੋੜੀ ਦੂਰ ਉਹਨੂੰ ਪਤਾ ਹੈ ਉੱਥੇ ਮੇਰੇ ਟਮਾਟਰ ਆ 10 ਰੁਪਏ ਕਿਲੋ ਆ ਪਰ ਉਹਨੇ ਗਲੀ ਵਾਲੇ ਭਾਈ ਕੋ ਲੈਣੇ ਇਹਦੇ 25 ਰੁਪਏ ਕਿਲੋ ਮਿਲਣਗੇ ਆਪਣੇ ਹਸਬੰਡ ਦੀ ਕਮਾਈ ਨੂੰ ਉਡਾ ਰਹੀ ਆ ਉਹ ਜੇ ਤੁਸੀਂ ਅੱਜ 5 ਰੁਪਏ ਸੇਵ ਨਹੀਂ ਕਰ ਸਕਦੇ ਕੱਲੋਂ ਤੁਸੀਂ 50000 ਸੇਵ ਨਹੀਂ ਕਰੋਗੇ ਤੁਹਾਡੇ 'ਚ ਆਦਤ ਨਹੀਂ ਹੈ ਸੇਵ ਕਰਨ ਦੀ ਲਿਖਿਆ ਕਿ ਜੋ ਔਨ ਔਰ ਸੰ ਢੂੰਢ ਢੂੰਢ ਕਰ ਆਪਣੇ ਹੱਥੋਂ ਸੇ ਪ੍ਰਸੰਨਤਾ ਕੇ ਸਾਥ ਕੰਮ ਕਰਤੀ ਜਿਹੜੀ ਭਲੀ ਪਤਨੀ ਹੈ ਉਹ ਪਤਨੀ ਵਿਜ਼ਨਰੀ ਪਤਨੀ ਉਹਨੂੰ ਪਤਾ ਕਿ ਜੇ ਮੇਰਾ ਹਸਬੰਡ 20000 ਲੈ ਕੇ ਆਇਆ ਤੇ ਮੈਂ ਉਹ ਜੋ ਕਿਦਾਂ ਸੇਵ ਕਰਕੇ ਆਪਣੇ ਫਿਊਚਰ ਦੇ ਵਿੱਚ ਉਸ ਸੇਵਿੰਗ ਦੇ ਨਾਲ ਮੈਂ ਇੱਕ ਬਿਜ਼ਨਸ ਸ਼ੁਰੂ ਕਰਾਂਗੀ ਸੁਣੋ ਬਾਈਬਲ ਚ ਕਿਤੇ ਨਹੀਂ ਲਿਖਿਆ ਹਾਊਸ ਵਾਈਫ ਬਾਈਬਲ ਚ ਜ਼ਿਕਰ ਨਹੀਂ ਹੈ ਹਾਊਸ ਵਾਈਫ देयर इज नो ਹਾਊਸ ਵਾਈਫ ਇਨ ਬਾਈਬਲ ਅਗਰ ਹਸਬੰਡ 10000 ਕਮਾਉਂਦਾ ਹੈ ਔਰ ਘਰ ਚ ਹਲਕੀ ਜੀ ਤੰਗੀ ਹੈ ਅਗਰ ਵਾਈਫ 4000 ਕਮਾਏ ਸਿਰਫ ਘਰ ਸਵਰਗ ਬਣ ਜਾਏਗਾ ਇੱਕ ਮਹੀਨੇ ਚ ਪਰ ਹਸਬੰਡ ਨੂੰ ਪ੍ਰੋਬਲਮ ਹੈ ਹੈ ਉਹ ਵਿਚਾਰਾ ਇੰਨਾ ਘਮੰਡੀ ਹੈ ਕਿ ਉਹ ਚਾਹੁੰਦਾ ਹੀ ਨਹੀਂ ਕਿ ਵਾਈਫ ਜਾਏ ਕਿਤੇ। ਉਹਨੂੰ ਡਰ ਲੱਗਦਾ ਹੈ। ਕਿਉਂਕਿ ਜਿਹੜੀ ਵਾਈਫਸ ਆ ਉਹ ਐਜ਼ ਅ ਹੈਲਪਰ ਐਜ਼ ਅ ਐਡਵਾਈਜ਼ਰ ਪਰਮੇਸ਼ਵਰ ਨੇ ਭੇਜਿਆ। ਤੇ ਆਪਾਂ ਸਿਰਫ ਘਰ ਦਾ ਕੰਮ ਕਰਨ ਦੇ ਲਈ ਹੀ ਨਹੀਂ ਹੈਗੇ ਬਲਕਿ ਅਸੀਂ ਬਾਹਰ bizness ਵੀ ਕਰ ਸਕਦੇ ਆ ਜੇ ਕੋਈ ਸਲਾਈ ਕਢਾਈ ਕੁਝ ਵੀ ਆਂਦਾ ਜੇ ਛੋਟੇ ਬੱਚੇ ਆ ਤੇ ਆਪਾਂ ਘਰ ਵਿੱਚ ਰਹਿ ਕੇ ਵੀ ਉਹ ਕੰਮ ਕਰ ਸਕਦੇ ਆ। ਉਹਦੇ ਨਾਲ ਕੀ ਹੋਊਗਾ ਫਾਈਨੈਂਸ਼ੀਅਲੀ سپورਟ ਹੋਗੀ ਹਸਬੰਡ ਨੂੰ। ਔਰ ਜਿਹੜਾ ਕੰਮ ਜਿਹੜੇ ਸੇਵਿੰਗਸ ਆਪਾਂ ਚਾਹੁੰਦੇ ਆ ਫਿਊਚਰਸ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਲਈ ਆਪਣੇ ਪਰਿਵਾਰ ਲਈ ਉਹ ਹੋਰ ਬਹੁਤ ਵਧੀਆ ਤਰੀਕੇ ਨਾਲ ਸੀ ਕਰ ਸਕਦੇ ਆ ਇੱਕ ਕੀੜੀ ਵੀ ਸੇਵਿੰਗ ਕਰਦੀ ਉਹਨੂੰ ਪਤਾ ਸਰਦੀਆਂ ਚ ਕੁਝ ਮਿਲਣਾ ਨਹੀਂ ਤੇ ਗਰਮੀਆਂ ਚ ਖੰਡ ਗਰਮੀਆਂ ਚ ਕੁਝ ਉਹ ਮਿਲੇ ਲੈ ਕੇ ਜਾਂਦੀ ਫਿਰ ਉਹਤੇ ਉਲੀ ਲੱਗਦੀ ਹੈ ਜਦੋਂ ਉਹ ਖਾਂਦੀ ਆ ਉਹ ਸਰਦੀਆਂ ਦੇ ਵਿੱਚ ਤੇ ਪਰਮੇਸ਼ਰ ਕਹਿੰਦਾ ਕੀੜੀ ਕੋ ਸਿੱਖ ਕਿਦਾਂ ਆਪਣਾ ਆਹਾਰ ਧੂਪ ਕਾਲ ਦੇ ਵਿੱਚ ਸੰਚੇ ਕਰਦੀ ਇਕੱਠਾ ਕਰਦੀ ਹੈ ਤਾਂ ਕਿ ਉਹਨੂੰ ਸ਼ੀਤ ਕਾਲ ਦੇ ਵਿੱਚ ਕੰਮ ਕਰਨਾ ਨਾ ਪਵੇ हालेलुया अगर एक वाइफ ਦੇ ਹੱਥ ਵਿੱਚ ਉਹ ਆਪਣੀ ਤਨਖਾਹ ਦੇ ਹੀ ਦਿੰਦਾ ਕਹਿੰਦੀ ਉਹ ਆਪਣੀ ਵਪਾਰ ਕੇ ਜਹਾਜ਼ੋ ਕੇ ਸਮਾਨ ਆਪਣੀ ਭੋਜਨ ਵਸਤੂ ਦੂਰ ਸੇ ਮੰਗਵਾਤੀ ਕਿਉਂ ਦੂਰੋਂ ਮੰਗਵਾਉਗੀ ਉਹ ਆਪਣੇ ਪੜੋਸੀ ਨੂੰ ਪੁੱਛੋ ਕਿਉਂ ਹਾਂ ਪੁੱਛੋ ਪੁੱਛੋ ਬਲੋ ਕਿਉਂ ਹੂੰ ਕਿਉਂ ਮੰਗਾਉਗੀ ਦੂਰੋਂ ਜੇ ਮੇਰੀ ਵਾਈਫ ਨੂੰ ਪਤਾ ਹੈ ਕਿ ਮੈਂ ਟਿੰਡੇ ਦੂਰੋਂ ਮੰਗਾਵਾਂਗੇ ਤੇ 10 ਰੁਪਏ ਸਸਤੇ ਪੈਣਗੇ ਤੇ 10 ਜਿੱਥੇ ਮੰਗਾਵਾਂਗੇ 100 ਰੁਪਏ ਦੀ ਸੇਵਿੰਗ ਹੋ ਗਈ असी आलसी कई बारी पली पत्नी कौन पा सकता ओद मूंगों ज्यादा वह पली पत्नी की है क्या उन सन ढूंढ ढूंढ कर हाथों के साथ प्रसन्नता के साथ काम करती ओ वेस्टेज नहीं करती ओ वेस्टर नहीं है फालतू तो पैसा नहीं खर्च करती ओ सेविंग करने वाली लेडी है ਉਹ ਦੂਰ ਤੋਂ ਚੀਜ਼ਾਂ ਮੰਗਾਰੀ ਦੂਰ ਦਾ ਮਤਲਬ ਜਿੱਦੋਂ ਸਸਤੀਆਂ ਪੈਂਦੀਆਂ ਉੱਥੋਂ ਮੰਗਾਰੀ ਆ ਔਰ ਆਪਣੇ ਪਤੀ ਦੇ ਪੈਸੇ ਨੂੰ ਸੇਵ ਕਰ ਰਹੀ ਉਹਦੋਂ ਹਸਬੰਡ ਵੀ ਦੇਖਦਾ ਮੇਰਾ ਪੈਸਾ ਸੇਵ ਹੋ ਰਿਹਾ ਔਰ ਨੈਕਸਟ ਟਾਈਮ 25000 ਦੀ ਜਗਾ ਉਹ 28000 ਦਾ ਦੇ ਹੱਥ ਦੇਗਾ ਇਹ ਸਾਡੀ ਲਾਈਵ ਦੇ ਵਿੱਚ ਇੱਕ ਗੱਲ 100% ਪੱਕੀ ਹੈ ਅਸੀਂ ਇੱਕ ਦੂਸਰੇ ਨੂੰ ਝੂਠ ਨਹੀਂ ਬੋਲੀਦਾ ਆ ਮੈਂ ਖੋਦ ਦੇ ਦੇ ਦਾਂਗਾ 25000 ਰੁਪਿਆ 20000 ਹਾਲ ਲੈ ਲਓ ਉਹ ਲੈ ਲਓ ਬੜੂ ਝੂਠ ਬੋਲ ਕੇ ਸਾਡੇ ਘਰ ਚ ਕੁਝ ਨਹੀਂ ਆਂਦਾ ਕਿਉਂਕਿ ਅਸੀਂ ਆਪਣੀ ਜਿਹੜੀ ਨੀਵ ਹੈ ਉਹ ਰੇਤ ਤੇ ਉੱਤੇ ਨਹੀਂ ਰੱਖਣਾ ਚਾਹੁੰਦੇ ਆਮੀਨ ਮੋਸਟਲੀ ਵਾਈਵਜ਼ ਅੰਦਰ ਹਮੇਸ਼ਾ ਝੂਠ ਬੋਲਣ ਦੀ ਆदत ਹੈ ਔਰ ਮੋਸਟਲੀ ਕੀ ਕਰਦੀਆਂ ਹੂ ਜੇ ਆਪਾਂ ਸੂਟ ਲਿਆ 1000 ਰੁਪਏ ਦਾ ਦੱਸਨਾ ਹਸਬੰਡ ਨੂੰ 500 ਰੁਪਏ ਦਾ ਕਿਉਂ ਤਾਂ ਕਿ ਹਸਬੰਡ ਤੇ ਟਕਾਣਾ ਮਾਰੇ ਉਹ ਛੋਟਾ ਛੋਟਾ ਝੂਠ ਜਦੋਂ ਵੱਡਾ ਹੋ ਜਾਂਦਾ ਫਿਰ ਉਹ ਸ਼ੈਤਾਨ ਬਣ ਜਾਂਦਾ ਉਨੇ ਬੱਚਿਆਂ ਕੇ ਝੂਠ ਬੋਲੀ ਜਾਣਾ ਬੱਚਿਆਂ ਦੀਆਂ ਗਲਤੀਆਂ ਪਿਤਾ ਤੋਂ ਛੁਪਾਈ ਜਾਣੀਆਂ ਕੋਈ ਮਾਂ ਆਪਣੇ ਬੱਚਿਆਂ ਦੀ ਗਲਤੀ ਪਿਤਾ ਦੇ ਕੋਲੋਂ ਅਗਰ ਉਹ ਛੁਪਾਉਂਦੀ ਹੈ ਉਹ ਕੱਲੀ ਫਾਈਟਰ ਬਣ ਜਾਏਗੀ ਕੱਲੀ ਲੜੇਗੀ ਔਰ ਥੱਕ ਜਾਏਗੀ ਆਪਣੀ ਲਾਈਫ ਤੋਂ ਕਿਉਂਕਿ ਹਸਬੰਡ ਲੀਡਰ ਹੈ ਤੁਸੀਂ ਉਹਨੂੰ ਠੰਡਾ ਕਰਕੇ ਦੱਸ ਸਕਦੇ ਹੋ ਗੱਲ ਕੁਈ ਬੱਚੇ ਦੀ ਗੱਲ ਹੋ ਵੀ ਗਈ ਕਿਸੇ ਜਵਾਨ ਬੱਚੇ ਦੀ ਉਹਨੂੰ ਠੰਡਾ ਕਰਕੇ ਦੱਸ ਸਕਦੇ ਹੋ ਆਪਣੇ ਹਸਬੰਡ ਨੂੰ ਕਿ ਉਹ ਰਿਐਕਟ ਨਾ ਕਰੇ ਮਾਰੇ ਕੁੱਟੇ ਨਾ ਕਿਉਂਕਿ ਹਸਬੰਡ ਜਦੋਂ ਪ੍ਰੇਅਰ ਕਰੇਗਾ ਔਰ ਹੱਲ ਕਰੇਗਾ ਤੁਸੀਂ ਦੋਨੋਂ ਹੱਲ ਕਰੋਗੇ ਜਿਆਦਾ ਵਧੀਆ ਹੱਲ ਹੋਏਗਾ ਜੇ ਲੇਡੀ ਇਕੱਲੇ ਆਪਣੇ ਮੋਢੇ ਤੇ ਚੁੱਕਲੇਗੀ ਉਹ ਹੱਲ ਨਹੀਂ ਹੋਏਗਾ ਚੀਜ਼ਾਂ ਦਾ ਫਿਰ ਉਹ ਇਨਸਲਟ ਆਏਗੀ ਲਾਈਫ ਦੇ ਵਿੱਚ ਅਗਰ ਉਹ ਇਕੱਲੀ ਕਰੇਗੀ ਤਾਂ ਸੋ ਇਸ ਲਈ ਬਹੁਤ ਇੰਪੋਰਟੈਂਟ ਆ ਕਿ ਘਰ ਦੇ ਜਿਹੜੇ ਸੀਕਰੇਟਸ ਆ ਉਹ ਹਸਬੰਡ ਦੇ ਨਾਲ ਸ਼ੇਅਰ ਕਰੋ بس ਜਿਹੜੇ ਬੱਚਿਆਂ ਦੀ ਕੋਈ ਵੀ ਅਗਰ ਦਿੱਕਤ ਸਾ ਉਹਨਾਂ ਦੀ ਆਦਤਾਂ ਆ ਕੋਈ ਜਿਹੜੀਆਂ ਮਾੜੀਆਂ ਆ ਉਹ ਤੁਸੀਂ ਜ਼ਰੂਰ ਸ਼ੇਅਰ ਕਰੋ ਆਪਣੇ ਹਸਬੰਡਸ ਦੇ ਨਾਲ ਆਪਸ ਦੇ ਵਿੱਚ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿੰਨੇ ਨੂੰ ਮੇਰੀ ਗੱਲ ਸਮਝ ਆ ਰਹੀ ਸੈਕਿੰਡ ਗਰਲ ਤੁਹਾਨੂੰ ਇਸੇ ਲਈ ਕਿਹਾ ਗਿਆ ਕਿ ਆਪਣੀ ਲਾਈਫ ਨੂੰ ਮੇਨਟੇਨ ਕਰਨਾ ਆਪਣੀ ਬਾਡੀ ਨੂੰ ਵੀ ਮੇਨਟੇਨ ਕਰਨਾ ਇੱਕ ਦੂਸਰੇ ਦੇ ਲਈ ਵਧੀਆ ਪ੍ਰੈਜੈਂਟੇਸ਼ਨ ਤੁਹਾਡੀ ਇੱਕ ਦੂਸਰੇ ਦੇ ਬਚਾਏ ਤੁਸੀਂ ਹਸਬੰਡ ਵਾਈਫ ਹੋ ਇੱਕ ਦੂਸਰੇ ਨੂੰ ਗਾਰੰਟੀਡ ਨਹੀਂ ਲੈਣਾ ਅੱਜ ਮੈਰਿਜਿਸ ਟੁੱਟਣ ਦਾ ਨੰਬਰ 1 ਰੀਜ਼ਨ ਹੈ ਬਾਹਰ ਹਸਬੰਡ ਦੇ ਸੰਬੰਧ ਹੋਣੇ ਬਾਹਰ ਲੇਡੀਜ਼ ਦੇ ਸੰਬੰਧ ਹੋਣੇ ਉਹ ਇਸ ਕਰਕੇ ਕਿਉਂਕਿ ਜਦੋਂ ਅਸੀਂ ਇੱਕ ਦੂਸਰੇ ਨੂੰ ਗਾਰੰਟੀਡ ਲੈਨੇ ਆ ਸਾਡੀ ਆਪਸੀ ਅਫੈਕਸ਼ਨ ਜਿਹੜੀ ਆ ਉਹ ਖਤਮ ਹੋ ਜਾਂਦੀ ਔਰ ਫਿਰ ਧਿਆਨ ਜੜਾਓ ਬਾਹਰ ਜ਼ਿਆਦਾ ਲੱਗਦਾ ਫਿਰ ਬਾਹਰ ਦੀ ਜਿਹੜੀ ਦਾਲ ਉਹ ਵੀ ਮੁਰਗੀ ਲੱਗਦੀ ਹੈ ਉਹ ਘਰ ਦੀ ਮੁਰਗੀ ਉਹ ਵੀ ਦਾਲ ਲੱਗਦੀ ਹੈ ਤੇ ਫਿਰ ਜਦੋਂ ਬਾਹਰ ਦੀ ਬੰਦਾ ਦਾਲ ਖਾਨ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਫਸਦਾ ਹੈ ਤੇ ਲਿਖਿਆ ਕਿ ਜਿਹੜਾ ਕੋਈ ਪ੍ਰਾਈ ਇਸਤਰੀ ਦੇ ਕੋਲ ਜਾਏਗਾ ਉਹ ਇਹੋ ਜਿਹਾ ਹੋਏਗਾ ਛਾਤੀ ਤੇ ਅੱਗ ਰੱਖੇਗਾ ਤੇ ਉਹ जलेਗਾ ਹੀ ਜਲੇਗਾ ਐਦਾਂ ਤਾਂ ਨਹੀਂ ਹੋ ਸਕਦਾ ਕਿ ਜੇ ਕੋਈ ਛਾਤੀ ਤੇ ਅੱਗ ਰੱਖੇ ਤੇ ਉਹ ਜਲੇ ਨਾ ਐਵੇਂ ਨਹੀਂ ਹੋ ਸਕਦਾ ਜਿਹੜਾ ਪ੍ਰਾਈ ਇਸਤਰੀ ਕੋ ਜਾਏਗਾ ਉਹਦਾ ਪਰਿਨਾਮ ਨਾਗ ਦੋਨਾ ਸਾ ਕੜਵਾ ਹੋਏਗਾ ਬਾਈਬਲ ਦੱਸਦੀ ਹੈ ਤੇ ਉਹਦੀ ਫੈਮਿਲੀ ਦੇ ਵਿੱਚ ਜਿਹੜੀ ਮੈਰਿਜ ਹੈ ਜਿਹੜੀ ਪ੍ਰਭੂ ਨੇ ਬles ਕੀਤੀ ਹੋਈ ਹੈ ਉਹ ਹਮੇਸ਼ਾ ਲਈ ਖਰਾਬ ਹੋ ਗਈ ਉਹ ਵਖਰੇ ਵਖਰੇ ਹੋ ਗਏ ਟੁੱਟ ਗਏ ਉਹ ਵਿਜ਼ਨ ਖਤਮ ਹੋ ਗਿਆ ਮੈਰਿਟ ਡਿਸਟਰਬ ਹੋ ਗਈ ਟੋਟਲ ਵਿਜ਼ਨ ਡਿਸਟਰਬ ਹੋ ਗਿਆ ਟੋਟਲ ਜ਼ਿੰਦਗੀ ਖਤਮ ਹੋ ਗਈ ਫੇ ਤੁਹਾਡੀ ਅਗਰ ਤੁਹਾਡੇ ਬਾਹਰ ਮੈਰਿਜ ਦੇ ਵਿੱਚ ਸੰਬੰਧ ਹੈ ਮੈਰਿਜ ਨੂੰ ਛੱਡ ਕੇ ਕਿੰਨੇ ਮੇਰੀ ਗੱਲ ਸਮਝ ਰਹੇ ਹੋ ਵਾਈਫ ਚੋਰੀ ਕਿਉਂ ਕਰਦੀ ਹੋਗੀ ਹਸਬੈਂਡ ਚੜਕਾ ਬਹੁਤ ਮਾਰਦਾ ਉਹਨੇ ਹਜ਼ਾਰ ਵਾਲਾ ਸੂਟ ਲੈ ਲਿਆ ਤੇ ਤਬਾਈ ਮਚਾ ਦੇਨੀ ਹੈ ਹਸਬੈਂਡ ਨੇ ਘਰ ਦੇ ਵਿੱਚ ਅਗਰ ਤੁਹਾਡੀ ਵਾਈਫ ਖੁਸ਼ ਹੈ ਤੈਨੂੰ ਰੱਖੋ ਖੁਸ਼ ਨੋ ਪ੍ਰੋਬਲਮ ਖੁਦ ਸ਼ੋਪਿੰਗ ਕਰਵਾ ਕੇ ਲੈ ਕੇ ਆਉ ਤੁਹਾਨੂੰ ਸ਼ੌਂਕ ਨਹੀਂ ਹੈ ਸ਼ੋਪਿੰਗ ਕਰਨ ਦਾ ਤਾਂ ਵੀ ਫਿਰ ਵੀ ਖੁਦ ਜਾਓ ਇੱਕ ਵਲੰਟੀਅਰ ਮੇਰੇ ਕੋਲ ਆਈ ਇੱਕ ਲੇਡੀ 50 ਸਾਲ ਦੀ ਉਮਰ ਹੋਣੀ ਹੈ ਉਹਨਾਂ ਦੀ ਕਹਿੰਦੀ ਮੇਰਾ ਹਸਬੰਡ ਮੇਰੇ ਕੋ ਨਾ ਹੱਲੇ ਵੀ ਫਿਜ਼ੀਕਲ ਰਿਲੇਸ਼ਨ ਚਾਹੁੰਦਾ ਹੈ ਤੇ ਮੈਂ ਨਹੀਂ ਚਾਹੁੰਦੀ ਮੈਂ ਨਾ ਪ੍ਰਭੂ ਚ ਜਾਦੀ ਆਈ ਆ ਵਧੀਆ ਤਰੀਕੇ ਨਾਲ ਬਸ ਮੈਂ ਹੁਣ ਚਾਹਦੀ ਨਹੀਂ ਕਿ ਮੈਂ ਕੋਈ ਇੱਦਾਂ ਦਾ ਕੰਮ ਕਰਾਂ ਮੈਂ ਕਿੱਦਾਂ ਦਾ ਕੰਮ ਕਰਾਂ ਮੈਂ ਕਹਿੰਦਾ ਕਿ ਕਿੱਦਾਂ ਦਾ ਮੈਂ ਕਹਿੰਦਾ ਇਹ ਅਪਵਿੱਤਰਤਾਈ ਹੈ ਵਿਆਹ ਤੋਂ ਬਾਅਦ ਆਪਣੇ ਹਸਬੰਦ ਨੂੰ ਦੂਰ ਰੱਖਣਾ ਆਪਣੀ ਵਾਈਫ ਨੂੰ ਦੂਰ ਰੱਖਣਾ ਇਹ ਅਪਵਿੱਤਰਤਾਈ ਹੈ ਇਹ ਪਵਿੱਤਰਤਾਈ ਨਹੀਂ ਗਈ ਮੈਰਿਜ ਤੋਂ ਪਹਿਲਾਂ ਕਿਸੇ ਦੇ ਕੋਲ ਜਾਣਾ ਅਪਵਿੱਤਰਤਾਈ ਹੈ ਮੈਰਿਜ ਤੋਂ ਬਾਅਦ ਆਪਣੀ ਵਾਈਫ ਕੋ ਨਾ ਜਾਣਾ ਇਹ ਅਪਵਿੱਤਰਤਾਈ ਹੈ ਕੰਨ ਦਿਨ ਨਹੀਂ ਥੋੜੇ ਦਿਨ ਬਾਅਦ ਉਹਦਾ ਹਸਬੰਦ ਉਸੇ ਮੱਲੇ ਦੀ ਜਵਾਨ ਕੁੜੀ ਲੈ ਕੇ ਭੱਜ ਗਿਆ ਮੈਂ ਕਿਹਾ ਹੋਂਦਸ ਹੁਣ ਕੋਈ ਜਵਾਬ ਨਹੀਂ ਸੀ ਉਦੋਂ ਉਹਨੂੰ ਮੇਰੀ ਗੱਲ ਸ਼ਰੀਰਿਕ ਲੱਗੀ ਪਰ ਬਾਈਬਲ ਦੱਸਦੀ ਹੈ ਇਹ ਗੱਲ ਸ਼ਰੀਰਿਕ ਨਹੀਂ ਹੈ ਜਦੋਂ ਅਸੀਂ ਪਹਿਲਾ ਕੋਰਿੰਥੀਅਸ 7:3 ਪੰਜ ਕੁਲਸੀਓ ਤਿੰਨ ਦੀ 19 ਇਫਸੀਆਂ ਪਾਈ ਦੀ 18 ਇਹ ਤਿੰਨ ਅਸੀਂ ਬਾਪ ਪੜਦੇ ਹਾਂ ਤਿੰਨ ਵਰਸਸ ਪੜਦੇ ਹਾਂ ਤਿੰਨ ਜਗ੍ਹਾ ਤੋਂ ਤੇ ਉੱਤੇ ਲਿਖਿਆ ਗਿਆ ਪਤੀ ਨੂੰ ਆਪਣੀ ਸ਼ਰੀਰ ਦੇ ਉੱਤੇ ਅਧਿਕਾਰ ਨਹੀਂਗਾ ਪਤਨੀ ਨੂੰ ਆਪਣੇ ਸ਼ਰੀਰ ਦੇ ਉੱਤੇ ਅਧਿਕਾਰ ਨਹੀਂਗਾ ਇਸ ਲਈ ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਪਤਨੀ ਆਪਣੇ ਪਤੀ ਦਾ ਹੱਕ ਪੂਰਾ ਕਰੇ ਮੋਸਟਲੀ ਮੈਰिजਸ ਦੇ ਵਿੱਚ ਸਕਸੈਸਫੁਲ ਨਾ ਹੋਣ ਦਾ ਰੀਜ਼ਨ ਇਹ ਹੈ ਕਿ ਦੋਨੋਂ ਫਿਜ਼ੀਕਲੀ ਇੱਕ ਦੂਸਰੇ ਦੇ ਨਾਲ ਕੰਟੈਕਟ ਦੇ ਵਿੱਚ ਨਹੀਂ ਹੈ ਕਿੰਨੇ ਵਾਰੀ ਗੱਲ ਸਮਝ ਰਹੇ ਔਰ ਕੁਝ ਬੇਵਕੂਫ ਪਤੀ ਔਰ ਕੁਝ ਬੇਵਕੂਫ ਔਰਤਾਂ ਪਤਨੀਆਂ ਪਰਮੇਸ਼ਵਰ ਦਾ ਨਾਮ ਲੈ ਕੇ ਪਵਿੱਤਰਤਾਈ ਦਾ ਨਾਮ ਲੈ ਕੇ ਆਪਣੇ ਹਸਬੰਡ ਤੋਂ ਅਲੱਗ ਰਹਿੰਦੀ ਹੈ ਆਪਣੀ ਵਾਈਫ ਤੋਂ ਕੋਈ ਅਲੱਗ ਰਹਿੰਦਾ ਇਹ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੈ ਬਾਈਬਲ ਦੱਸਦੀ ਆਪਣੀ ਪਤਨੀ ਦਾ ਹੱਕ ਪੂਰਾ ਕਰ ਆਪਣੇ ਪਤਨੀ ਨੂੰ ਕਹਿੰਦੀ ਆਪਣੇ ਪਤੀ ਦਾ ਹੱਕ ਪੂਰਾ ਕਰ ਕਿਉਂਕਿ ਤੁਹਾਡਾ ਸਰੀਰ ਤੁਹਾਡਾ ਨਹੀਂ ਹੈ ਇਹ ਤੁਹਾਡੇ ਪਾਰਟਨਰ ਦਾ ਸਰੀਰ ਹੈ ਹੁਣ ਆਪਸੀ ਅੰਡਰਸਟੈਂਡਿੰਗ ਦੇ ਨਾਲ ਲਿਖਿਆ ਇੱਕ ਦੂਸਰੇ ਨੂੰ ਸੈਟੀਸਫਾਈਡ ਕਰੋ ਨਾ ਕਿ ਆਪਣਾ ਸੋਚੋ ਕਿੰਨੇ ਮੇਰੀ ਗੱਲ ਸਮਝ ਰਹੇ ਹੋ ਸੁਣਦੇ ਜਾਓ ਅੱਜ ਮੈਂ ਜਾਣਦਾ ਕੰਨ ਖੁੱਲ ਰਹੇ ਤੁਹਾਡੇ ਫਿਰ ਲਿਖਿਆ ਉਹ ਕਿਸੇ ਖੇਤ ਦੇ ਵਿਸ਼ੇ ਵਿੱਚ ਸੋਚ ਵਿਚਾਰ ਕਰਦੀ ਹੈ ਔਰ ਉਸੇ ਮੋਲ ਲੈ ਲੈਂਦੀ ਹੈ ਔਰ ਆਪਣੇ ਪਰਿਸ਼ਰਮ ਕੇ ਫਲ ਸੇ ਦਾਗ ਕੀ ਬਾਰੀ ਲਗਾਤੀ ਉਹ ਆਪਣੀ ਕਟੀ ਕੋ ਬਲ ਕੇ ਫੈਂਟੇ ਸੇ ਕਸਤੀ ਆਪਣੀ ਬਾਹੋਂ ਕੋ ਤ੍ਰਿੜ ਬਨਾਤੀ ਲੇਖਿਆ ਉਹ ਕਿਸੇ ਖੇਤ ਦੇ ਵਿਸ਼ੇ ਚ ਸੋਚ ਵਿਚਾਰ ਕਰਦੀ ਜਿਹੜੀ ਭਲੀ ਪਤਨੀ ਹੈ ਉਹ ਘਰ ਬੈਠੀ ਪਰੌਂਠੀਆਂ ਨਹੀਂ ਖਾ ਰਹੀ ਕਿ ਹਸਬੰਡ ਚਲਾ ਗਿਆ ਕੰਮ ਤੇ ਤੇ ਲੈ ਹੁਣ ਚਿਕਨ ਬਨ ਰਿਆ ਲੈ ਹੁਣ ਸੁੱਤੀ ਐ ਨਾ ਹੁਣ ਟੀਵੀ ਚੱਲ ਰਿਆ ਸਾਰੀ ਸਾਰੀ ਦੁਪਹਿਰ ਟੀਵੀ ਪ੍ਰੋਗਰਾਮ ਚੱਲ ਰਹੇ ਲੇਖਿਆ ਉਹ ਕਿਸੇ ਖੇਤ ਦੇ ਵਿਸ਼ੇ ਚ ਸੋਚ ਵਿਚਾਰ ਕਰਦੀ ਮਤਲਬ ਕੋਈ ਬਿਜ਼ਨਸ ਸੋਚਦੀ ਆ ਪੁਰਾਣੇ ਜ਼ਮਾਨੇ 'ਚ ਖੇਤ ਹੁੰਦੇ ਸੀ bizness ਕਰਨ ਦੇ ਲਈ ਜਾਂ ਪੇਡਾਂ ਬੱਕਰੀਆਂ ਹੁੰਦੀਆਂ ਸੀ ਬਸ ਇਹੀ bizness ਸੀਗੇ 5-7 ਜਾਂ ਭਾਂਡੇ ਬਣਾਉਂਦਾ ਹੁੰਦਾ ਸੀ ਜਾਂ ਹਥਿਆਰ ਬਣਾਉਂਦਾ ਹੁੰਦਾ ਸੀ ਜਾਂ ਲੱਕੜ ਦਾ ਫਰਨੀਚਰ ਬਣਾਉਂਦਾ ਹੁੰਦਾ ਸੀ ਬਸ ਇਹ 10-15 bizness ਸੀਗੇ ਬਸ ਲਿਖੋ ਕਿ ਜੇ ਖੇਤ ਦੇ ਵਿਸ਼ੇ 'ਚ ਸੋਚ ਵਿਚਾਰ ਕਰਦੀ ਹੈ ਭਲੀ ਪਤਨੀ ਜਿਹੜੀ ਹੈ ਬੁੱਧੀਮਾਨ ਪਤਨੀ ਜਿਹੜੀ ਹੈ ਉਹ ਸੋਚ ਵਿਚਾਰ ਕਰਨ ਵਾਲੀ ਪਤਨੀ ਹੈ ਉਹ ਆਪਣੇ ਆਪ ਨੂੰ ਹਾਊਸ ਵਾਈਫ ਦਾ ਨਾਂ ਲੈ ਕੇ ਦੁਪਹਿਰੇ ਆਪਣੇ ਘਰ ਚ ਟੀਵੀ ਦੇਖਣ ਲਈ ਪਤਨੀ ਨਹੀਂ ਗਈ ਉਹ ਸੋਚਣ ਵਾਲੀ ਪਤਨੀ ਹੈ ਕਿ ਕਿਹੜਾ ਕੰਮ ਮੈਂ ਕਰਾਂ ਕਿ ਮੈਂ ਆਪਣੇ ਹਸਬੰਡ ਦਾ ਸਾਥ ਦੇ ਸਕਾਂ ਔਰ ਹਸਬੰਡ ਵੀ ਇੰਨੇ ਛੋਟੇ ਦਿਮਾਗ ਦੇ ਮਾਲਕ ਨਹੀਂ ਹੋਣੇ ਚਾਹੀਦੇ ਕਿ ਅਸੀਂ ਆਪਣੀ ਪਤਨੀ ਨੂੰ ਥੋੜੀ ਫ੍ਰੀडम ਨਾ ਦਈਏ ਕਦੀ ਬਾਜ ਨੂੰ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੇ ਦੇਖੋ ਜਦੋਂ ਬਾਜ ਦੇ ਬੱਚੇ ਵੱਡੇ ਹੋ ਜਾਂਦੇ ਆ ਔਰ ਉਹ ਚਾਹੁੰਦਾ ਕਿ ਉਹਦੇ ਬੱਚੇ ਆਪਣੇ ਆਪ ਉਡਣ ਤੇ ਉਹਨਾਂ ਨੂੰ ਉਹ ਚਟਾਨ ਤੇ ਲੈ ਜਾਂਦਾ ਉੱਤੇ ਤੇ ਕੀ ਕਰਦਾ ਉੱਥੋਂ ਸੁੱਟ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਬੱਚਿਆਂ ਨੂੰ ਹਾਏ ਸਾਡਾ ਡੈਡੀ ਜਿਹੜਾ ਉਹ ਬਣਾ નિર્ਦਈ ਹੈ ਸਾਨੂੰ ਸੁੱਟਦਾ ਚਟਾਨ ਤੋਂ ਉਹ ਮਾਰਦੇ ਆ ਹੱਥ ਪੈਰ ਡਿੰਗੇ ਵਿੰਗੇ ਉਹ ਗੱਡਿੱਕਦੇ ਆ ਉਹ ਨਾਲੇ ਥਪ ਥਪ ਟਪ ਥਪ ਤੋਂ ਉੱਡਣ ਉੱਡਣ ਲੱਗ ਜਾਂਦੇ ਜੇ ਨਹੀਂ ਉੱਡਦੇ ਤੇ ਬਾਜ ਥੱਲੇ ਜਾ ਕੇ ਚੁੱਕ ਲੈਂਦਾ ਫਿਰ ਉਹਨਾਂ ਨੂੰ ਹਵਾਜੀ ਫਿਰ ਦੁਬਾਰਾ ਉੱਪਰ ਲੈ ਜਾਂਦਾ ਫਿਰ ਸੁੱਟਦਾ ਉਹਨਾਂ ਨੂੰ ਤੇ ਫਰੀडम ਦੇਣੀ ਬਹੁਤ ਜ਼ਰੂਰੀ ਹੈ ਮੈਂ ਐਸੇ ਪਰਿਵਾਰ ਦੇਖੇ ਆ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਹਸਬੰਡ ਆਪਣੇ ਬਿਜ਼ਨਸ ਚ ਫੇਲ ਹੋ ਗਏ ਆਪਣੀ ਪਤਨੀ ਦੇ ਕਰਕੇ ਪਤਨੀ ਨੇ ਜਾਣ ਹੀ ਨਹੀਂ ਦਿੱਤਾ ਬਿਜ਼ਨਸ ਕਰਨ ਲਈ ਜੇ ਕੋਈ ਫੋਰਨ ਜਾਣਾ ਚਾਹੁੰਦਾ ਹੈ ਉਹਨੂੰ ਜਾਣ ਹੀ ਨਹੀਂ ਦਿੱਤਾ ਜੇ ਕੋਈ ਕੰਮ ਕਰਨਾ ਚਾਹੁੰਦਾ ਉਹਨੂੰ ਜਾਣ ਹੀ ਨਹੀਂ ਦਿੱਤਾ ਤੇ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਆ ਕਿ ਤੁਸੀਂ ਦੁਬਈ 'ਚ ਜਾਓ ਬਿਜ਼ਨਸ ਕਰਨ ਲਈ ਤੇ ਉਹ ਤੋਂ ਸਿਰ 15000 ਕਮਾਓ ਤੇ ਆਪਣੀ ਵਾਈਫ ਤੋਂ ਦੂਰ ਰਹੋ ਮੈਂ ਇਸ ਹੱਕ 'ਚ ਨਹੀਂ ਆ हां ਤੁਸੀਂ ਅਮਰੀਕਾ ਜਾ ਸਕਦੇ ਹੋ 2-3 ਸਾਲ ਚ ਪੱਕੇ ਉਦੋਂ ਵਾਈਫ ਨੂੰ ਬੁਲਾਓ ਜੇ ਨਹੀਂ ਪੱਕੇ ਉਸਦੇ ਵਾਪਸ ਆਜੋ ਤੁਹਾਡਾ ਇਕੱਠਾ ਰਹਿਣਾ ਜ਼ਰੂਰੀ ਹੈ ਪੈਸਾ ਘੱਟ ਵੀ ਚੱਲੂਗਾ ਕੋਈ ਦਿੱਕਤ ਨਹੀਂ ਮੁੜ ਕੇ ਇਹ ਖਬਰਾਂ ਸੁਣਦੇ ਆ ਵਾਈਫ ਇੱਥੇ ਕਿਤੇ ਘੁੰਮ ਰਹੀ ਹੈ ਕਿਸੇ ਮੁੰਡੇ ਨਾਲ ਬੰਦਾ ਦੁਬਈ 'ਚ ਕਿਸੇ ਕੁੜੀ ਨਾਲ ਘੁੰਮ ਰਿਆ ਤੇ ਹੈਲੋ ਹੈਲੋ ਫੋਨ ਤੇ ਹੋ ਰਹੀ ਬਸ ਨੋ ਇੱਕ ਵਿਜ਼ਨ ਦੇ ਤਹਿਤ ਚੱਲਿਆ ਜਾ ਸਕਦਾ ਹੈ ਹਾਂ ਕਿ ਮੈਂ ਮੇਰੇ ਕੋਲ ਪੈਸਾ ਨਹੀਂ ਹੈ ਮੇਰੇ ਕੋਲ ਕਰਜ਼ਾ ਹੈ ਲੱਖ ਡੇਢ ਦਾ 2 ਲੱਖ ਦਾ ਕਿ ਮੈਂ ਦੁਬਈ ਜਾਵਾਂਗਾ ਮਸਕਟ ਜਾਵਾਂਗਾ 25 30 35 ਹਜ਼ਾਰ ਮੇਰੀ ਤਨਖਾਹ ਹੋਣੀ ਹੈ ਹੈ ਜਾਂ ਤਾਂ ਵਾਈਫ ਨੂੰ ਉੱਥੇ ਬੁਲਾਉਣ ਦਾ ਕੰਮ ਕਰੋ ਵਾਈਫ ਦੇ ਰਸਤੇ ਖੋਲੋ ਕਿ ਤੁਹਾਡੇ ਲਈ ਉੱਥੇ ਆਵੇ ਉਹ ਤੇ ਜਾਂ ਉੱਥੋਂ ਪੈਸਾ ਇੰਨਾ ਕ ਕਮਾ ਲਓ ਕਿ ਆ ਕੇ ਕਰਜ਼ੇ ਵੀ ਲਾ ਦੋ ਤੇ ਆਗੇ ਕੋਈ ਚੰਗਾ ਕੰਮ ਵੀ ਸ਼ੁਰੂ ਕਰ ਲਓ ਤਾਂ ਕਿ ਤੁਸੀਂ ਇਕੱਠੇ ਰਹਿ ਸਕੋ ਐਦਾਂ ਨਾ ਹੋਵੇ ਪੌਲਸ ਕਹਿੰਦਾ ਕਿ ਅਸੰਯਮ ਦੇ ਕਰਕੇ ਸ਼ੈਤਾਨ ਤੁਹਾਨੂੰ ਪਰਖੇ ਹਾਲੇਲੂਇਆ ਕੀ ਕਰਦੀ ਆ ਉਹ ਲਿਖਿਆ ਉਹ ਰਾਤ ਨੂੰ ਉੱਠਦੀ ਹੈ ਘਰਾਨੇ ਨੂੰ ਭੋਜਨ ਦਿੰਦੀ ਇੱਕ ਹਸਬੰਡ ਆਪਣੀ ਵਾਈਫ ਨਾਲ ਕਦੀ ਬਣਿਆ ਨਹੀਂ ਰਹਿ ਸਕਦਾ ਜੇ ਉਹ ਚੰਗਾ ਖਾਣਾ ਨਹੀਂ ਖਾਏਗਾ ਰੋਜ਼ ਨੋਟ ਕਰੋ ਵਾਈਫਸ ਮੈਂ ਮੈਨੂੰ ਆਂਦਾ ਨਹੀਂ ਰੋਟੀ ਬਣਾਣੀ ਨਹੀਂ ਆਂਦੀ ਮੈਨੂੰ ਕਿੰਨੇ ਦਿਨ ਨਹੀਂ ਆਂਦੀ ਰੋਟੀ ਬਣਾਣੀ ਇੱਕ ਸਾਲ ਨਹੀਂ ਆਂਦੀ ਤੈਨੂੰ ਤੇਰੇ ਘਰ ਦੇ ਨੇ ਨਹੀਂ ਸਿਖਾਇਆ नो ਪ੍ਰੋਬਲਮ ਕੋਈ ਮੇਣਾ ਨਹੀਂ ਕੋਈ ਤਾਨਾ ਨਹੀਂ ਕਿ ਤੈਨੂੰ ਸਿੱਖਣੀ ਵੀ ਨਹੀਂ ਆਂਦੀ ਰੋਟੀ ਬਣਾਣੀ ਕੁਝ ਵੀ ਚੱਲਦਾ ਹੈ ਕਿਸੇ-ਕਿਸੇ ਦਿਨ ਨਮਕ ਉੱਤੇ ਥੱਲੇ ਵੀ ਚੱਲੇਗਾ ਕਿਸੇ-ਕਿਸੇ ਦਿਨ ਰੋਜ਼ ਨਹੀਂ ਮੀਨਸ ਕਿ ਤੁਹਾਨੂੰ ਵਾਈਫਸ ਨੂੰ ਆਪਣੇ ਹਸਬੈਂਡਸ ਦੇ ਜਿਹੜੀਆਂ ਲਾਈਕਸ ਔਰ ਡਿਸਲਾਈਕਸ ਕਿ ਤੁਹਾਡੇ ਹਸਬੰਦ ਨੂੰ ਕੀ ਪਸੰਦ ਔਰ ਕੀ ਨਾ ਪਸੰਦ ਆ ਖਾਣ ਦੇ ਵਿੱਚ ਪੈਨਨ ਦੇ ਵਿੱਚ ਕਿਹੜਾ ਕਲਰ ਪਸੰਦ ਆ ਕਿਹੜੀ ਗੱਲ ਪਸੰਦ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਹੋਣੀ ਚਾਹੀਦੀ ਸੇਮ ਹਸਬੰਦ ਔਰ ਸੇਮ ਐਜ਼ ਹਸਬੰਦ ਹਸਬੰਦ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਗੱਲ ਤੋਂ ਉਹਦੀ ਵਾਈਫ ਡਿਸਲਾਈਕ ਕਰਦੀ ਆ ਉਹਨੂੰ ਪਸੰਦ ਨਹੀਂ ਕਰਦੀ ਇਹ ਚੀਜ਼ਾਂ ਜਦੋਂ ਇੱਕ ਦੂਸਰੇ ਨੂੰ ਅਸੀਂ ਖਿਜਾਵਾਂਗੇ ਇੱਕ ਹੋਰ ਅੱਜ ਦੀ ਗੱਲ ਦੱਸ ਰਹੀ ਸੀ ਜਿਹੜੀ ਸ਼ਾਹਰੂਖ ਖਾਨ ਵੱਲੀ ਜਿੱਦਾਂ ਕੀ ਹੋਣਾ ਵਾਈਫਸ ਕਈ ਵਾਰੀ ਆਪਣੇ ਹਸਬੰਦ ਨੂੰ ਚੜਾਉਣ ਲਈ ਕੀ ਕਰਦੀਆਂ ਕਿ ਆਪਣੇ ਕਿਸੇ ਐਕਟਰ ਦਾ ਨਾਮ ਲੈ ਕੇ ਕਿ ਨਹੀਂ ਉਹ ਸ਼ਾਹਰੂਖ ਖਾਨ ਮੇਰਾ ਬਹੁਤ ਫੇਵਰਿਟ ਆ ਮੀਨਸ ਕਿ ਹਸਬੰਡ ਜੈਲਸ ਫੀਲ ਕਰੇ ਬਟ ਇਸ ਚੀਜ਼ ਸਹੀ ਨਹੀਂ ਬਿਲਕੁਲ ਤੁਹਾਡਾ ਹਸਬੰਡ ਦਾ ਲਈ ਸ਼ਾਹਰੂਖ ਖਾਨ ਹੈ ਤੁਹਾਡੀ ਵਾਈਫ ਦਾ ਲਈ ਕੈਟਰੀਨਾ ਕੈਫ ਯੈਸ ਅਮੀਨ ਤੁਹਾਡੇ ਹੀਰੋ ਔਰ ਹੀਰੋਇਨ ਮਤਲਬ ਹੀਰੋਇਨ ਹੀਰੋ ਹੀਰੋਇਨ ਦਾ ਲਈ ਵਾਈਫ ਦਾ ਲਈ ਹਸਬੰਡ ਹੋਣੇ ਚਾਹੀਦੇ ਤੁਹਾਡੇ ਹਸਬੰਡ ਹੋਣੇ ਚਾਹੀਦੇ ਲਿਖਿਆ ਇਹ ਸਪ੍ਰੀਏ ਤੂੰ ਸਰਵਾਂਗ ਸੁੰਦਰੀ ਤੁਝ ਮੇ ਕੋਈ ਦੋਸ਼ ਨਹੀਂ ਇਹਦਾ ਮਤਲਬ ਇਹ ਨਹੀਂ ਉਹ ਬੜੀ ਕਿਤੇ ਮਿਸ ਯੂਨੀਵਰਸ ਦੀ ਗੱਲ ਕਰ ਰਿਹਾ ਇਹਦੇ ਚ ਉਹ ਆਪਣੀ ਵਾਈਫ ਦੀ ਗੱਲ ਕਰ ਰਿਹਾ ਵਾਈਫ ਆਪਣੇ ਹਸਬੰਡ ਦੀ ਗੱਲ ਕਰ ਰਹੀ ਜਦੋਂ ਹੀਰਾ ਨਿਕਲਦਾ ਹੈ ਅਗਰ ਤੁਹਾਨੂੰ ਹੀਰਾ ਦਿਖਾ ਦਈਏ ਅੱਜ LED ਦੇ ਉੱਤੇ ਤੁਸੀਂ ਪਹਿਚਾਨ ਨਹੀਂ ਪਾਉਂਗੇ ਕਿ ਇਹ ਹੀਰਾ ਹੈ ਕਿ ਪੱਥਰ ਹੈ ਕਿਉਂਕਿ ਹੀਰਾ ਪੱਥਰ ਦੇ ਵਾਂਗ ਨਜ਼ਰ ਆਉਂਦਾ ਹੈ ਪਾਲਿਸ਼ ਤੋਂ ਬਿਨਾ ਹੀਰੇ ਦੀ ਕਟਿੰਗ ਹੁੰਦੀ ਹੈ ਪਾਲਿਸ਼ ਹੁੰਦੀ ਹੈ ਫਿਰ ਉਹ ਚਮਕਦਾ ਹੈ ਕਿਉਂਕਿ ਜਦੋਂ ਵਿਆਹ ਹੁੰਦਾ ਨਾ ਤੇ ਹਸਬੰਡ ਦੇ ਦਿਮਾਗ 'ਚ ਵੱਖਰੇ ਖਿਆਲੀ ਬੁਲਾਵ ਹੁੰਦੇ ਹੈ ਵਾਈਵ ਦੇ ਦਿਮਾਗ 'ਚ ਵੱਖਰੇ ਖਿਆਲੀ ਬੁਲਾਵ ਹੁੰਦੇ ਵਿਆਹ ਤੋਂ ਬਾਅਦ ਐ ਹੋਊਗਾ 아이 ਬਦਲਾਂ ਤੇ ਉੜਦੇ ਹੋਵਾਂਗੇ ਸੁਰਕ ਦੁੱਧ ਫੋਲੋ ਸੁੱਟਦੇ ਹੋਣਗੇ ਉਤੋਂ ਪਰ origianlly ਜਦੋਂ ਉਹ ਜਾਂਦੀਆਂ ਆਪਣੇ ਸਹੁਰੇ ਘਰ ਤੇ ਸਿਚੁਏਸ਼ਨ ਕੁਝ ਹੋਰ ਹੀ ਹੁੰਦੀ ਉਹ ਸਰਪ੍ਰਾਈਜ਼ਡ ਰਹਿ ਜਾਂਦੀਆਂ ਬਿਲਕੁਲ ਤੇ ਸ਼ੌਕਡ ਹੋ ਜਾਂਦੀਆਂ ਹੋ ਤੇ ਸਰਪ੍ਰਾਈਜ਼ ਹੋ ਜਾਂਦੀਆਂ ਹੋ ਉਹਨਾਂ ਨੂੰ ਝਟਕੇ ਲੱਗਦੇ ਵੱਡੇ ਵੱਡੇ ਜਦੋਂ ਚਾਰਕ ਚੀਜ਼ਾਂ ਬੰਦ ਹੋ ਜਾਂਦੀਆਂ ਜਦੋਂ ਘੁੰਗਟ ਘਟਨਾ ਪੈਂਦਾ ਮਤਲਬ so many things ਤੇ ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਹੀਰਾ ਵੀ ਸ਼ੇਪ 'ਚ ਨਹੀਂ ਆਂਦਾ ਕਦੀ ਨਾ ਉਹ ਚਮਕਦਾ ਹੁੰਦਾ ਤੁਹਾਨੂੰ ਕੱਟ-ਕੱਟ ਕੇ ਤੁਹਾਨੂੰ ਪਾਲਿਸ਼ ਕਰ-ਕਰ ਕੇ ਸ਼ੇਪ ਕਰਨਾ ਪੈਂਦਾ ਆਪਣੀ ਮੈਰਿਜ ਲਾਈਫ ਕਿਉਂਕਿ ਮੈਰਿਜ ਲਾਈਫ ਜਿਹੜੀ ਬlesed ਲਾਈਫ ਆ ਪਰਮੇਸ਼ਵਰ ਨੇ ਅਨੁਗ੍ਰਹਿ ਦਿੱਤਾ ਹੈ ਜਿਨੇ ਇਸਤਰੀ ਵਿਆਹ ਲਈ ਉਹਨੇ ਅਨੁਗ੍ਰਹਿ ਪਾਇਆ ਉਹਨੇ ਉੱਤਮ ਪਦਾਰਥ ਪਾਇਆ ਉਹਨੇ ਅਨੁਗ੍ਰਹਿ ਪਾਇਆ ਬਾਈਬਲ ਕਹਿੰਦੀ ਕਿ ਜਿਸਨੇ ਇਸਤਰੀ ਵਿਹਾਈ ਉਸਨੇ ਅਨੁਗ੍ਰਹਿ ਪਾਇਆ ਉਸਨੇ ਉੱਤਮ ਪਦਾਰਥ ਪਾਇਆ ਇਹਦਾ ਮਤਲਬ ਕਿ ਜਦੋਂ ਵਿਆਹ ਤੁਹਾਡਾ ਹੋਇਆ ਤੇ ਇਹ ਪਰਮੇਸ਼ਵਰ ਦੀ ਬlesing ਹੈ ਇਹ ਪਰਮੇਸ਼ਵਰ ਦਾ ਪਲਾਨ ਹੈ ਸੈਕਿੰਡ ਲਿਖਿਆ ਉਹ ਆਪਣੇ ਕਟੀ ਕੋ ਬਲ ਕੇ ਫੈਂਟੇਸਿਕ ਕਸਤੀ ਹੈ ਔਰ ਆਪਣੀ ਬਾਹਾਂ ਕੋ ਤ੍ਰਿੜ ਬਣਾਤੀ ਜਿਹੜੀ ਭਲੀ ਪਤਨੀ ਹੈ ਜਿਹੜੀ 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 ਸਪਿਰਚੁਅਲ ਵਾਈਫ ਹੈ ਜਿਹੜੀ ਪਰਫੈਕਟ ਵਾਈਫ ਜਿਹਨੂੰ ਅਸੀਂ ਕਹਿੰਨੇ ਆ ਆਦਰਸ਼ ਪਤਨੀ ਜਿਹਨੂੰ ਅਸੀਂ ਕਹਿੰਨੇ ਆ ਉਹ ਸਟਰੋਂਗ ਹੈ ਮੈਂਟਲੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਹੈ ਹਾਲੀਵੁੱਡ ਚ ਬਾਲੀਵੁੱਡ ਚ ਲੋਕਾਂ ਦੀ ਲਾਈਫ ਚ ਇਹਦੇ ਹਸਬੰਡ ਜਦੋਂ ਡਾਊਨ ਹੋਏ ਉਹਨਾਂ ਦੀ ਵਾਈਫ ਨੇ ਅੱਪ ਕੀਤਾ ਉਹਨਾਂ ਨੂੰ ਬੋਲ ਬੋਲ ਕੇ ਇੱਕ ਮੈਰਿਜ ਤਾਂ ਇਹ ਕਦੀ ਬਣੀ ਨਹੀਂ ਰਹਿ ਸਕਦੀ ਜੇ ਤੁਸੀਂ ਪ੍ਰੇਅਰਫੁਲ ਇਨਸਾਨ ਨਹੀਂ ਹੋਤਾ ਜੇ ਹਸਬੰਡ ਪ੍ਰੇਅਰਫੁਲ ਨਹੀਂ ਹੈ ਜੇ ਵਾਈਫ ਪ੍ਰੇਅਰਫੁਲ ਨਹੀਂ ਹੈ ਤਾਂ ਦੀ ਮੈਰਿਡ ਲਾਈਫ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਔਰ ਮੈਰਿਡ ਲਾਈਫ ਨੂੰ ਸਕਸੈਸਫੁਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਬੱਚਿਆਂ ਦੇ ਵਿੱਚ ਰੋਂਗ ਸੀਡ ਪਏਗਾ ਤੁਹਾਡੀ ਟੈਸਟਮਨੀ ਗਲਤ ਹੋਏਗੀ ਤੁਹਾਡਾ ਪ੍ਰਭਾਵ ਗਲਤ ਹੋਏਗਾ ਮਸੀਹ ਦੇ ਵਿੱਚ ਤੁਸੀਂ ਬੇਅਸਰੇ ਹੋਵੋਗੇ ਜੇ ਤੁਹਾਡਾ ਇਹ ਹਿੱਸਾ ਕਮਜ਼ੋਰ ਹੈ ਤੇ ਵਾਈਫ ਤੁਹਾਡਾ ਸਪੋਰਟਰ ਹੈ ਅਗਰ ਵਾਈਫ ਚਾਹੇ ਤਾਂ ਹਸਬੰਡ ਨੂੰ ਫੇਲਰ ਤੋਂ ਸਕਸੈਸਫੁਲ ਲੈ ਕੇ ਜਾ ਸਕਦੀ ਹੈ ਕੁਝ ਲੇਡੀਜ਼ ਨੇ ਆਪਣੇ ਹਸਬੰਡ ਦੇ ਕੌਨਫੀਡੈਂਸ ਇੰਨੇ ਡਾਊਨ ਕਰਕੇ ਰੱਖੇ ਹੋਏ ਫਿਰ ਉਹ ਕਹਿੰਦੀਆਂ ਕਿ ਸਾਡੇ ਹਸਬੰਡ ਸਾਡਾ ਆ ਨਹੀਂ ਕਰਦਾ ਹਸਬੰਡ ਕੋ ਆਪ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੂੰ ਆਪ ਤਾਂ ਬੋਲ ਬੋਲ ਕੇ ਉਹਨੂੰ ਜ਼ੀਰੋ ਕੀਤਾ ਹੋਇਆ ਥੋੜੀ ਜੀ ਗੱਲ 'ਚ ਹੱਲ ਐਡਾ ਤਕੜਾ ਪ੍ਰੈਸ਼ਰ ਉਹਤੇ ਪਾ ਕੇ ਰੱਖਿਆ ਹੋਇਆ ਉਹ ਕਦੀ ਵੀ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਕਿੰਨੇ ਮੇਰੀ ਗੱਲ ਸਮਝ ਰਹੇ ਲਿਖਿਆ ਰਾਤ ਨੂੰ ਉਹਦਾ ਦੀਆ ਨਹੀਂ ਬੁਝਦਾ ਇੱਕ ਭਲੀ ਪਤਨੀ ਜਿਹੜੀ ਹੈ ਉਹ ਪ੍ਰੇਅਰਫੁਲ ਔਰਤ ਹੈ ਉਹ ਰਾਤ ਨੂੰ ਜਾਗਣ ਵਾਲੀ ਪ੍ਰੇਅਰ ਕਰਨ ਵਾਲੀ ਔਰਤ ਹੈ ਲਿਖਿਆ ਆਪਣੇ ਘਰਾਨੇ ਨੂੰ ਕੰਮ ਦਿੰਦੀ ਆ ਉਹ ਉਹਨੂੰ ਹਰ ਆਪਣੇ ਘਰ ਦੇ ਕੰਮ ਦਾ ਕਰਾਨ ਦਾ ਪਤਾ ਹੈ ਕਿ ਕਿੰਨੂੰ ਕਿਹੜਾ ਕੰਮ ਦੇਣਾ ਉਹ ਆਪਣੇ ਘਰ ਨੂੰ ਮੈਨੇਜ ਕਰ ਸਕਦੀ ਹੈ ਅਗਰ ਉਹਦਾ ਪਤੀ ਕਮਾਨ ਦੇ ਲਈ ਗਿਆ ਤੇ ਪਿੱਛੋਂ ਆਪਣੇ ਘਰ ਨੂੰ ਫੁੱਲੀ ਮੈਨੇਜ ਕਰਕੇ ਉਹ ਰੱਖ ਸਕਦੇ ਆ ਇੱਕ ਕਮੀ ਜਿਹੜੀ ਆਪਾਂ ਮੈਰਿਡ ਲਾਈਫ ਦੇ ਵਿੱਚ ਦੇਖਦੇ ਆ ਹਸਬੰਡ ਦਾ ਆਪਣੀ ਵਾਈਫ ਦੀਆਂ ਕਮੀਆਂ ਨੂੰ ਵਾਈਫ ਦਾ ਆਪਣੇ ਹਸਬੰਡ ਦੀਆਂ ਕਮੀਆਂ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਫੈਮਿਲੀ ਮੈਂਬਰ ਨਾਲ ਸ਼ੇਅਰ ਕਰਨਾ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਹਸਬੰਡ ਦਾ ਆਪਣੀ ਵਾਈਫ ਦੀਆਂ ਕਮੀਆਂ ਨੂੰ ਜਗ੍ਹਾ ਜ਼ਾਹਿਰ ਕਰਨ ਦਾ ਮਤਲਬ ਹੈ ਆਪਣੇ ਕੱਪੜੇ ਜਾਗ ਜ਼ਾਹਿਰ ਕਰਨਾ ਆਪਣੇ ਤਨ ਨੂੰ ਜਾਗ ਜ਼ਾਹਿਰ ਕਰਨਾ ਆਪਣੇ ਨੰਗੇ ਪੰਨ ਨੂੰ ਲੋਕਾਂ ਨੂੰ ਦਿਖਾਣਾ ਕਿਉਂਕਿ ਬਾਈਬਲ ਦੱਸਦੀ ਹੈ ਤੁਹਾਡੀ ਵਾਈਫ ਤੁਹਾਡਾ ਸ਼ਰੀਰ ਹੈ ਜਿੰਨੇ ਵਾਈਫ ਨੂੰ ਢੱਕ ਕੇ ਨਹੀਂ ਰੱਖਿਆ ਉਹ ਖੁਦ ਨੰਗਾ ਹੈ ਉਹਦੀ ਵਾਈਫ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੰਦਾ ਆਪ ਨੰਗਾ ਹੈ ਦੁਨੀਆ ਦੇ ਵਿੱਚ ਜਿੰਨੇ ਆਪਣੀ ਵਾਈਫ ਨੂੰ ਢੱਕ ਕੇ ਨਹੀਂ ਰੱਖਿਆ ਕਿਉਂਕਿ ਲਿਖਿਆ ਤੇਰਾ ਸ਼ਰੀਰ ਕੌਣ ਹੈ ਤੇਰੀ ਤੇਰੀ ਪਤਨੀ ਬੋਲੋ ਕੌਣ ਹੈ ਬੰਦੇ ਦਾ ਸ਼ਰੀਰ ਉਹਦੀ ਪਤਨੀ ਉਹਦਾ ਕੀ ਹੈ ਸ਼ਰੀਰ ਹੈ ਹਾਂ ਜਾਂ ਨਾ ਤੇ ਜੇ ਆਪਣੀ ਪਤਨੀ ਨੂੰ ਤੁਸੀਂ ਦੁਨੀਆ ਦੇ ਵਿੱਚ ਨੰਗਾ ਕਰੋਗੇ ਤਾਂ ਤੁਸੀਂ ਨੰਗੇ ਹੋ ਰਹੇ ਹੋ ਤੁਹਾਡੀ ਪਤਨੀ ਨੂੰ ਨਹੀਂ ਫਰਕ ਪੈ ਰਿਹਾ ਤੁਹਾਨੂੰ ਫਰਕ ਪੈ ਰਿਹਾ ਤੁਸੀਂ ਆਪਣੇ ਸ਼ਰੀਰ ਨੂੰ ਨੰਗਾ ਕਰ ਰਹੇ ਹੋ ਪਰ ਜਦੋਂ ਇੱਕ ਪਤਨੀ ਜਿਹੜੀ ਹੈ ਉਹ ਆਪਣੇ ਹਸਬੰਡ ਨੂੰ ਬੇਇੱਜ਼ਤ ਕਰੇ ਲੋਕਾਂ ਚ ਤੇ ਉਹ ਆਪਣਾ ਸਿਰ ਨੰਗਾ ਕਰ ਰਹੀ ਆ ਉਹ ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰ ਰਹੀ ਉਹ ਪਤੀ ਦੀ ਬੇਇੱਜ਼ਤੀ ਨਹੀਂ ਕਰ ਰਹੀ ਉਹ ਆਪਣੇ ਹੈੱਡ ਦੀ ਆਪਣੇ ਸਿਰ ਦੀ ਬੇਇੱਜ਼ਤੀ ਕਰ ਰਹੀ ਆ ਜਦੋਂ ਪਤਨੀ ਆਪਣੇ ਸਰੀਰ ਨੂੰ ਆਪਣੇ ਆਪਣੇ ਸਿਰ ਨੂੰ ਟੱਗ ਕੇ ਰੱਖੇਔਰ ਹਸਬੈਂਡ ਆਪਣੇ ਪਤਨੀ ਯਾਨੀ ਸਰੀਰ ਨੂੰ ਟੱਗ ਕੇ ਰੱਖੇ ਜਦੋਂ ਦੋਨੋਂ ਟੱਗੇ ਰਹਿਣਗੇ ਦੋਨੋਂ ਫਲਵੰਦ ਰਹਿਣਗੇ ਹਾਲੇਲੂਇਆ ਤੋ ਇਸ ਲਈ ਆਪਣੇ ਹਸਬੰਡ ਦੀਆਂ ਕਮੀਆਂ ਨੂੰ ਵਾਈਫਸ ਔਰ ਵਾਈਫਸ ਤੇ ਕਮੀਆਂ ਨੂੰ ਹਸਬੰਡਸ ਕਦੇ ਕਿਸੇ ਨਾਲ ਸ਼ੇਅਰ ਨਾ ਕਰਨ। ਦੇਖਿਆ ਆਨਰ ਕਰੋ ਆਨਰ ਯੂਅਰ ਹਸਬੰਡ। ਰਿਸਪੈਕਟ ਕਰੋ ਆਪਣੇ ਹਸਬੰਡ ਦੀ ਕਿਉਂਕਿ ਰਿਸਪੈਕਟ ਇਸ ਇਕੁਅਲ ਟੂ ਲਵ। ਹਮ। ਅਗਰ ਤੁਸੀਂ ਆਪਣੇ ਹਸਬੰਡਸ ਦਾ ਰਿਸਪੈਕਟ ਕਰੋਗੇ ਤਾਂ ਫੀਡਬੈਕ ਜਿਹੜਾ ਤੁਹਾਡੇ ਹਸਬੰਡਸ ਵੱਲੋਂ ਤੁਹਾਨੂੰ ਲਵ ਮਿਲੇਗਾ। ਹਮ। ਸੋ ਇਸ ਲਈ ਬਹੁਤ ਇੰਪੋਰਟੈਂਟ ਆ ਕਿ ਆਨਰ ਕਰਨਾ ਆਨਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਮੈਰਿਜਸ ਦੇ ਵਿੱਚ ਆਪਣੇ ਫੈਮਿਲੀਜ਼ ਦੇ ਵਿੱਚ ਜਿੱਥੇ ਵੀ ਕਿਤੇ ਤੁਸੀਂ ਆਪਣੇ ਫੈਮਿਲੀ ਦੇ ਵਿੱਚ ਵੀ ਤੁਸੀਂ ਆਪਣੇ ਹਸਬੰਦ ਦਾ ਆਨਰ ਕਰਨਾ ਉਹਦਾ ਸਤਿਮਾਨ ਕਰਨਾ ਹੈ ਤੁਹਾਡੀ ਮੈਰਿਜ ਜਦੋਂ ਤੁਸੀਂ ਕਰਕੇ ਆਏ ਸੀਗੇ ਤੁਹਾਡੀ ਮੈਰਿਜ ਤੁਹਾਡੀ ਵਾਈਫ ਨਾਲ ਹੋਈ ਸੀ ਤੁਹਾਡੀ ਵਾਈਫ ਦੀ ਮੈਰਿਜ ਤੁਹਾਡੇ ਨਾਲ ਹੋਈ ਹੈ ਤੁਹਾਡੀ ਮੰਮੀ ਨਾਲ ਤੇਰੇ ਡੈਡੀ ਨਾਲ ਨਹੀਂ ਹੋਈ ਤੁਹਾਡੀ ਵਾਈਫ ਦੀ ਮੈਰਿਜ ਤੁਹਾਡੇ ਨਾਲ ਹੋਈ ਹੈ ਤੁਹਾਡੇ ਛੋਟੇ ਭਰਾ ਨਾਲ ਤੁਹਾਡੇ ਸਸੁਰਨਾ ਤੁਹਾਡੀ ਸਾਸਨ ਨਾਲ ਜਾਂ ਉਹਦੀ ਉਹਦੇ ਸਪੂਰੀ ਨਨਾਨਾ ਪਰਜਾਈਆਂ ਦੇ ਨਾਲ ਨਹੀਂ ਹੋਈ ਇੱਕ ਹਸਬੰਦ ਆਪਣੀ ਵਾਈਫ ਨੂੰ ਕਰੈਕਟ ਕਰ ਸਕਦਾ ਹੈ ਇੱਕ ਲੈਵਲ ਤੇ ਉਹਦੇ ਸੱਸ ਸਸਰ ਉਹਨੂੰ ਸਮਝਾ ਸਕਦੇ ਆ ਉਸ ਤੋਂ ਬਾਅਦ ਕਹੇ ਦਾ ਹੱਕ ਨਹੀਂਗਾ ਉਹਨੂੰ ਸਮਝਾਣ ਦਾ ਔਰ ਜੇ ਤੁਸੀਂ ਆਪਣੀ ਵਾਈਫ ਨੂੰ ਆਪਣੇ ਘਰ ਚ ਬੁਲਾ ਕੇ ਪ੍ਰੋਟੈਕਟ ਨਹੀਂ ਕਰ ਸਕਦੇ ਉਹਨੂੰ ਸੁਰੱਖਿਤ ਨਹੀਂ ਕਰ ਸਕਦੇ ਤੁਹਾਡੀ ਲਾਈਫ ਵੀ ਫਿਰ ਸੁਰੱਖਿਤ ਨਹੀਂ ਹੈ ਤੁਸੀਂ ਆਪਣੇ ਵਿਜ਼ਨ ਨੂੰ ਸੁਰੱਖਿਤ ਨਹੀਂ ਕਰ ਰਹੇ ਹੋ ਕਿ ਇਹੋ ਜੀ ਦੁਨੀਆ ਆ ਗਈ ਹੈ ਕਿ ਉਹ ਆਪਣੀ ਵਾਈਫ ਦੇ ਟਿੱਡੋਂ ਨਿਕਲਿਆ ਬੱਚਾ ਤੇ ਚਾਹੁੰਦਾ ਪਰ ਵਾਈਫ ਨੂੰ ਨਹੀਂ ਚਾਹੁੰਦਾ ਦੁਨੀਆ ਦੇਖੋ ਅੱਜ ਹਾਂ ਵਾਈਫ ਦੇ ਟਿੱਡੋਂ ਨਿਕਲਿਆ ਬੱਚਾ ਉਹ ਚਾਹੁੰਦਾ ਹੈ ਬੰਦਾ ਪਰ ਵਾਈਫ ਨੂੰ ਨਹੀਂ ਜਿਹਦੇ ਟਿੱਡੋਂ ਨਿਕਲਿਆ ਉਹ ਪੂਰਾ ਕੰਟੇਨਰ ਨਹੀਂ ਚਾਹੁੰਦਾ ਜੇ ਤਾਂ ਉਹਦੇ ਟਿੱਡੋਂ ਨਿਕਲਿਆ ਉਹਨੂੰ ਪਸੰਦ ਕਰਦਾ ਹੋ ਪਰ ਵਾਈਫ ਨੂੰ ਨਹੀਂ ਕਰਦਾ ਹੋ ਵਾਈਫ ਜਦੋਂ ਤੁਹਾਡੇ ਘਰ ਗਈ ਤੁਹਾਡੀ ਵਾਈਫ ਤੁਹਾਡੀ ਪ੍ਰਾਪਰਟੀ ਹੈ ਤੁਹਾਡੀ ਵਾਈਫ ਤੁਸੀਂ ਇਹਨੂੰ ਸੰਭਾਲ ਕੇ ਰੱਖਣਾ ਹੈ ਇਹਨੂੰ ਪ੍ਰੋਟੈਕਟ ਰੱਖਣਾ ਹੈ ਸਮਝ ਆਈ ਨਹੀਂ ਤਾਂ ਫਿਰ ਐ ਕਰੋ ਤੁਸੀਂ ਛੱਡ ਕੇ ਦੇਖੋ ਆਪਣਾ ਘਰ ਥੋੜੇ ਦਿਨ ਬੰਦਿਓ ਮੈਂ ਕਹਾ ਤੁਸੀਂ ਛੱਡ ਕੇ ਦੇਖੋ ਆਪਣਾ ਘਰ ਥੋੜੇ ਦਿਨ ਆਪਣੇ ਘਰ ਦੇ ਮਾਪਿਓ ਭੈਣ ਭਰਾ ਸਾਰਾ ਕੁਝ ਛੱਡ ਕੇ ਆਪਣੀ ਵਾਈਫ ਦੇ ਘਰ ਚਲ ਜਓ 15 ਦਿਨ ਜੀ ਨਾਨੀ ਪਰਨਾਨੀ ਸਾਰੇ ਯਾਦ ਆ ਜਾਣੀ ਹੈ ਔਰ ਜਿਹੜੀ ਵਾਈਫ ਛੱਡ ਗਿਆ ਇਹ ਸਾਰਾ ਕੁਝ ਹਾਂ ਤੁਹਾਡਾ ਛੋਟਾ ਭਰਾ ਵੀ ਉਹਨੂੰ ਡਾਂਡ ਰਿਹਾ ਤੁਹਾਡਾ ਵੱਡਾ ਵੀ ਉਹਨੂੰ ਡਾਂਡ ਰਿਹਾ ਤੁਹਾਡੀ ਮਦਰ ਵੀ ਤੁਹਾਡਾ ਫਾਦਰ ਵੀ ਉਹਨੂੰ ਨੌਕਰ ਬਣਾਇਆ ਪਿਆ ਤੁਸੀਂ ਕਰਦਾ ਔਰ ਫਿਰ ਕਹਿੰਦੇ ਹੋ ਕਿ ਮੈਂ ਬLES ਕਿਉਂ ਨਹੀਂ ਆ ਤੁਸੀਂ ਆਪਣੇ ਸ਼ਰੀਰ ਨੂੰ ਤੋੜੋਗੇ ਤੇ ਆਪ ਵੀ ਬਿਮਾਰ ਹੋਵੋਗੇ ਤੁਸੀਂ ਜੇ ਸ਼ਰੀਰ ਨੂੰ ਬਚਾਓਗੇ ਤੇ ਆਪ ਵੀ ਹੈਲਦੀ ਹੋ ਤੁਸੀਂ ਜੇ ਵਾਈਫ ਹੈਲਦੀ ਹੈ ਲਾਈਫ ਹੈਲਦੀ ਯੂਅਰ ਵਾਈਫ ਇਜ਼ ਯੂਅਰ ਲਾਈਫ ਆਫਟਰ ਜੀਜ਼ਸ ਆਫਟਰ ਹੋਲੀ ਸਪਿਰਟ ਪਹਿਲਾ ਸਥਾਨ ਤੇ ਵਾਈਫ ਆਇ ਤੋਂ ਬਾਅਦ ਕੰਨ ਖੋਲ ਕੇ ਸੁਣੋ ਤੁਸੀਂ ਬੱਚੇ ਹੋ ਸਾਡੇ ਸਾਡੇ ਬਰਦਰ ਹੋ ਸਿਸਟਰ ਹੋ ਸਾਡੀ ਫੈਮਿਲੀ ਮੈਂਬਰ ਹੋ ਇਸ ਲਈ ਤੁਹਾਨੂੰ ਦੱਸ ਰਿਹਾ ਸੀ ਕੜਵੀਆਂ ਚੀਜ਼ਾਂ ਸਾਡੀ ਵਾਈਫ ਨੇ ਕਰ ਗਈ ਉਹ ਸਾਡੀ ਪੂਰੀ ਫੈਮਿਲੀ ਕੋ ਪੂਰਾ ਲਾਇਸੈਂਸ ਲਾਇਸੈਂਸ ਮਿਲ ਗਿਆ ਉਹਨਾਂ ਨੂੰ ਜੋ ਮਰਜੀ ਕੋ ਜਿੰਨੂੰ ਮਰਜੀ ਕਹ ਦੇ ਨੋ ਸਾਡੇ ਕਰਦੇ ਕਿਸੇ ਬੰਦੇ ਕੋਲ ਇੱਕ ਲੈਵਲ ਦੀ ਸਾਡੇ ਸਾਸਰ ਸੁਰ ਕੋ ਅਥਾਰਟੀ ਹੈ ਸਮਝਾਂ ਦੀ ਉਸ ਤੋਂ ਬਾਅਦ ਕਿਸੇ ਕੋ ਅਥਾਰਟੀ ਨਹੀਂ ਹੈ ਪਿਆਰ ਨਾਲ ਗੱਲ ਕਰ ਸਕਦਾ ਹਰ ਬੰਦਾ ਪਰ ਉਹਨੂੰ ਕਰੈਕਟ ਕਰਨ ਦਾ ਅਧਿਕਾਰ ਉਹ ਵੀ ਤੁਹਾਡੇ ਕੋਲ ਹੈ ਉਹ ਵੀ ਬੈਡਰੂਮ ਦੇ ਅੰਦਰ ਵੜ ਕੇ ਕਰੈਕਟ ਕਰਨਾ ਹੈ ਬਾਹਰ ਲੋਕਾਂ ਦੇ ਵਿੱਚ ਨਹੀਂ ਜੇ ਬਾਹਰ ਆਪਣੀ ਵਾਈਫ ਦੀ ਬੇਇੱਜ਼ਤੀ ਕਰੋਗੇ ਤੇ ਆਪਣੀ ਬਾਡੀ ਨੂੰ ਨੰਗਾ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਨੰਗਾ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਆਪਣੀ ਆਪਣੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਦੋਨੋਂ ਇੱਕੋ ਹੋ ਤੁਸੀਂ ਦੋ ਜਣੇ ਨਹੀਂ ਹੋ ਇੱਕ ਬੰਦਾ ਹੋ ਤੁਸੀਂ ਕਿ ਮੈਨੂੰ ਮਜ਼ਾਕ ਮਜ਼ਾਕ ਨਾ ਕਹਿਣਾ ਹੁਣ ਮੈਂ ਚੱਲਾ ਹਾਂ ਉਹਨੂੰ ਮਨ ਤੇ ਕਹਿੰਦੀ ਨਹੀਂ ਮੈਂ ਤੇ ਮੈਂ ਕਹਾਂ ਤੂੰ ਮੇਰੇ ਚ ਹੀ ਹੈ ਅਪਾ ਇਕੱਠੇ ਚੱਲੇ ਮੈਂ ਮਤਲਬ ਤੂੰ ਮੈਂ ਬਾਰ ਬਾਰ ਇਹ ਇੱਕ ਸਾਲ ਕਰ ਹੀ ਗਿਆ ਇਹਨਾ ਮੈਂ ਚੱਲਣਾ ਘੁੰਮਣ ਤੇਨੇ ਕਹਿੰਨਾ ਮੈਂ ਤੇ ਮੈਂ ਕਹਿੰਦਾ ਅਪਾ ਇਕੱਠੇ ਹੀ ਆ ਮੈਂ ਮਤਲਬ ਤੂੰ ਵੀ ਤੇ ਹੁਣ ਮੈਂ ਚੁਕਾਉਂ ਮੈਂ ਘੁੰਮਣ ਜਾਣਾ ਇਹ ਕਹਿੰਦਾ ਵਾਓ ਪਤਾ ਮੈਂ ਵੀ ਨਾਲ ਹੀ ਜਾਣਾ ਮੀਨਸ ਅਸੀਂ ਜਿਹੜੀਆਂ ਗੱਲਾਂ ਤੁਹਾਨੂੰ ਦੱਸ ਰਹੇ ਆ ਇਹ ਜਿਹੜੀਆਂ ਅਨਮੋਲ ਗੱਲਾਂ ਜਿਹੜੀਆਂ ਅਸੀਂ ਆਪਣੀ ਜੀਵਨ ਦੇ ਵਿੱਚ ਅਪਲਾਈ ਕਰ ਚੁੱਕੇ ਆ ਔਰ ਅਸੀਂ ਇੱਕ ਬlesed ਮੈਰਿਟ ਲਾਈਫ ਜੀ ਰਹੇ ਆ ਜਿਸੀ ਚੌਣੇ ਕੇ ਸਾਡੇ ਜਿਹੜੇ ਸਪਿਰਚੁਅਲ ਸਨਸ ਡਾਟਰਸ ਵੀ ਆ ਉਹ ਵੀ ਕ ਮੈਰਿਡ ਬਲੇਸਟ ਲਾਈਫ ਜੀ ਸਕਣ ਅਮੀਨ ਹਲੇ ਤਾਂ ਵਚਨ ਸ਼ੁਰੂ ਹੋਣਾ ਹਲੇ ਤਾਂ ਔਰ ਮੇਰੀ ਵਾਈਫ ਨੇ ਪੂਰਾ ਬਿਆਨ ਚਿੱਠੇ ਚੰਗੇ ਤੁਹਾਡੇ ਫੁੱਲ ਫੁੱਲ ਔਰ ਮਜ਼ਾਕ ਜਿਹੜਾ ਮਜ਼ਾਕ ਜਿਆਦਾ ਨਾ ਕਰੋ ਹਾਂ ਮਜ਼ਾਕ ਕਿਦਾਂ ਦਾ ਮਜ਼ਾਕ ਤਾਂ ਦੱਸਦੇ ਆਪਾਂ ਇੱਕ ਹੈ ਮਜ਼ਾਕ ਕਰ ਰਹੇ ਆਪਾਂ ਆਪਸ ਇੰਜੋਏ ਕਰ ਰਹੇ ਆ ਗੱਲਾਂ ਨੂੰ ਹਨਾ ਡਿਸਕਸ਼ਨਸ ਕਰ ਰਹੇ ਆ ਇੱਕ ਕਹੇ ਕਿ ਮਜ਼ਾਕ ਕਰੀ ਜਨਾ ਉਹ ਤੇਰਾ ਨੱਕ 빙ਾ ਹਾਂ ਕਰਦੇ ਕੀ ਕਰਤਾ ਕੀ ਐ ਇਹ ਵਾਲਾ ਕਦੀ ਨਾ ਕਰੋ ਐਪਰੀਸ਼ੀਏਟ ਕਰੋ ਦੇਖੋ ਵਚਨ ਚ ਲਿਖਿਆ ਸੁਣੋ ਕੁਝ ਲੋਕ ਕੀ ਪ੍ਰੋਬਲਮ ਕਰਦੇ ਆ ਆਪਣੀ ਵਾਈਫ ਲਈ ਤੁਸੀਂ ਦੁਨੀਆ ਲਈ ਚਾਹੇ ਨੰਬਰ 1 ਪ੍ਰੀਚਰ ਹੋ ਆਪਣੀ ਵਾਈਫ ਲਈ ਕਦੀ ਪ੍ਰੀਚਰ ਨਾ ਬਣੋ ਮੇਰੀ ਰਿਵਾਈਵ ਦਾ ਐਕਸਪੀਰੀਅੰਸ ਹੈ ਇਹਨੇ ਕੁਝ ਲੋਕਾਂ ਨੂੰ ਦੇਖਿਆ ਮੈਨੂੰ ਦੱਸ ਰਹੀ ਸੀਗੀ ਜਦੋਂ ਉਹਨਾਂ ਦੇ ਉਹਨਾਂ ਨੇ ਘਰ ਜਾਣਾ ਤੇ ਹਸਬੰਡ ਨੇ ਬਾਈਬਲ ਖੋਲ੍ਹ ਲਈ ਤੇ ਵਾਈਫ ਨੇ ਉਧਰੋਂ ਬਾਈਬਲ ਖੋਲ੍ਹ ਲਈ ਤੇ ਐਂ ਲੱਗਣਾ ਜਿੱਦਾਂ ਇੰਡੀਆ ਪਾਕਿਸਤਾਨ ਦੀ ਲੜਾਈ ਹੋਣ ਲੱਗੀ ਬਾਈਬਲ ਚੋਂ ਉਹਨੇ ਕਹਿਣਾ ਲੈ ਬਾਈਬਲ ਦਾ ਇਹ ਲਿਖਿਆ ਹੈ ਜਨਾਨੀ ਦਾ ਐ ਜੀ ਹੋਣੀ ਚਾਹੀਦੀ ਉਹਨੇ ਕਹਿਣਾ ਲੈ ਬਾਈਬਲ ਦਾ ਇਹ ਲਿਖਿਆ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਮਤਲਬ ਲੜਨਾ ਜ਼ਰੂਰ ਹੈ ਪਰ ਬਾਈਬਲ ਦਾ ਆਸਰਾ ਲੈ ਕੇ ਇਹ ਰੋਂਗ ਹੈ ਹਸਬੰਡ ਦੇ ਲਈ ਵਾਈਫ ਦੇ ਲਈ ਕੋਈ ਪ੍ਰੀਚਰ ਨਹੀਂ ਹੈ ਇੱਕ ਦੂਸਰੇ ਦੇ ਲਈ ਬੀ ਅ ਗੁੱਡ ਹਸਬੰਡ ਬੀ ਅ ਗੁੱਡ ਵਾਈਫ ਆਪਣੇ ਘਰ 'ਚ ਕਦੀ ਪ੍ਰਚਾਰਕ ਨਾ ਬਣੋ ਕਦੀ ਬਾਈਬਲ ਦੇ ਹਵਾਲੇ ਦੇ ਕੇ ਆਪਣੇ ਹਸਬੰਦ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਯਾ ਆਪਣੀ ਵਾਈਫ ਨੂੰ ਹਾਂ ਤੂੰ ਤੂੰ ਕੂਲ ਡਾਊਨ ਹੋ ਤੁਸੀਂ ਆਰਾਮ ਨਾਲ ਗੱਲ ਕਰ ਰਹੇ ਹੋ ਦੀ ਪਿਆਰ ਦੇ ਵਿੱਚ ਹੋ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ ਦੀ ਪੜ ਸਕਦੇ ਹੋ ਬਾਈਬਲ ਕੇ ਹਨਾ ਬਾਈਬਲ ਜਿੱਦਾਂ ਲਿਖਿਆ ਹਾਂ ਸਹੀ ਗੱਲ ਹੈ ਹਨਾ ਐਦਾਂ ਆਪਣੇ ਆਪ ਨੂੰ ਉਂਤੀ ਕਰਨ ਦੇ ਤੁਸੀਂ ਗੱਲ ਕਰ ਸਕਦੇ ਹੋ ਇਹ ਨਹੀਂ ਤੁਹਾਨੂੰ ਪਤਾ ਬਾਈਬਲ ਕੀ ਲਿਖਿਆ ਹੈ ਕਰਦੀਗੀ ਨੋ ਇਹ ਰੋਂਗ ਹੈ ਇੱਕ ਦੂਸਰੇ ਨੂੰ ਨੀਚੇ ਸੁੱਟਣ ਦੇ ਲਈ ਇਹ ਕਿ ਕਰੀ ਜੋ ਤੁਸੀਂ ਚਰਚ ਦੇ ਵਿੱਚ ਆ ਕੇ ਵਚਨ ਸੁਣਿਆ ਬਾਈਬਲ ਪੜ੍ਹ ਕੇ ਜੋ ਤੁਸੀਂ ਸਮਝਿਆ ਉਹਨਾਂ ਨੂੰ ਪ੍ਰੈਕਟੀਕਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਇਨਵੋਲਵ ਕਰਨਾ ਨਾ ਕਿ ਵਰਸ ਬੋਲ ਬੋਲ ਕੇ ਕਿ ਬਾਈਬਲ ਦੇ ਵਿੱਚ ਤੇ ਹਸਬੈਂਡ ਦੇ ਲਈ ਇਦਾਂ ਲਿਖਿਆ ਤੈਨੂੰ ਇਦਾਂ ਆਪਣੀ ਲਾਈਫ ਇਨਵੋਲਵ ਕਰਨਾ ਹੈ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਹੈ ਵਚਨ ਪੜ੍ਹ ਕੇ ਕਿ ਮੈਨੂੰ ਬਾਈਬਲ ਕੀ ਕਹਿੰਦੀ ਜਦੋਂ ਇੱਕ ਵਾਈਫ ਦੇਖ ਲੂਗੀ ਕਿ ਹਸਬੈਂਡ ਮੇਰੇ ਨਾਲ ਲਵ ਕਰਦਾ ਮੇਰੀ ਕੇਅਰ ਕਰਦਾ ਮੈਨੂੰ ਟੱਕ ਕੇ ਰੱਖਦਾ ਮੈਨੂੰ ਪ੍ਰੋਟੈਕਟ ਕਰਦਾ ਉਹ ਕਿਉਂ ਕਰ ਤੁਹਾਡੇ ਖਿਲਾਫ ਹੋਏਗੀ ਉਹ ਬਾਗਲਤਾ ਨਹੀਂ ਹੈ ਜਨਾਨੀ ਇਹੋ ਜੀ ਚੀਜ਼ ਹੈ ਜੇ ਤੁਸੀਂ ਇਹਨੂੰ ਪਿਆਰ ਦੋਗੇ ਤਾਨੂੰ ਸਵਰਗ ਬਣਾ ਦੇਗੀ ਜੇ ਨਫ਼ਰਤ ਕਰੋਗੇ ਤਾਨੂੰ ਨਰਕ ਕਰ ਦੇਗੀ ਇਹਨੂੰ ਇੱਟਾਂ ਦਾ ਮਕਾਨ ਦਵੋਗੇ ਇਹਨੇ ਘਰ ਬਣਾ ਦੇਣਾ ਦੇਖਿਆ ਨਾ ਜਿਹੜੇ ਛੜੇ ਰਹਿੰਦੇ ਇਕੱਲੇ ਬੰਦੇ ਉਹ ਪੈਂਟਾ ਟੰਗੀਆਂ ਉਦਾਂ ਹੀ ਕੋਲੀ ਉੱਥੇ ਬਈ ਹੈ ਤੇ ਘਰ ਜਨਾਨੀ ਹੋਏ ਤੇ ਜਮੀਨ ਸਮਾਨ ਦਾ ਫਰਕ ਹੁੰਦਾ ਹਾਂ ਜਾਂ ਨਾ ਤੂੰ ਜਿੰਨੇ ਮਰਜੀ ਆਤਮਿਕ ਹੋ ਚਾਹੇ ਤੂੰ ਜਿੰਨੇ ਮਰਜੀ ਸਪਿਰਚੁਅਲ ਹੋਵੋ ਚਾਹੇ ਜਿੰਨੇ ਮਰਜੀ ਪਰ ਵਾਈਫ ਜਿਹੜੀ ਹੈ ਉਹ ਪੂਰਕ ਹੈ ਤੁਹਾਡਾ ਕਿੰਨੇ ਨੂੰ ਸਮਝ ਆ ਰਹੀ ਤੁਸੀਂ ਵਾਈਫ ਨੂੰ ਬੀਜ ਦਿੰਦੇ ਹੋ ਤਾਨੂੰ ਬੱਚਾ ਬਣਾ ਕੇ ਦਿੰਦੀ ਆ ਉਹ ਤਾਂ ਬਣਾਓ ਆਪਣੇ ਬੱਚਾ ਫਿਰ ਤਾਨੂੰ ਮੰਜਾ ਮੈਂ ਨਹੀਂ ਨਾ ਤੂੰ ਪ੍ਰੈਗਨੈਂਟ ਤਾਂ ਨਹੀਂ ਹੋ ਸਕਦੇ ਨਾ ਹਾਂ ਜਿਹੜਾ ਤੁਹਾਡਾ ਪੂਰਕ ਹੈ ਤੁਹਾਨੂੰ ਅੱਗੇ ਲੈ ਕੇ ਤੁਹਾਡੇ ਵੰਸ਼ ਨੂੰ ਵਿਧਾਣ ਵਾਲਾ ਜਿਹੜਾ ਬੰਦਾ ਹੈ ਉਹਦੀ ਤੁਸੀਂ ਕਦਰ ਨਹੀਂ ਕਰਦੇ ਤੁਸੀਂ ਕਿਦੀ ਕਦਰ ਕਰੋਗੇ ਦੁਨੀਆ 'ਚ ਤੁਹਾਡੇ ਤੁਹਾਡੀ ਹੋਂਦ ਨੂੰ ਤੁਹਾਨੂੰ ਤੁਹਾਡੇ ਆਪਣੇ ਆਪ ਨੂੰ ਅੱਗੇ ਵਿਧਾਣ ਵਾਲਾ ਬੰਦਾ ਜੇ ਤੁਹਾਡੇ ਕੋਲ ਬੇਇੱਜ਼ਤੀ ਲਏਗਾ ਫਿਰ ਤੁਸੀਂ ਕਿੰਨੂੰ ਇੱਜ਼ਤ ਦੇਵੋਗੇ ਗਵਾਂਡੀਆਂ ਨੂੰ ਇਹ ਸ਼ੈਤਾਨ ਨੂੰ ਵਾਈਫ ਆਪਣਾ ਸਰੀਰ ਖਰਾਬ ਕਰਦੀ ਆਪਣੀ ਸ਼ੇਪ ਖਰਾਬ ਕਰਦੀ ਲਾਈਵ ਦਾ ਰਿਸਕ ਲੈਂਦੀ ਜਿੰਨੀਆਂ ਕਹਿੰਦੇ ਇੱਕ ਹੱਡੀ ਟੁੱਟੇ ਤੇ ਇੰਨੀ ਦਰਦ ਹੁੰਦੀ ਹੈ ਜੇ 57 ਹੱਡੀਆਂ ਟੁੱਟਣ ਤੇ ਲਿਖਿਆ ਇੰਨੇ ਡੈਸੀਬਲ ਤੱਕ ਬੰਦਾ ਦਰਦ ਸਹਿ ਸਕਦਾ ਤੇ ਉਤੋਂ ਕਈ ਗੁਣਾ ਦਰਦ ਹੁੰਦੀ ਹੈ ਉਹਦਾ ਬੱਚਾ ਹੁੰਦਾ ਲੋਕਾਂ ਦੇ ਜਿਹੜਾ ਤਾਂ ਪੂਰਕ ਹੈ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ ਉਹਦੀ ਜ਼ਰੂਰਤਾਂ ਧਿਆਨ ਨਹੀਂ ਰੱਖ ਰਹੇ ਹੋ ਤੁਸੀਂ ਕਿਦੇ ਸਕੇ ਹੋ ਫਿਰ ਕਿਸੇ ਤੇ ਨਹੀਂ ਤੁਹਾਨੂੰ ਅੱਗੇ ਵਧਾਣ ਵਾਲਾ ਪੂਰਕ ਜਿਹੜਾ ਉਹਦਾ ਧਿਆਨ ਰੱਖੋ ਵਾਈਫ ਹਸਬੰਡ ਦਾ ਰੱਖੇ ਇੱਕ ਵਚਨ ਅੱਪ ਪੜ੍ਹਦੇ ਹਾਂ ਫਿਰ ਤੋਂ ਲਿਖਿਆ ਸਾਰੀ ਦੀਨਤਾ ਨੰਮਰਤਾ ਧੀਰਜ ਧਰ ਕੇ ਪ੍ਰੇਮ ਸੇ ਇੱਕ ਦੂਸਰੇ ਕੀ ਸਹਿਲੋ ਤੁਸੀਂ ਜਾਣਦੇ ਹੋ ਕਿ ਤੁਸੀਂ ਪਰਫੈਕਟ ਨਹੀਂ ਹੋ ਤੁਹਾਡੀ ਵਾਈਫ ਜਾਣਦੀ ਹਸਬੰਡ ਪਰਫੈਕਟ ਨਹੀਂ ਹੈ ਹਸਬੰਡ ਜਾਣਦਾ ਹੈ ਵਾਈਫ ਪਰਫੈਕਟ ਨਹੀਂ ਹੈ ਇੱਕ ਦੂਸਰੇ ਦੀ ਸੌ ਟਾਂਚਣਾ ਮਾਰੋ ਕੀ ਕਰਨਾ ਹੈ ਇੱਕ ਦੂਸਰੇ ਨੂੰ ਹਾਂ आ, मेल के बंधन में आत्मा की एकता रखने का प्रयत्न करो लेकिन स्त्री ठट्ठा मजाक करने वाली नहीं होनी चाहिए स्त्रियों को गंभीर होना चाहिए दोष लगाने वाली नहीं होनी चाहिए पर सचेत और सब बातों में विश्वास योग्य होनी चाहिए सब बोलो आमेन कितने मेरी गल समझ रहे हैं कि गंभीर होनी चाहिए औरत ਠੱਠਾ ਕਰਨ ਵਾਲੀ ਨਹੀਂ ਹੋਣੀ ਚਾਹੀਦੀ ਦੋਸ਼ ਲਗਾਉਣ ਵਾਲੀ ਨਹੀਂ ਹੋਣੀ ਚਾਹੀਦੀ ਜੇ ਅਸੀਂ ਇਹ ਚਾਹਨੇ ਆ ਕਿ ਮੇਰੀ ਫੈਮਿਲੀ ਮੇਰੀ ਮੈਰਿਡ ਲਾਈਫ ਜੜੀ ਹੈ ਇਹ ਆਸ਼ੀਸ਼ਿਤ ਹੋਏ ਤਾਂ ਮੈਨੂੰ ਰੂਲਸ ਮੈਨੂੰ ਬਾਈਬਲ ਦੇ ਵਚਨ ਔਰ ਉਹ ਤਰੀਕਾ ਅਪਣਾਉਣਾ ਪਏਗਾ ਜਿਹੜਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਜਦੋਂ ਇੱਕ ਹਸਬੰਡ ਤੇ ਵਾਈਫ ਚ ਕਮਿਊਨੀਕੇਸ਼ਨ ਔਰ ਇੰਟੀਮੇਸੀ ਖਤਮ ਹੁੰਦੀ ਹੈ ਹਸਬੰਡ ਵਾਈਫ ਤੋਂ ਗੱਲਾਂ ਛੁਪਾਂਦਾ ਹੈ ਵਾਈਫ ਹਸਬੰਡ ਤੋਂ ਗੱਲਾਂ ਛੁਪਾਂਦੀ ਹੈ ਰੀਜ਼ਨ ਕੋਈ ਵੀ ਹੋ ਸਕਦਾ ਮੈਂ ਔਰ ਮੇਰੀ ਵਾਈਫ ਜਦ ਤੱਕ ਕਿਸੇ ਗੱਲ ਦਾ ਇਸ਼ੂ ਖੜਾ ਰਹੇ ਅਸੀਂ ਕਦੀ ਅਲੱਗ-ਅਲੱਗ ਨਹੀਂ ਹੋਏ ਕਿ ਹਾਂ ਇਹ ਇੰਨੇ ਕੋਈ ਗੱਲ ਨਹੀਂ ਮੰਨੀ ਮੇਰਾ ਕੋਈ ਇੱਕ ਮਤ ਇੱਕ ਮਤ ਚ ਵਿਚਾਰ ਨਹੀਂਗਾ ਤੇ ਅਸੀਂ ਇਸ ਗੱਲ ਦੇ ਲਈ ਵੱਖਰੇ-ਵੱਖਰੇ ਸੋ ਗਏ ਆ ਜਾਂ ਅਸੀਂ ਉਹਨੂੰ ਹੱਲ ਨਹੀਂ ਕੀਤਾ ਐਵੇਂ ਕਦੀ ਨਹੀਂ ਹੋਇਆ ਲਾਈਫਟਾਈਮ 5 ਸਾਲ ਹੋ ਗਏ ਨੈਵਰ ਚਾਰ ਕਿੰਨੇ ਸਾਲ ਹੋ ਗਏ ਨੈਵਰ ਕਦੀ ਨਹੀਂ ਹੋਇਆ ਤਾਂ ਅਸੀਂ ਹੱਲ ਕਰਕੇ ਸੋਣਾ ਉਸ ਗੱਲ ਦੇ ਉੱਤੇ ਮਨ 도 ਨਹੀਂ ਕਰਨੇ ਆ ਸੀ ਆਪਣੇ ਡਿਫਰੈਂਸ਼ੀਏਟ ਨਹੀਂ ਰੱਖਣ ਦੇਣਾ ਆਪਣੇ ਮਨ ਨੂੰ ਸੋਚ ਵੱਖਰੀ ਵੱਖਰੀ ਨਹੀਂ ਅਸੀਂ ਰੱਖਣ ਦੇਣੀ ਕਿਉਂਕਿ ਅਸੀਂ ਇੱਕੋ ਰਾਏ ਤੁਰਨਾ ਅਸੀਂ ਆਂ ਉਂਗਲੀ ਦੇਖੋ ਦਿਖ ਰਹੀ ਹਾਂ ਜੇ ਇੱਕ ਨੂੰ ਮੈਂ ਟੇਡਾ ਕਰਦਾ ਹਲਕਾ ਜਿਹਾ ਜ਼ਿਆਦਾ ਨਹੀਂ ਜੇ ਇਕੱਠੇ ਜਾਓਗੇ ਉੱਤੇ ਇੱਕੋ ਐਂਗਲ ਦੇ ਤਾਂ ਇਕੱਠੇ ਰਹੂਗੇ ਤੁਹਾਨੂੰ ਦਿਨੀ ਮਰਜ਼ੀ ਦੂਰ ਲੈ ਜਾਓ ਇਕੱਠੇ ਰਹਿਣਗੇ ਹਾਂ ਹੈਨਾ ਹਾਂ ਦੌਬੇ ਇਕੱਠੇ ਕਿ ਨਹੀਂ ਤੇ ਜੇ ਇੱਕ ਟੇਡਾ ਹੋ ਜਾਏ ਥੋੜਾ ਜਿਹਾ ਥੋੜਾ ਜਿਹਾ ਜ਼ਿਆਦਾ ਨਹੀਂ ਟੇਡਾ ਕਰਨਾ ਥੋੜਾ ਜਿਹਾ ਤੇ ਜਦੋਂ ਉੱਤੇ ਜਾਣਾ ਇਹਨਾਂ ਨੇ ਇੱਕ ਐਂ ਜਾ ਰਿਹਾ ਤੇ ਇੱਕ ਐਂ ਜਾ ਰਿਹਾ ਤੇ 10 ਸਾਲ ਬਾਅਦ ਪਤੀ ਪਤਨੀ ਭੈਣ ਭਰਾ ਲੱਗਣਗੇ ਤੁਹਾਨੂੰ ਮੈਂ ਸਹੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਜਦੋਂ ਹਲਕਾ ਜਿਹਾ ਐਂਗਲ ਟੇਡਾ ਹੋਇਆ ਔਰ ਤੁਸੀਂ ਤੁਰਨਾ ਸ਼ੁਰੂ ਕੀਤਾ ਔਰ ਫਿਰ ਦੇਖੋ ਵੇ ਕਿੱਥੇ ਲਾਈਫ ਪਹੁੰਚਦੀ ਫਿਰ ਇਦਾਂ ਲੱਗਣਾ ਕਿ 10 ਸਾਲ ਬਾਅਦ ਭੈਣ ਭਰਾ ਨੇ ਹਸਬੰਡ ਵਾਈਫ ਨਹੀਂ ਗਏ ਓਹ ਵਾਲੇ ਨੂੰ ਕਮਰੇ ਚ ਸੌਂਦਾ ਨੁੱਕਰ ਚ ਤੇ ਓਹ ਵਾਲੇ ਨੁੱਕਰ ਚ ਮੰਮੀ ਸੌਂਦੀ ਓਹ ਨੁੱਕਰ ਡੈਡੀ ਸੌਂਦਾ ਬlesing ਹੈ ਜੇ ਤੁਸੀਂ ਆਪਣੀ ਵਾਈਫ ਨਾਲ ਆਪਣੇ ਬੁਢਾਪੇ ਨੂੰ گزارੋਗੇ ਤਾਂ ਤੁਹਾਡੇ ਬੁਢਾਪੇ ਚ ਨਾ ਤੇ ਮਾਪਿਓ ਹੋਣਾ ਤੁਹਾਡੇ ਨਾਲ ਨਾ ਤੁਹਾਡੇ ਬੱਚੇ ਹੋਣੇ ਯਾਦ ਰੱਖਿਓ ਤਡੇ ਬੱਚੇ ساری ਉਮਰ ਤੁਹਾਡੇ ਨਾਲ ਰਹਿਣ ਔਰ ਰਹਿਣਗੇ ਪਰ ਯਾਦ ਰੱਖੋ ਤੁਹਾਡੀ ਵਾਈਫ ਤੁਹਾਡੇ ਹਸਬੰਡ ਦੀ ਜਗ੍ਹਾ ਕੋਈ ਦੁਨੀਆ ਦਾ ਬੰਦਾ ਨਹੀਂ ਲੈ ਸਕਦਾ ਕੋਈ ਨਹੀਂ ਲੈ ਸਕਦਾ ਆਮੀਨ ਔਰ ਇੱਕ ਬlesed ਮੈਰਿਡ ਲਾਈਫ ਲਈ ਇਹ ਬਹੁਤ ਇੰਪੋਰਟੈਂਟ ਆ ਕਿ ਟੀਵੀ ਸੀਰੀਅਲਸ ਨੂੰ ਆਪਣੀ ਲਾਈਫ ਦੇ ਵਿੱਚੋਂ ਬੰਦ ਕਰ ਦੇਣਾ ਘਟਾਣਾ ਨਹੀਂਗਾ ਟੋਟਲ ਕੱਟ ਕਰ ਦੇਣਾ ਆਪਣੀ ਲਾਈਫ ਚ ਕਿਉਂਕਿ ਇਹ ਇਹੋ ਜਿਹੇ ਡੈਵਲਿਸ਼ ਸਪਿਰਟਸ ਆ ਟੀਵੀ ਦੇ ਵਿੱਚ ਉਹ ਚਲਾਕੀਆਂ ਸਿਖਾਉਂਦੇ ਆ ਕਿ ਸੱਸ ਦੇ ਨਾਲ ਨੌਣੇ ਕਿੱਦਾਂ ਚਲਾਕੀ ਕਰਨੀ ਆ ਨਨਾਨ ਦੇ ਨਾਲ ਕਿੱਦਾਂ ਚਲਾਕੀਆਂ ਕਰਨੀਆਂ ਜਾਂ ਹਸਬੰਡ ਦੇ ਨਾਲ ਝੂਠ ਕਿੱਦਾਂ ਬੋਲਣਾ ਜਾਂ ਫੇਅਰਸ ਬਾਹਰ ਕਿੱਦਾਂ ਰੱਖਣੇ ਆ ਮੀਨਸ ਕਿ ਜੋ ਡੈਵਿਲਿਸ਼ ਸਪਿਰਟਸ ਆ ਉਹ ਸਾਰੀਆਂ ਟੀਵੀਜ਼ ਦੇ ਵਿੱਚ ਜੋ ਨਾਟਕਾ ਸੀਰੀਅਲਸ ਚੱਲਦੇ ਉਹਨਾਂ ਸਾਰਿਆਂ ਦੇ ਵਿੱਚ ਉਹ ਦਿਖਾਈਆਂ ਜਾਂਦੀਆਂ ਜਿਹੜੀਆਂ ਲੇਡੀਜ਼ ਜ਼ਿਆਦਾ ਟੀਵੀ ਸੀਰੀਅਲ ਦੇਖਣ ਗਿਆ ਉਹਨਾਂ ਦੀ ਮੈਰਿਡ ਲਾਈਫ ਉਹਨਾਂ ਦੀ ਰਿਲੇਸ਼ਨਸ਼ਿਪਸ 'ਚ ਬੜੀਆਂ ਤਕੜੀਆਂ ਪ੍ਰੋਬਲਮਸ ਹੋਣ ਗਿਆ ਹਮੇਸ਼ਾ ਕਿ ਸਾਰਾ ਕੁਝ ਉਹ ਕੁਝ ਦੇਖੀ ਜਾਣਾ ਉਹਨਾਂ ਨੇ ਉਹ ਤਾਂ ਤਾਂ ਬਣਾਉਂਦੇ ਆ ਲੋਕੀ ਕਿ ਉਹ ਵੇਚਣ ਆਪਣਾ ਸੀਰੀਅਲ ਉਹਦਾ ਬਿਜ਼ਨਸ ਕਰ ਰਹੇ ਤੁਸੀਂ ਵਿਹਲੀਆਂ ਬੈਠੀਆਂ ਆਪਣੇ ਘਰ ਦੇ ਮੋਰੇ ਟੀਵੀ ਦੇ ਅੱਗੇ ਆਪਣਾ ਘਰ ਖਰਾਬ ਕਰ ਲਿਆ ਉਹ ਤਾਂ ਬਿਜ਼ਨਸ ਕਰ ਰਹੇ ਉਹਦੇ ਇੱਕ ਇੱਕ ਜਿਹੜੀ ਔਰਤ ਹੈ ਉਹ ਤਾਂ ਲੱਖ ਲੱਖ ਰੁਪਏ ਇੱਕ ਇੱਕ ਸੀਰੀਅਲ ਦਾ ਲੈ ਰਹੀ ਇੱਕ ਇੱਕ ਦਿਨ ਦਾ ਲੈ ਰਹੀ ਡਾਇਰੈਕਟਰ 50000 ਰੁਪਏ ਇੱਕ ਦਿਨ ਦਾ ਲੈ ਰਿਆ 2 ਲੱਖ ਰੁਪਏ 4 ਲੱਖ ਰੁਪਏ ਇੱਕ ਦਿਨ ਦਾ ਲੈ ਰਿਆ ਉਹਦੇ ਆਪਣਾ ਬਿਜ਼ਨਸ ਕਰ ਰਹੇ ਉਹਨਾਂ ਨੇ ਤਾਂ ਮਸਾਲੇ ਪਾ ਪਾ ਕੇ ਵਿਧਾਨਾਂ ਤਾਂ ਕਿ ਟੀਆਰਪੀ ਵਧੇ ਉਹ ਤੁਸੀਂ ਦੇਖਦੇ ਕਿ ਕਰਪਟ ਹੋਈ ਜਾ ਰਹੇ ਹੋ ਲੇਡੀ ਸਮਝ ਆ ਰਹੀ ਹੈ ਕਿ ਨਹੀਂ اور ਇੱਕ ਹੋਰ ਗੱਲ ਘਰ ਜਾ ਕੇ ਜੇ ਕੋਈ ਬੰਦਾ ਲੇਡੀ ਇਸ ਵਚਨ ਤੇ ਨਾ ਚੱਲੇ ਤੇ ਦੂਜਾ ਬੰਦਾ ਉੱਤੇ ਪ੍ਰੈਸ਼ਰ ਨਹੀਂ ਪਾਊਗਾ ਚੱਲਣ ਦੇ ਲਈ ਇੰਤਜ਼ਾਰ ਕਰੂਗਾ ਬੀਜ ਟਾਈਮ ਤੇ ਫਲਦਾ ਅੱਜ ਬੀਜ ਲਾਇਆ ਇਹ ਘਰ ਜਾ ਕੇ ਕਿਤੇ ਫਲ ਨਾ ਖਾਣ ਲੱਗ ਜਿਓ ਇਹ ਘਰ ਜਾ ਕੇ ਦੇਖੋ ਇਹ ਤਾਂ ਉਦਾਂ ਦੀ ਉਦਾਂ ਹੀ ਤੇ ਜ਼ਿਆਦਾ ਗਾਲਾਂ ਕੱਢਣ ਲੱਗ ਗਈ ਮੈਨੂੰ

ਇੱਕ ਸਪਿਰਚੁਅਲ ਵਾਈਫ ਇੱਕ ਗੱਲ ਨੂੰ ਜਾਣਦੀ ਕਿ ਬਾਰਿਸ਼ ਦਾ ਟਾਈਮ ਵੀ ਆਣਾ ਲਾਈਫ 'ਚ ਇੱਕ ਸਪਿਰਚੁਅਲ ਵਾਈਫ ਇਸ ਗੱਲ ਨੂੰ ਜਾਣਦੀ ਹੈ ਕਿ ਮੈਂ ਮੇਰੀ ਲਾਈਫ ਇੱਕ ਬੀਜ ਹੈ ਮੇਰੀ ਲਾਈਫ ਇੱਕ ਓਪਰਚੁਨਿਟੀ ਹੈ ਮੇਰੀ ਲਾਈਫ ਇੱਕ ਮੌਕਾ ਹੈ ਕਾਹਦਾ ਮੌਕਾ ਉਹਨੂੰ ਪਤਾ ਹੈ ਫਿਊਚਰ ਮੈਨੂੰ ਪਤਾ ਨਹੀਂ ਮਿਸਟਰੀ ਹੈ ਪਤਾ ਨਹੀਂ ਕੀ ਹੈ ਕਿਉਂ ਨਾ ਅੱਜ ਮੈਂ ਦੀਨ ਤੇ ਦਰਿਦ੍ਰਾਂ ਦੀ ਇੰਨੀ ਕੁ ਹੈਲਪ ਕਰਦਾ कि ਜਦੋਂ ਮੈਨੂੰ ਲੋੜ ਪਏ ਯਹੋਵਾ ਦੇ ਕੇ ਹੱਥ ਉਠਾਨ ਦੀ ਟੱਡਨ ਦੀ ਤੇ ਪਰਮੇਸ਼ਵਰ ਆਪਣਾ ਮੂੰਹ ਮੇਰੇ ਕੋਲ ਫੇਰੇ ਨਾ ਇੱਕ ਬੁੱਧੀਮਾਨ ਔਰਤ ਉਹ ਜਾਣਦੀ ਹੈ ਕਿ ਫਿਊਚਰ ਮੈਨੂੰ ਨਹੀਂ ਪਤਾ ਕੀ ਹੈ ਲਿਖੋ ਦੀਨ ਨੂੰ ਦੇਖਦੀ ਤੇ ਆਪਣੇ ਹੱਥ ਖੋਲਦੀ ਉਹਨੂੰ ਪਤਾ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਇੱਕ ਇੱਕ ਜਿਹੜੀ ਬੁੱਧੀਮਾਨ ਔਰਤ ਹੈ ਉਹ ਸਮਝਦੀ ਹੈ ਕਿ ਮੈਂ ਦੀਨ ਤੇ ਦਰਿਦਰ ਨੂੰ ਮੈਂ দান ਕਰਕੇ ਆਣਾ ਮੈਂ ਬੋਣਾ ਹੈ ਮੈਂ ਚਰਚ ਬੋਣਾ ਮੈਂ ਮੈਂ ਆਵਿਦਵਾਦੀ ਲਾਈਫ ਚ ਬੋਣਾ ਕਿਉਂ ਉਹ ਸਮਝਦੀ ਹੈ ਇਸ ਗੱਲ ਨੂੰ ਕਿ ਫਿਊਚਰ ਵਾਟ ਇਜ਼ ਫਿਊਚਰ ਆਈ ਡੋਨਟ ਨੋ ਦੈਟਸ ਅ ਮਿਸਟਰੀ ਅ ਮਿਸਟਰੀ ਤੇ ਮੈਂ ਆਪਣੇ ਹਸਬੰਡ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਲਈ ਮੈਂ ਆਪਣੀ ਲਾਈਫ ਚ ਬੋਾਂਗੀ ਹਮੇਸ਼ਾ ਹੈਲਪ ਕਰਾਂਗੀ ਹੈਲਪਫੁਲ ਰਵਾਂਗੀ ਕਾਈਨ ਰਵਾਂਗੀ ਲੋਕਾਂ ਦੇ ਨਾਲ ਤਾਂ ਕਿ ਇਹ ਮੇਰਾ ਬੀਜ ਪੈਂਦਾ ਰਵੇ ਤਾਂ ਕਿ ਜਦੋਂ ਮੇਰੇ ਪਰਿਵਾਰ ਨੂੰ ਕਿਤੇ ਭੁਲ ਭੁਲੇਖੇ ਵੀ ਲੋਡ ਪੈ ਗਈ ਤੇ ਰੱਬ ਸਾਡੇ ਨਾਲ ਰਹੂਗਾ ਹੈਲਪ ਲੱਖਾਂ ਦੀ ਨਹੀਂ ਹੈਲਪ ਕਰੋੜਾਂ ਦੀ ਨਹੀਂ ਤੇ ਹੈਲਪ ਸੋਆਂ ਦੀ ਨਹੀਂ ਜੋ ਜਿੱਥੇ ਅਸੀਂ ਹੈਗੇ ਹਾਂ ਜਿਸ ਲੈਵਲ ਤੇ ਉਸ ਲੈਵਲ ਤੇ ਜੇ ਲੱਖ ਵਾਲੇ ਹੈ ਲੈਵਲ ਤੇ ਜਾ ਕੇ ਹਜ਼ਾਰ ਦੀ ਹੈਲਪ ਕਰਾਂਗੇ ਤਾਂ ਝੂਠੀ ਹੈਲਪ ਤੇ ਹਜ਼ਾਰ ਵਾਲੇ ਲੈਵਲ ਤੇ ਜਾ ਕੇ ਜੇ ਹਜ਼ਾਰ ਦੀ ਕਰ ਦਾਂਗੇ ਤੇ ਲੱਖ ਵਾਲੇ ਦੀ ਹਜ਼ਾਰ ਕੀਤੀ ਜ਼ੀਰੋ ਆ ਤੁਹਾਡੀ ਕੀਤੀ ਹੀਰੋ ਆ ਅਮੇਨ ਕਿੰਨੇ ਮੇਰੀ ਗੱਲ ਨੂੰ ਸਮਝ ਰਹੇ ਹੋ ਤਾਰੀਫ ਕਰੋ ਜ਼ੋਰ ਨਾਲ ਅਗਰ ਇੱਕ ਘਰ ਦੇ ਵਿੱਚ ਜਨਾਨੀ ਡਰਪੋਕ ਹੋਏ ਉਹਦਾ ਹਸਬੈਂਡ ਦੇ ਅਨਸਕਸੈਸਫੁਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਗੁਣਾ ਵੱਧ ਜਾਂਦੇ ਆ ਇੱਕ ਘਰ ਦੇ ਵਿੱਚ ਅਗਰ ਜਨਾਨੀ ਡਰਪੋਕ ਹੋਏ ਜਿੱਥੇ ਜਿੱਥੇ ਪਰਮੇਸ਼ਵਰ ਨੇ ਉਹਦੇ ਰਸਤੇ ਖੋਲੇ ਆ ਉਹਦੇ ਹਸਬੈਂਡ ਦੇ ਉੱਥੇ-ਉੱਥੇ ਉਹ ਨਾਕਾਮਯਾਬ ਰਿਹਾ ਆਪਣੀ ਜਨਾਨੀ ਦੇ ਡਰਪੋਕ ਹੋਣ ਦੇ ਕਰਕੇ ਇਥੇ ਲਿਖਿਆ ਡੀ ਭਲੀ ਪਤਨੀ ਆਉਣ ਵਾਲੇ ਕਾਲ ਤੇ ਹੱਸਦੀ ਹੈ ਬੁੱਧੀ ਦੀਆਂ ਗੱਲਾਂ ਬੋਲਦੀ ਹੈ ਉਹਦੇ ਵਚਨ ਕਿਰਪਾ ਦੀ ਸਿੱਖਿਆ ਦੇ ਅਨੁਸਾਰ ਹੁੰਦੇ ਨੇ ਉਹ ਆਪਣੇ ਘਰਾਨੇ ਕੇ ਚਾਲ ਚਲਨ ਕੋ ਧਿਆਨ ਸੇ ਦੇਖਦੀ ਜੇ ਤੁਹਾਡੀ ਵਾਈਫ ਕੋਲੋਂ ਇਹ ਅਧਿਕਾਰ ਨਹੀਂਗਾ ਪੁੱਛਣ ਦਾ ਕਿ ਤੁਸੀਂ ਆ 15000 ਰੁਪਏ ਕਿੱਥੋਂ ਕਮਾਇਆ ਜਾਂ 25000 ਰਾਇਤ ਕੀ ਖਰਚ ਕਿਉਂ ਆਇਆ ਯਾ ਤੁਸੀਂ ਹਰ ਮਹੀਨੇ 15000 ਕਮਾਉਂਦੇ ਸੀਗੇ ਯਾ 50000 ਕਮਾਉਂਦੇ ਸੀ ਅੱਜ ਕਿ ਤੁਸੀਂ ਲੱਖ ਰੁਪਇਆ ਕਿਉਂ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਤੁਹਾਡੀ ਵਾਈਫ ਕੋ ਪੁੱਛਣ ਦੀ ਅਥਾਰਟੀ ਹੈ ਤੁਹਾਨੂੰ ਤੁਹਾਡੀ ਵਾਈਫ ਤੁਹਾਨੂੰ ਕੁਐਸਚਨ ਕਰ ਸਕਦੀ ਹੈ ਲਿਖੋ ਆਪਣੇ ਘਰਾਨੇ ਦੇ ਚਾਲ ਚੱਲ ਨੂੰ ਧਿਆਨ ਨਾਲ ਦੇਖਦੀ ਅੱਜ ਜਿਹੜੀ ਵਾਈਫ ਆਪਣੇ ਘਰਾਨੇ ਦੇ ਚਾਲ ਚੱਲ ਨੂੰ ਧਿਆਨ ਨਾਲ ਨਹੀਂ ਦੇਖ ਰਹੀ ਔਰ ਸੋਚ ਰਹੀ ਵਾਓ ਐਤ ਕੀ 50000 ਆ ਗਿਆ ਲੈ ਵੀ ਐਤ ਕੀ ਦਫਾ ਚੰਗੀ ਸ਼ਾਪਿੰਗ ਹੋਊਗੀ ਨੋ ਪਹਿਲਾਂ ਪੁੱਛੋ ਆਪਣੇ ਹਸਬੰਡ ਨੂੰ ਮਾਈ ਡੀਅਰ ਹਸਬੰਡ ਇਹ ਪੈਸਾ ਕਿੱਥੋਂ ਆਇਆ 25000 ਜਿਆਦਾ ਪੁੱਛਣਾ ਵੀ ਇੱਜ਼ਤ ਦੇ ਨਾਲ ਹੈ ਸਾਹਬ ਦੇ ਨਾਲ ਹੈ ਇਹਨੇ ਉਹਨੇ ਡੇਵਲ ਮਿਹਨਤ ਕਰਕੇ ਕਮਾਇਆ ਹੋਵੇ ਤੁਸੀਂ ਸ਼ੱਕ ਕਰ ਕਰਕੇ ਤੇ ਘਰ ਦਾ ਕਲੇਸ਼ ਖਰਾਬ ਕਰਦੇ ਹੋ ਮਾਹੌਲ ਖਰਾਬ ਕਰਦੇ ਹੋ ਕਲੇਸ਼ ਪਾਦੇ ਹੋ ਤੁਸੀਂ ਚਾਲ ਚੱਲਣੋਂ ਧਿਆਨ ਨਾ ਦੇਖਦੀ ਐ ਲਿਖਿਆਓ ਉਹ ਦੇਖਦੀ ਐ ਧਿਆਨ ਦੇ ਨਾਲ ਚਾਲ ਚੱਲਣ ਨੂੰ ਮੇਰਾ ਹਸਬੰਡ ਕੀ ਕਰਦਾ ਕਿੰਨੇ ਵਜੇ ਆਂਦਾ ਹੋਂ ਮੈਨੂੰ ਝੂਠ ਤਾਂ ਨਹੀਂ ਬੋਲ ਰਿਆ ਮੇਰੇ ਫੋਨ ਅਟੈਂਡ ਕਰ ਰਿਹਾ ਓ ਧਿਆਨ ਨਾ ਦੇਖਦੀ ਆਪਣੇ ਬੱਚਿਆਂ ਨੂੰ ਆਪਣੇ ਨੌਕਰਾਂ ਨੂੰ ਆਪਣੇ ਬੰਦਿਆਂ ਨੂੰ ਧਿਆਨ ਦੇ ਨਾਲ ਕਿਉਂ ਕਾਦਲੀ ਧਿਆਨ ਨਾ ਦੇਖਦੀ ਆਂ ਕਿਉਂਕਿ ਉਹਨੂੰ ਪਤਾ ਜੇ ਮੈਂ ਅੱਜ ਧਿਆਨ ਨਹੀਂ ਦਵਾਂਗੀ ਕੱਲ ਮੇਰਾ ਘਰ ਟੁੱਟੇਗਾ ਅੱਜ ਵਾਈਫ ਆਪਣੀ ਹਸਬੰਡ ਦਾ ਧਿਆਨ ਨਹੀਂ ਦੇਦੀ ਹਸਬੰਡ ਹੋਲੀ-ਵਲੀ ਟੁੱਟਦਾ 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 ਕਿਉਂਕਿ ਬਾਹਰ ਕੁੜੀਆਂ ਡਬਲ ਧਿਆਨ ਦੇਣ ਨੂੰ ਤਿਆਰ ਆ ਯਾਦ ਰੱਖੋ ਤੁਸੀਂ ਤਿਆਰ ਨਹੀਂ ਹੋ ਕਈ ਕੁੜੀਆਂ ਤੁਹਾਡੇ ਨਾਲ ਡਬਲ ਤਿਆਰ ਨੇ ਸਰਵਿਸ ਦੇਣ ਦੇ ਲਈ ਉਹਨੂੰ हाँ तो अपनी सर्विस टाइम पर रखो समझ आ रही है कि नहीं आ रही है समझ के नहीं हाँ इसलिए तुम अपने घराने चा वो चाल चलन ध्यान के नाम देखना ध्यान के देखना वॉचफुल रहना अपने हस्बैंड की नेचर न अपनी वाइफ की नेचर न ਇਹ ਨਹੀਂ ਅਜ ਕੰਮ ਬਹੁਤ ਹੈ ਪ੍ਰਭੂ ਨੇ ਕੰਮ ਬਤਾਤਾ ਸਾਰਾ ਦਿਨ ਸਵੇਰੇ 9 ਵਜੇ ਨਿਕਲੇ ਰਾਤੀ 10 ਵਜੇ ਘਰ ਸਵੇਰੇ 9 ਨਿਕਲੇ ਰਾਤੀ 10 ਵਜੇ ਘਰ 9 ਆਪਣੀ ਵਾਈਫ ਆਪਣੇ ਬੱਚਾ ਨੂੰ ਅਗਰ ਟਾਈਮ ਨਹੀਂ ਦੇਉਂਗੇ ਤੁਸੀਂ ਤੇ ਵੱਡੇ ਹੋ ਕੇ ਉਹ ਪੈਸੇ ਦੀ ਕਦਰ ਕਰਨਗੇ ਤੁਹਾਡੀ ਕਦਰ ਨਹੀਂ ਕਰਨਗੇ ਤੁਸੀਂ ਜਿੰਨੇ ਮਰਜੀ ਅਮੀਰ ਹੋਵੋ ਆਪਣੀ ਵਾਈਫ ਨੂੰ ਕੱਲੇ ਪੈਸੇ ਦੇ ਨਾਲ ਖੁਸ਼ ਨਹੀਂ ਰੱਖ ਸਕਦੇ ਕੱਲੇ ਫਿਜ਼ੀਕਲ ਕੰਟੈਕਟ ਨਾਲ ਵੀ ਖੁਸ਼ ਨਹੀਂ ਰੱਖ ਸਕਦੇ ਤੁਹਾਨੂੰ ਟਾਈਮ ਸਪੈਂਡ ਕਰਨਾ ਪਊਗਾ ਕਿਉਂਕਿ ਲੇਡੀਜ਼ ਜਿਹੜੀਆਂ ਉਹ ਇਮੋਸ਼ਨਲ ਐ ਉਹ ਸੈਂਸਿਟਿਵ ਜ਼ਿਆਦਾ ਐ ਬਾਈਬਲ ਦੱਸਦੀ ਐ ਬੰਦਿਆਂ ਨੂੰ ਕਿ ਤੁਸੀਂ ਲੇਡੀਜ਼ ਨਾਲ ਕਦੀ ਵੀ ਕਠੋਰਤਾ ਨਹੀਂ ਕਰਨੀ ਲੇਡੀਜ਼ ਨੂੰ ਕਦੀ ਤੁਹਾਡਾ ਦਿਲ ਸਮਝ ਨਹੀਂ ਆਏਗਾ ਯਾਦ ਰੱਖੋ ਜੈਂਟ ਸੁਣਦੇ ਕਿ ਨਹੀਂ ਸੁਣਦੇ ਹਾਂ ਲੇਡੀਜ਼ ਨੂੰ ਤੁਹਾਡਾ ਦਿਲ ਕਦੀ ਸਮਝ ਨਹੀਂ ਆਏਗਾ ਲੇਡੀਜ਼ ਨੂੰ ਤਾਂ ਇਹ ਗੱਲਾਂ ਸਮਝ ਆਣਗੀਆਂ ਤੁਹਾਡੇ ਦਿਲ 'ਚ ਕੀ ਐ ਉਹ ਕਦੀ ਨਹੀਂ ਸਮਝ ਸਕਦੀ ਤੁਸੀਂ ਕਹੋਗੇ ਆਈ ਲਵ ਯੂ ਤੇ ਫਿਰ ਉਹਨੂੰ ਸਮਝ ਆਣਾ ਅੱਛਾ ਤੋ ਬੰਦਾ ਕਹਿੰਦਾ ਹੈ ਤੂੰ ਇੰਨੀ ਇੰਨੀ ਖੁਸ਼ ਕਿਉਂ ਤੈਨੂੰ ਪਤਾ ਨਹੀਂ ਸੀਗਾ ਉਹਨੂੰ ਪਤਾ ਉਹਨੂੰ ਪਤਾ ਹੈ ਪਰ ਉਹ ਫਿਰ ਵੀ ਚਾਹਦੀ ਆ ਤੁਹਾਡੇ ਮੂੰਹ ਸੁਣਨਾ ਆਮਨ ਕਿੰਨੇ ਮੇਰੀ ਗੱਲ ਸਮਝ ਰਹੇ ਜਦੋਂ ਤੁਸੀਂ ਵੱਡੇ ਵੱਡੇ ਸੇਵਕਾਂ ਦੀ ਤੁਸੀਂ ਗਵਾਹੀ ਸੁਣਦੇ ਹੋ ਕਿਤਾ ਉਹਨਾਂ ਦੀ ਮੈਰਿਡ ਲਾਈਫ ਟੁੱਟ ਗਈ ਕਿਉਂ ਕਿ ਵਾਈਫ ਚਾਹੁੰਦੀ ਸੀ ਬਟ ਟਾਈਮ ਸਪੈਂਡ ਕਰੀਏ ਉਹ ਸਾਰਾ ਦਿਨ ਮਿਨਿਸਟਰੀ ਸੀਗੇ ਜਦੋਂ ਵਾਈਫ ਨੇ ਡਿਵੋਰਸ ਦਿੱਤਾ ਮਿਨਿਸਟਰੀ ਖੜਕੀ ਜਦੋਂ ਫਿਰ ਸਮਝ ਆਈ ਉਹ ਹੋ ਗਲਤੀ ਕਰਤੀ ਆਪਾਂ ਪਰ ਫਿਰ ਦੁਬਾਰਾ ਗਿਆ ਆਪਣੇ ਘਰ ਨੂੰ ਬਣਾਇਆ ਵਾਈਫ ਦੀ ਗੱਲ ਸੁਣੀ ਟਾਈਮ ਦਿੱਤਾ ਜਿਹੜਾ ਫੈਮਿਲੀ ਦਾ ਟਾਈਮ ਹੈ ਕਈ ਵਾਰ ਆਪਣੀ ਲਾਈਫ ਦੇ ਵਿੱਚੋਂ ਮੇਰੀ ਲਾਈਫ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਸਾਡੇ ਦੋਨਾਂ ਦੀ ਲਾਈਫ ਚ ਪਰਮੇਸ਼ਵਰ ਦਾ ਦੂਸਰਾ ਸਥਾਨ ਅਸੀਂ ਸੇਵਕਾਂ ਨੂੰ ਦਿੰਨੇ ਆ ਤੀਸਰਾ ਸਥਾਨ ਅਸੀਂ ਪਰਿਵਾਰ ਨੂੰ ਦਿੰਨੇ ਆ ਕਦੀ ਕਦੀ ਅਸੀਂ ਦੂਸਰਾ ਸਥਾਨ ਪਰਿਵਾਰ ਨੂੰ ਦਿੰਨੇ ਆ ਔਰ ਤੀਸਰਾ ਸਥਾਨ ਸੇਵਕਾਂ ਦਾ ਕਰ ਦਿੱਤਾ ਕੁਝ ਦਿਨਾਂ ਦੇ ਲਈ ਸੇਵਕਾ ਹੀ ਦੂਜੇ ਨੰਬਰ ਤੇ ਨਹੀਂ ਹੈ ਸਾਡੇ ਲਈ ਮੇਰਾ ਪਰਿਵਾਰ ਮੇਰੇ ਲਈ ਦੂਜੇ ਨੰਬਰ ਤੇ ਹੈ ਪਰਮੇਸ਼ਵਰ ਤੋਂ ਬਾਅਦ ਸੇਵਕਾ ਹੀ ਤੀਜੇ ਨੰਬਰ ਤੇ ਹੈ ਤੁਹਾਡੀ ਦੁਨੀਆ ਚ ਲੱਖ ਲੋਕ ਆ ਸਕਦੇ ਆ ਉਹਨਾਂ ਜੋ ਕੁਝ ਲੋਕ ਛੱਡ ਕੇ ਵੀ ਜਾਣਗੇ ਤੁਹਾਨੂੰ ਕੁਝ ਬਣੇ ਵੀ ਰਹਿਣਗੇ ساری ਉਮਰ ਪਰ ਤੁਹਾਡੀ ਵਾਈਫ ਟੋਟਲ ਤੁਹਾਡੇ ਨਾਲ ਹੈ ਯਾਦ ਰੱਖੋ ਤੁਹਾਡਾ ਹਸਬੰਡ ਟੋਟਲ ਤੁਹਾਡੇ ਨਾਲ ਹੈ ਕਿਸੇ ਬੰਦੇ ਲਈ ਆਪਣੀ ਵਾਈਫ ਨਾ ਖਰਾਬ ਨਾ ਕਰੂੰ ਕਿਸੇ ক্লোਜ਼ ਤੋਂ ক্লোਜ਼ ਬੰਦੇ ਲਈ ਮੇਰੀ ਲਾਈਫ ਦੇ ਵਿੱਚ ਜਦੋਂ ਮੈਂ ਮਿਨਿਸਟਰੀ 'ਚ ਆਇਆ ਔਰ ਅੰਗੇਜਮੈਂਟ ਹੋਈ ਸਾਡੀ ਮੈਰਿਜ ਹੋਈ ਜਿਸ ਬੰਦੇ ਨੇ ਮੇਰੇ ਟੀਮ ਮੈਂਬਰ ਨੇ ਮੇਰੀ ਵਾਈਫ ਦੀ ਇੱਜ਼ਤ ਨਹੀਂ ਕੀਤੀ ਮੈਂ ਹਮੇਸ਼ਾ ਉਹਨੂੰ ਆਪਣੀ ਲਾਈਫ ਤੋਂ ਦੂਰ ਰੱਖਿਆ ਮੈਂ ਉਹਨੂੰ ਕਦੀ ਨੇੜੇ ਨਹੀਂ ਆਂਦ ਦਿੱਤਾ ਕਦੀ ক্লোਜ਼ ਨਹੀਂ ਆਂਦ ਦਿੱਤਾ ਕਦੀ ਉਹਨੂੰ ਆਨਰ ਨਹੀਂ ਦਿੱਤਾ ਮੈਂ ਕਦੀ ਉਹਨੂੰ ਆਪਣੇ ক্লোਜ਼ ਨਹੀਂ ਲੈ ਕੇ ਆਇਆ ਅਗਰ ਤੁਸੀਂ ਮੇਰੀ ਵਾਈਫ ਦਾ ਆਨਰ ਨਹੀਂ ਕਰ ਸਕਦੇ ਤੁਸੀਂ ਮੇਰੇ ਲਈ ਕੁਝ ਵੀ ਨਹੀਂ ਹੋ ਅਗਰ ਤੁਸੀਂ ਮੇਰੀ ਵਾਈਫ ਦਾ ਆਨਰ ਕਰ ਸਕਦੇ ਹੋ ਤੁਸੀਂ ਫਿਰ ਮੇਰਾ ਆਨਰ ਕਰ ਸਕਦੇ ਹੋ ਕਿਉਂਕਿ ਮੇਰੇ ਸਰੀਰ ਦਾ ਅਪਮਾਨ ਕਰਨਾ ਮੇਰੇ ਅਪਮਾਨ ਕਰਨ ਦੇ ਬਰਾਬਰ ਹੈ ਕੋਈ ਬੰਦਾ ਆਵੇ ਤੁਹਾਡੇ ਕੋਲ ਤੁਹਾਡਾ ਰਿਸ਼ਤੇਦਾਰ ਹੋਵੇ ਫੈਸਟ ਫਰੈਂਡ ਹੋਵੇ ਕੋਈ ਹੋਵੇ ਔਰ ਤੁਹਾਡੀ ਵਾਈਫ ਦੀਆਂ ਚੁਗਲੀਆਂ ਕਰੇ ਔਰ ਤੁਸੀਂ ਸੁਣ ਸੁਣ ਖੁਸ਼ ਹੋਵੋ ਤੇਰੇ ਹਸਬੰਡ ਦੀਆਂ ਚੁਗਲੀਆਂ ਕਰੇ ਔਰ ਤੁਸੀਂ ਸੁਣ ਸੁਣ ਖੁਸ਼ ਹੋਵੋ ਉਹ ਤੇ ਸਰੀਰ ਦੀਆਂ ਚੁਗਲੀਆਂ ਕਰ ਰਿਹਾ ਤੇਰੇ ਸਰੀਰ ਨੂੰ ਨੰਗਾ ਕਰ ਰਿਹਾ ਤੈਨੂੰ ਇਸ ਗੱਲ ਨੂੰ ਸਮਝਣਾ ਪਊਗਾ ਤਾਰੀਫ ਕਰੋ ਜ਼ੋਰ ਨਾਲ ਲਿਖਿਆ ਉਹ ਤਕੀਏ ਬਣਾਉਂਦੀਆਂ ਉਹਦੇ ਘਰ ਦੇ ਲੋਕ ਲਾਲ ਕੱਪੜੇ ਪਾਉਂਦੇ ਆ ਇੱਕ ਵਾਈਫ ਜਿਹੜੀ ਹੈ ਅਸਲੀ ਵਾਈਫ ਉਹ ਆ ਉਹਨੂੰ ਪਤਾ ਹੈ ਕਿ ਉਹਦੇ ਹਸਬੰਦ ਨੂੰ ਕਿਹੜੇ ਕੱਪੜੇ ਦੇਣੇ ਆ ਆਪਣੇ ਬੱਚਿਆਂ ਨੂੰ ਕਿਹੜੇ ਕੱਪੜੇ ਪਾਣੇ ਆ ਉਹ ਕੱਪੜਿਆਂ ਦੇ ਪ੍ਰਤੀ ਆਪਣੀ ਚੀਜ਼ ਦੇ ਕਿਸੇ ਵੀ ਪ੍ਰਤੀ ਕੇਅਰਲੈਸ ਨਹੀਂ ਹੈ ਉਹ ਧਿਆਨ ਰੱਖੂਗੀ ਆਪਣੇ ਹਸਬੰਡ ਦਾ ਆ ਕਪੜਾ ਨਹੀਂ ਪਾਣਾ ਆਹ ਵਾਲਾ ਪਾਣਾ ਆ ਨਹੀਂ ਚੱਜਦਾ ਆ ਚੱਜਦਾ ਆਹ ਵਾਲਾ ਕਰਨਾ ਉਹ ਨਹੀਂ ਕਰਨਾ ਆ ਨਹੀਂ ਕਰਨਾ ਸੁਣੋ ਧਿਆਨ ਨਾਲ ਕਿਉਂਕਿ ਦੇਖੋ ਨਾਇੰਟਿੰਗ ਤੁਹਾਨੂੰ ਸੁਣਾਉਣ ਦੀ ਤੁਹਾਨੂੰ ਕਰੈਕਟ ਕਰਨ ਦੀ ਆਮੀ ਆਪਣੀ ਰੋਟੀ ਬਿਨਾ ਪ੍ਰੇਸ਼ਰਮ ਨਹੀਂ ਖਾਂਦੀ ਇੱਕ ਇੱਕ ਵਾਈਫ ਇੱਕ ਇੱਕ ਆਦਰਸ਼ ਵਾਈਫ ਆਲਸੀ ਨਹੀਂ ਉਹ ਸਵੇਰੇ 9 ਵਜੇ ਨਹੀਂ ਉੱਠ ਸਕਦੀ यही हसबैंड रात को दुध दुद्ध गर्म कर जा रहा जी चाह गर्म हो रही है रात को वाइफ सुत्ती हसबैंड चाह गर्म कर गया वाइफ सुत्ती हसबैंड जी चाह बना के अपनी वाइफ के लिए लैके आ रहे एक अद्धे दिन चलता है दो दिन चलता है ये दिखा ली कि हसबैंड वाइफ इकुअल ने एक दूसरे को प्यार करते हैं पर वाइफ के रोल ने बाइबल के मुताबिक हाली लोईया जोर ना बोलो हाली लोइया लिखा वो पुत्र उठकर उसको धन्य कहते हैं उसका पति भी उठकर उसकी प्रशंसा करता है ਉਹੀ ਲੇਡੀ ਉਹਦੇ ਪੁੱਤ ਉਹਨੂੰ ਧੰਨ ਕਹਿੰਦੇ ਉਹਦਾ ਪਤੀ ਉਹਦੀ ਪ੍ਰਸ਼ੰਸਾ ਕਰਦਾ ਜਿਹੜੀ ਆਦਰਸ਼ ਪਤਨੀ ਜਿਹੜੀ ਆਲਸੀ ਨਹੀਂ ਹੈ ਔਰ ਹਸਬੰਡ ਨੂੰ ਵੀ ਆਪਣੀ ਵੈਲਿਊਜ਼ ਆਪਣੀਆਂ ਚੀਜ਼ਾਂ ਦਾ ਆਪਣੇ ਆਪਣੇ ਸਾਰੀਆਂ ਜੋ ਦੇ ਉਹਦੇ ਉਹਦੇ ਕੰਮ ਕਰਨੇ ਬੰਦੇ ਆ ਅਗਰ ਉਹ ਕਰ ਰਿਆ ਤੇ ਫਿਰ ਉਹ ਬles ਹੈ ਆਮੀਨ ਆਪਣੇ ਸਰੀਰ ਦਾ ਆਪਣੀ ਆਤਮਾ ਦਾ ਧਿਆਨ ਰੱਖਣਾ ਆਪਣੀ ਵਾਈਫ ਆਪਣੇ ਹਸਬੰਡ ਦੇ ਲਈ अपने हसबेंड ना फाइट नहीं करनी क्योंकि वो दी आदत है बदला देने उस टाइम नहीं देगा बाज देगा क्योंकि वो दी स्पिरिट है हमेशा कभी भी अपनी कास्ट अपनी बैकग्राउंड कभी भी अपनी अपनी मनी कभी भी एज अपनी मैरिड लाइफ के डिस्कस नहीं करनी क्योंकि बहुत ज्यादा देखने आ जो तो हसबेंड की उम्र जी या छः साल हो तो लेकिन अगर वाइफ से छे महीने भी अगर ज्यादा है

ਨਰੂਲਾ ਖੱਤਰੀਆਂ ਦੇ ਵਿੱਚੋਂ ਆ ਇਹ ਰਵੀ ਦਾਸਿਆ ਦੇ ਵਿੱਚੋਂ ਹੈ ਪਰ ਤੁਸੀਂ ਸਾਡੇ ਵਰਗਾ ਕਪਲ ਨਹੀਂ ਦੇਖਿਆ ਹੋਏਗਾ ਮੈਂ ਤੁਹਾਨੂੰ ਦੱਸ ਰਿਹਾ ਔਰ ਹੋਰ ਸੁਣੋ ਜਦੋਂ ਸਾਡੀ ਇੰਗੇਜਮੈਂਟ ਹੋਈ ਮੈਨੂੰ ਇਹਦੀ ਕਾਸ ਨਹੀਂ ਸੀ ਪਤਾ ਇਹਦੇ ਬੈਕਗ੍ਰਾਉਂਡ ਨਹੀਂ ਸੀ ਕੁਝ ਨਹੀਂ ਸੇ ਪਰਮੇਸ਼ਵਰ ਨੇ ਦਿਖਾਇਆ ਸਿਲੈਕਟ ਕੀਤਾ ਕੁਝ ਚੋਂ ਕੁਝ ਤੋਂ ਕੁਝ ਸਿਲੈਕਟ ਹੋਇਆ ਥੈਟਸ ਇਟ ਲਾਸਟ ਟੂ ਫਾਈਨਲ 1 2 ਦਿਨ 3 ਦਿਨ 4 ਦਿਨ ਥੈਟਸ ਇਟ ਐਦਾਂ ਮੇਰੀ ਮੈਰਿਜ ਹੋਈ ਮੈਂ ਲਵ ਮੈਰਿਜ ਨਹੀਂ ਕੀਤੀ 6 ਮਹੀਨੇ ਦੇਖ ਰਹੇ ਆ ਜੀ 6 ਮਹੀਨੇ ਫਿਰ ਡੇਟ ਕਰ ਰਹੇ ਆ ਜੀ 6 ਮਹੀਨੇ ਉਧਰ ਜਾ ਰਹੇ ਆ ਜੀ ਨੋ 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 ਔਰ ਮੈਰਿਜ ਤੋਂ ਬਾਅਦ ਇੱਦਾਂ ਹੀ ਬੈਠੇ ਅਚਾਨਕੀ ਗੱਲ ਹੋ ਰਹੀ ਕਿ ਅੱਛਾ ਸਾਡੇ ਉਧੋ ਆਤਾਰਮੀਆਂ ਦੇ ਇੱਦਾਂ ਦੰਗੇ ਹੋ ਗਏ ਸੀ ਇਹ ਉਹ ਕਹਿੰਦੇ ਅੱਛਾ ਤੂੰ ਆਤਾਰਮੀਆਂ ਦੀ ਕਿ ਮੈਰਿਜ ਤੋਂ ਬਾਅਦ ਪਤਾ ਲੱਗਾ ਮੀਨਸ ਕਿ ਡਿਵਾਈਨਲੀ ਪਰਮੇਸ਼ਵਰ ਨੇ ਅਰੇਂਜਮੈਂਟ ਸਾਰੇ ਕੀਤੇ ਸਾਨੂੰ ਮਿਲਾਇਆ ਔਰ ਮੈਂ ਇਹੋ ਜਿਹੇ ਲੋਕ ਦੇਖੇ ਆ ਕਈ ਵਾਰੀ ਇੱਕ ਬੰਦਾ ਸੇ ਗੱਲ ਚਰਚ ਦੇ ਵਿੱਚ ਆਂਦਾ ਉਹਦੀ ਉਹਦੀ ਡਾਈਵੋਰਸ ਹੋ ਗਿਆ ਪਹਿਲਾਂ ਪ੍ਰਭੂ ਚ ਆਇਆ ਉਹ ਚਰਚ ਵਿਚ ਆਇਆ ਤੇ ਉਹਦੀ ਜਦੋਂ ਮੈਰिज ਲੋਕੀ ਲੈ ਕੇ ਜਾਂਦੇ ਸੀ ਨਹੀਂ ਇਹਦੀ ਕਾਸਟ ਹੋਰ ਨਹੀਂ ਇਹ ਛੋਟੀ ਇਹ ਵੱਡੀ ਅਜੇ ਤੱਕ ਕੁਮਾਰਾ ਬੈਠਾ ਉਦਾਂ ਹੀ ਹੁ ਛੜਾ ਬੈਠਾ ਅਜੇ ਤੱਕ ਕੁੜੀ ਜਵਾਨ ਹੋ ਗਈ ਆ ਉਹਦੀ ਹੁ ਤੁਹਾਡੀ ਮੈਰਿਡ ਲਾਈਫ ਤੁਹਾਡੇ ਕਾਸਟਾਂ ਦੇ ਉੱਤੇ ਜਦੋਂ ਤੁਸੀਂ ਮਸੀਹ ਚ ਆ ਜਾਂਦੇ ਸਭ ਤੋਂ ਪਹਿਲਾਂ ਇਹ ਗੱਲ ਦਾ ਸਮਝਣ ਦੀ ਲੋੜ ਹੈ ਕਿ ਇਹ ਤੁਹਾਨੂੰ ਇਸ ਲਈ ਚੀਜ਼ਾਂ ਦੱਸੀਆਂ ਕਿਉਂਕਿ ਮੈਂ ਪਰਸਨਲੀ ਹੁਣ ਕਿਸੇ ਕਾਸਟ ਤੇ ਬਿਲੀਵ ਨਹੀਂ ਕਰਦਾ ਮੈਂ ਇਹ ਬਲੀਵ ਕਰਦਾ ਜਿਹੜੇ ਮਸੀਹ ਚ ਨੇ ਉਹ ਨਵੀਂ ਸ੍ਰਿਸ਼ਟੀ ਹੈ ਤੁਸੀਂ 크੍ਰਿਸਚੀਅਨ ਹੋ ਤੁਸੀਂ ਨਾ ਖੱਤਰੀ ਹੋ ਨਾ ਹਿੰਦੂ ਹੋ ਨਾ ਸਿੱਖ ਹੋ ਨਾ ਮੁਸਲਿਮ ਹੋ ਨਾ ਪੈਂਟੇਕੋਸਟ ਹੋ ਤੁਸੀਂ 크੍ਰਿਸਚੀਅਨ ਹੋ ਦੈਟਸ ਇਟ ਪਹਿਲਾ ਦੇਖੋ ਤੁਹਾਡੀ ਵਾਈਬ ਜਿਹਨਾਂ ਮੈਰਿਜ ਕਰਨੀ ਹੈ ਉਹ ਤੁਹਾਨੂੰ ਤੁਹਾਡੇ ਤੁਹਾਨੂੰ ਸੋਹਣੀ ਲੱਗਦੀ ਹੈ ਬੰਦਾ ਸੋਹਣਾ ਲੱਗਦਾ ਹੈ ਕਿ ਨਹੀਂ ਅਗਰ ਤੁਹਾਨੂੰ ਔਰ ਠੀਕ ਲੱਗਦਾ ਉਸ ਤੋਂ ਬਾਅਦ ਦੇਖੋ ਸਪਿਰਚੁਅਲ ਹੈ ਅਗਰ ਉਹ ਸਪਿਰਚੁਅਲ ਨਹੀਂ ਹੈ ਤੁਸੀਂ ਲੀਵ ਕਰ ਸਕਦੇ ਹੋ ਪਰ ਕੋਰ ਸਪਿਰਚੁਅਲ ਹੈ ਦੈਟਸ ਇਟ ਪਹਿਲਾਂ ਸਪਿਰਚੁਅਲ ਦੇ ਨਾਮ ਦੇ ਉੱਤੇ ਸਿਲੈਕਟ ਕਰਕੇ ਬਾਅਦ ਦੇ ਵਿੱਚ ਫਿਰ ਦੂਜੀਆਂ ਕੁੜੀਆਂ ਨੂੰ ਦੇਖਣਾ ਇਹਨਾਂ ਚੰਗਾ ਪਹਿਲਾਂ ਹੀ ਸਹੀ ਰੱਖੋ ਆਮੇਨ ਤਾਰੀਫ ਕਰੋ ਸਭ ਜਨ ਔਰ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਐਕਸਾਈਟਮੈਂਟ ਬਣਾ ਕੇ ਰੱਖੋ ਹਾਂ ਬਹੁਤ ਇਹ ਬਹੁਤ ਜ਼ਰੂਰੀ ਪੁਆਇੰਟ ਬੋਰਿੰਗ ਨਾ ਕਰੋ ਬਿਲਕੁਲ ਲਾਈਫ ਨੂੰ ਉਹਦੇ ਲਈ ਕੀ ਹੈ ਕਿ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਇੰਜੋਏ ਕਰ ਸਕਦੇ ਹੋ ਆਪਣੀ ਮੈਰਿਡ ਲਾਈਫ ਨੂੰ ਕਿ ਹਸਬੈਂਡ ਦਾ ਅਗਰ ਸਪਿਰਚੁਅਲ ਬਰਥਡੇ ਆ ਗਿਆ ਹੈ ਤੁਸੀਂ ਉਹਨੂੰ ਸਰਪ੍ਰਾਈਜ਼ ਦੇ ਸਕਦੇ ਹੋ ਉਹਨੂੰ ਸੈਲੀਬ੍ਰੇਟ ਕਰ ਸਕਦੇ ਆ ਇੱਕ ਦੂਸਰੇ ਦੇ ਬਰਥਡੇਜ਼ ਨੂੰ ਤੁਸੀਂ ਸੈਲੀਬ੍ਰੇਟ ਕਰ ਸਕਦੇ ਆ ਫਿਜ਼ੀਕਲ ਬਰਥਡੇਜ਼ ਉਹਨਾਂ ਨੂੰ ਸੈਲੀਬ੍ਰੇਟ ਕਰ ਸਕਦੇ ਆ ਇਹ ਮੇਰੀ ਲਾਈਫ 'ਚ ਕਮੀਆਂ ਸੀ ਜਿਹੜੀਆਂ ਇਹਨੇ ਦੂਰ ਕੀਤੀਆਂ ਆ ਕੇ ਅਸੀਂ ਇੱਕ ਦੂਸਰੇ ਦੇ ਪੂਰਕ ਆ ਯਾਦ ਰੱਖੋ ਅਸੀਂ ਫਸੇ ਨਹੀਂ ਆ ਅਸੀਂ ਬLES ਹੋਏ ਆ ਮੈਰਿਜ ਫਸਣ ਲਈ ਨਹੀਂ ਅਗਰ ਜਿਹੜੇ ਲੋਕ ਮੈਨੂੰ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਫੋਲੋ ਕਰ ਰਹੇ ਹੋ ਕਿ ਇਹ ਮਿਨਿਸਟਰੀ ਦਾ ਹੁਣ 10 ਸਾਲ ਤੋਂ ਵੀ ਜ਼ਿਆਦਾ ਹੋ ਚੁੱਕਿਆ ਅਗਰ ਤੇ ਦੋ ਅਗਰ ਤੇ ਮੈਨੇ ਮੈਰਿਜ ਤੋਂ ਪਹਿਲਾਂ ਤੇ ਕੁਝ ਫੋਲੋ ਕਰ ਰਹੇ ਹੁੰਦੇ ਨੋਟਿਸ ਕੀਤਾ ਹੋਏਗਾ ਮੈਰਿਜ ਹੋਣ ਤੋਂ ਬਾਅਦ ਮਿਨਿਸਟਰੀ ਜ਼ਿਆਦਾ ਬLES ਹੈ। ਤੁਸੀਂ ਸਟੇਬਲ ਹੋ ਜਾਂਦੇ ਹੋ ਮੈਰਿਜ ਤੋਂ ਬਾਅਦ ਪਰ ਇੱਕ ਇਹੋ ਜੀ ਚੀਜ਼ ਹੈ ਕਿ ਹੁਣ ਤੁਸੀਂ ਕਹੋ ਜੀ ਨਾ ਜੀ ਅਸੀਂ ਗੱਡੀ ਨਹੀਂ ਲੈ ਕੇ ਦੇਣੀ ਮੁੰਡੇ ਦਾ ਐਕਸੀਡੈਂਟ ਹੋ ਜਾਊਗਾ। ਪ੍ਰੋਬਲਮ ਗੱਡੀ ਨਹੀਂ ਹੈ ਪ੍ਰੋਬਲਮ ਐਕਸੀਡੈਂਟ ਹੈ। ਐਕਸੀਡੈਂਟ ਤੋਂ ਕਿੱਦਾਂ ਬਚਾਣਾ ਅਸੀਂ ਉਹ ਦੇਖਣਾ ਆਪਾਂ। ਗੱਡੀ ਚ ਪ੍ਰੋਬਲਮ ਨਹੀਂ ਹੈ ਮੈਰਿਜ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਰਿਜ ਤੋਂ ਬਾਅਦ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਪ੍ਰੋਬਲਮ ਹallelujah ਘਰ ਦੇ ਵਿੱਚ ਪ੍ਰੀਚਰ ਨਹੀਂ ਬੰਨਾ ਸਮਝ ਆਈ ਕਿ ਨਹੀਂ ਹਾਂ ਦੱਸੋ ਦੱਸੋ ਆਪਣੇ ਪੜੋਸੀ ਨੂੰ ਬੋਲੋ ਘਰ ਚ ਪ੍ਰੀਚਰ ਨਹੀਂ ਬੰਨਾ ਚੰਗਾ ਬੰਦਾ ਬਨ ਬੀ ਅ ਗੁੱਡ ਹਸਬੈਂਡ ਬੀ ਅ ਗੁੱਡ ਵਾਈਫ ਗੁੱਡ ਵਾਈਫ ਬੋਲੋ 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 ਆਪਣੇ ਹਸਬੈਂਡ ਨੂੰ ਬੀ ਅ ਗੁੱਡ ਹਸਬੈਂਡ ਬੀ ਅ ਗੁੱਡ ਵਾਈਫ ਅਗਰ ਹਸਬੈਂਡ ਨਾਲ ਨਹੀਂ ਹੈ ਤੇ ਆਪਣੇ 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 ਨਾਲ ਦੇ ਬੰਦੇ ਨੂੰ ਬੋਲੋ कि अपनी पत्नी का चंगा पति बन पत्नी बोले अपने पति की चंकी पत्नी बन बोलो एक दूसरे को उच्च आवाजा पार्टनर तेजे साइड तो कटिया गया तो पिछले नहीं आओ ते पैरों से नहीं आओ सिर भी नहीं आओ ऐडी साइट से आओ मेरी साइड से हा मेहन वो तो नीचे नहीं है ਇਹ ਪ੍ਰਭੂ ਨੇ نیچے ਰੱਖਣਾ ਹੁੰਦਾ ਤੇ ਪੈਰਾਂ ਦੀ ਹੱਡੀ ਚ ਕੱਢਦਾ। ਤੇ ਸਿਰ ਚ ਨਹੀਂ ਹੈ, ਉੱਪਰ ਨਹੀਂ ਹੈ ਤਾਂ ਕਿ ਉਹ ਸਿਰ ਦੀ ਹੱਡੀ ਚ ਨਹੀਂ ਕੱਢਿਆ ਗਿਆ। ਤੁਹਾਡੀ ਸਾਈਡ ਦੀ ਹੱਡੀ ਚ ਕੱਢਿਆ ਗਿਆ। ਤੁਹਾਡੀ ਸਾਈਡ ਤੇ ਰਹਿਣ ਦੇ ਲਈ। ਤੁਹਾਨੂੰ ਹਮੇਸ਼ਾ ਦੱਸਣ ਦੇ ਲਈ। ਕੁਝ ਚੀਜ਼ਾਂ ਐਦਾ ਦੀਆਂ, ਕੁਝ ਬੰਦੇ ਐਦਾ ਦੇ ਆ ਤੁਸੀਂ ਕਦੀ ਪਹਿਚਾਨ ਨਹੀਂ ਸਕਦਾ। ਤੁਹਾਡੀ ਵਾਈਫ ਉਹਨੂੰ ਜ਼ਿਆਦਾ ਵਧੀਆ ਪਹਿਚਾਨਦੀ। ਤੇ ਵਾਈਫ ਵਧੀਆ ਤਾਂ ਪਹਿਚਾਣੇਗੀ ਜੇ ਤੁਸੀਂ ਨਹੀਂ ਚਾਹੁੰਦੇ ਕਿ ਵਾਈਫ ਗਲਤੀ ਕਰੇ। ਤੇ ਤੁਹਾਡੀ ਵਾਈਫ ਦੇ ਅੰਦਰ ਜੈਲਸੀ ਨਹੀਂ ਹੋਣੀ ਚਾਹੀਦੀ। ਉਹ ਜਲਦੀ ਉਦੋਂ ਖਤਮ ਹੋਏਗੀ ਜਦੋਂ ਰਲ ਕੇ ਤੁਸੀਂ ਪ੍ਰੇਅਰ ਕਰੋਗੇ ਮੇਕ ਸ਼ੂਰ ਤੁਹਾਨੂੰ ਇਹ ਬਤਾਉਵਾਂ ਤੇ ਦੀ ਵਾਈਫ ਕਿੰਨਾ ਪ੍ਰੇਅਰ ਕਰਦੀ ਹੈ ਤੁਹਾਨੂੰ ਇਹ ਬਤਾਉਵਾਂ ਤੇ ਤੁਹਾਡਾ ਹਸਬੰਡ ਕਿੰਨੀ ਪ੍ਰੇਅਰ ਕਰਦਾ ਸਵੇਰੇ ਉੱਠਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਪ੍ਰੇਅਰ ਕਰਨੀ ਹੈ ਇਹ ਲਗਾਤਾਰ ਵਚਨ ਕੁਝ ਦਿਨਾਂ ਤੋਂ ਚੱਲ ਰਿਹਾ ਚਰਚ ਦੇ ਵਿੱਚ ਪਹਿਲਾ ਸਥਾਨ ਪਰਮੇਸ਼ਵਰ ਨੂੰ ਦੇਣਾ ਪ੍ਰੇਅਰ ਦੇ ਵਿੱਚ ਰਹਿਣਾ ਤੁਹਾਡੀ ਵਾਈਫ ਦੀ ਪ੍ਰੇਅਰ ਤੁਹਾਨੂੰ ਪਤਾ ਹੋਣੀ ਚਾਹੀਦੀ ਉਹਦੇ ਰੋਜ਼ੇ ਪਤਾ ਹੋਣੇ ਚਾਹੀਦੇ ਤੁਹਾਡੇ ਹਸਬੰਡ ਦੀ ਪ੍ਰੇਅਰ ਤੇ ਰੋਜ਼ੇ ਤੁਹਾਡੀ ਵਾਈਫ ਨੂੰ ਪਤਾ ਹੋਣੇ ਚਾਹੀਦੇ ਜੇ ਤੁਹਾਡੀ ਵਾਈਫ ਬਿਮਾਰ ਹੈ ਤੁਹਾਡਾ ਹਸਬੰਡ ਬਿਮਾਰ ਹੈ ਉਹਨੂੰ ਕਦੀ ਵੀ ਤਾਨਾ ਨਾ ਮਾਰੋ ਐਸੀ ਐਦਾਂ ਦੇ ਕੇਸ ਆਏ ਕਿ ਹਸਬੰਡ ਨੇ ਛੱਡਿਆ ਨਹੀਂ ਵਾਈਫ ਨੂੰ ਕਿ ਬੇਬੀ ਨਹੀਂ ਸੀਗਾ 17 ਸਾਲ ਬਾਅਦ ਬੇਬੀ ਹੋਇਆ ਚਰਚ ਦੇ ਵਿੱਚ ਆ ਗਏ ਮੈਂ ਉਹਦੀ ਵਾਈਫ ਨੂੰ ਦੱਸਿਆ ਹੁਣ ਤੇਰਾ ਹਸਬੰਡ ਤੇ ਹਸਬੰਡ ਦੱਸਿਆ ਹੁਣ ਤੇਰੀ ਵਾਈਫ ਤੈਨੂੰ ਦੇਵਤਾ ਮੰਨੇਗੀ ਹਾਂ ਮਹਾਪੁਰਸ਼ ਹੀ ਮੰਨੇਗੀ ਤੈਨੂੰ ਤੈਨੂੰ ਸਵਰਗ ਦੂਤੀ ਮੰਨੇਗੀਓ ਆਮੀਨ ਕਿਉਂ ਕਿਉਂਕਿ ਤੂੰ ਇੱਕ ਐਸਾ ਟਾਈਮ ਸੀਗਾ ਜੋ ਤੂੰ ਇਹਨੂੰ ਛੱਡਿਆ ਨਹੀਂ ਜੋ ਤੂੰ ਛੱਡ ਸਕਦਾ ਸੀ ਤੇਰੀ ਵਾਈਫ ਨੂੰ ਇਹ ਗੱਲ ਪਤਾ ਹਾਲੇਲੂਇਆ ਕਿੰਨੇ ਮੇਰੀ ਗੱਲ ਸਮਝ ਰਹੇ ਆ ਇਸ ਗੱਲ ਨੂੰ ਸਾਨੂੰ ਧਿਆਨ ਦੇ ਨਾਲ ਸਮਝਣਾ ਪਏਗਾ ਕਿ ਜੇ ਅਸੀਂ ਸਕਸੈਸਫੁਲ ਹੋਣਾ ਤੇ ਉਹਦੇ ਫਾਰਮੂਲੇਜ਼ ਆ ਉਹ ਬਿਬਲੀਕਲ ਲਾਈਨਸ ਹੈ ਬਿਬਲੀਕਲ ਵਰਡਸ ਹੈ ਜੇ ਜਿਉ ਨੂੰ ਫੋਲੋ ਨਹੀਂ ਕਰਾਂਗੇ ਸਿਰਫ ਰੋਵਾਂਗੇ ਫਿਰ ਹੁਣ ਜੇ ਦੀ ਵਾਈਫ ਦੇ 17 ਸਾਲ ਬੇਬੀ ਨਾ ਹੋਇਆ ਹੋਵੇ ਚਰਚ ਆ ਕੇ ਉਹਦੇ ਬੇਬੀ ਹੋਇਆ ਉਹਦੇ ਇਮੇਜਿਨ ਕਰੋ ਫਿਰ ਕੀ ਹੋਏਗਾ ਉਸ ਵਾਈਫ ਦੇ ਲਈ ਉਹਦਾ ਹਸਬੰਡ ਹੀਰੋ ਰਹੇਗਾ ਹਮੇਸ਼ਾ ਉਹਨੇ ਪਰਖ ਲਿਆ ਉਹਨੂੰ ਜਦੋਂ ਤੁਹਾਡਾ ਪਾਰਟਨਰ ਥੋੜਾ ਡਾਊਨ ਜਾ ਰਿਹਾ ਹੋਏ ਉਹਨੂੰ ਕਦੇ ਵੀ ਕਮੈਂਟ ਨਾ ਕਰੋ ਕਦੇ ਵੀ ਸਤਾਉਣਾ ਹਮ ਤੂੰ ਕਿ ਹਸਪੀਟਲ ਚ ਤੁਰੀ ਰਹਿਣੀ ਆ ਨੋ ਨੈਵਰ ਕਿਉਂਕਿ ਉਹ ਗੱਲ ਉਹਨੂੰ ਸਦਾ ਲਈ ਯਾਦ ਰਹਿ ਜਾਣੀ ਤੁਹਾਡੀ ਤੁਹਾਡੀਆਂ 10 ਗੱਲਾਂ ਚੰਗੀਆਂ ਕੀਤੀਆਂ ਭੁੱਲ ਜਾਣੀਆਂ ਉਹਨੂੰ ਲਿਖਿਆ ਵਾਈਫ ਨਾਲ ਕਠੋਰਤਾ ਨਾ ਕਰੋ ਉਹਦੇ ਲਈ ਕਠੋਰ ਨਾ ਬਣੋ ਸੈਂਸਿਟਿਵ ਰੋ ਥੋੜੇ ਜਿ ਲੇਡੀਜ਼ ਨੂੰ ਨਹੀਂ ਪਤਾ ਤੁਹਾਡੇ ਦਿਲ ਚ ਕੀ ਹੈ ਤੁਹਾਡੇ ਮੂੰਹ ਤੇ ਕੀ ਆ ਉਹਨੂੰ ਇਹ ਪਤਾ ਲੱਗਦਾ ਹallelujah ਜ਼ੋਰ ਨਾਲ ਬੋਲੋ ਹallelujah ਹallelujah ਇੱਕ ਦੂਸਰੇ ਲਈ ਹੀਰੋ ਹੀਰੋਇਨ ਹੋ ਇੱਕ ਦੂਸਰੇ ਲਈ ਇੱਕ ਆਦਰਸ਼ ਬਣੋ ਇੱਕ ਦੂਸਰੇ ਦੀ ਜ਼ਰੂਰਤਾਂ ਪੂਰਾ ਕਰੋ ਇੱਕ ਦੂਸਰੇ ਦੇ ਅਧੀਨ ਰਹੋ ਇੱਕ ਦੂਸਰੇ ਦੀ ਮੈਂਟਲੀ ਸਪਿਰਚੁਅਲੀ ਫਿਜ਼ੀਕਲੀ ਹਰ ਚੀਜ਼ ਦਾ ਧਿਆਨ ਰੱਖੋ ਅਮੀਨ ਝੂਠ ਨਾ ਬੋਲੋ ਚੋਰੀ ਨਾ ਬੋਲੋ ਕੋਈ ਗੱਲ ਨਾ ਇੱਕ ਦੂਸਰੇ ਤੋਂ ਛਪਾਓ ਬਿਲਕੁਲ ਵੀ ਘਰ ਦੇ ਵਿੱਚ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖੋ ਕਿ ਜਦੋਂ ਤੁਹਾਡਾ ਹਸਬੰਡ ਆਵੇ ਤਾਂ ਉਹਦਾ ਅਸਲੀ ਜਿਹੜੀ ਰਿਲੈਕਸੇਸ਼ਨ ਉਹਨੂੰ ਘਰ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਬੈਡਰੂਮ ਦੇ ਵਿੱਚ ਉਹਨੂੰ ਫੀਲ ਹੋਵੇ ਨਾ ਕਿ ਉਹ ਆਪਣਾ ਕੰਮ ਕਰਨ ਤੋਂ ਬਾਅਦ ਆਪਣੇ ਫਰੈਂਡਸ ਦੇ ਨਾਲੋਂ ਬਾਹਰ ਪਾਰਟੀ ਕਰਨ ਜਾਏ ਜਾਂ ਬਾਹਰ ਟਾਈਮ ਸਪੈਂਡ ਕਰਕੇ ਆਏ ਉਹ ਕਿਉਂ ਉਹ ਕਿਉਂ ਜਾਏਗਾ ਬਾਹਰ ਜਦੋਂ ਤੁਸੀਂ ਆਪਣੇ ਕਾਰਜ ਨੂੰ ਪੀਸਫੁੱਲ ਮਾਹੌਲ ਨਹੀਂ ਦਿਓਗੇ ਉਹਨੂੰ ਪਤਾ ਕਿ ਬਾਹਰ ਮੈਂ ਚਿਕਚਿਕ ਕਰਕੇ ਆਇਆ ਸਾਰਾ ਦਿਨ ਸਿਰ ਖਪਾ ਕੇ ਆਇਆ ਤੇ ਘਰ ਜਾਊਗਾ ਤਾਂ ਡਬਲ ਸਿਰ ਇਹਨਾਂ ਜੰਗਾ ਘਰ ਫੋਨ ਕਰ ਦਿੰਦੇ ਆ ਕਿ ਕੋਈ ਨਹੀਂ ਮੈਂ ਰਾਤੀ ਰੋਟੀ ਬਾਹਰ ਹੀ ਖਾ ਕੇ ਆਉਂਗਾ ਤੇ ਦੋਸਤਾਂ ਵੱਲ ਭਜਦਾ ਫਿਰੋ ਫਿਰ ਦੋਸਤਾਂ ਵੱਲ ਜਾਂਦਾ ਉਹ ਦੋਸਤਾਂ ਨਾਲ ਖਾ ਪੀ ਕੇ ਇੰਜੋਏ ਕਰਕੇ ਘਰ ਆਉਂਦਾ ਫਿਰ ਕਿਉਂਕਿ ਵਾਈਫ ਉਹਦੀ ਇੰਨੀ ਏਬਲ ਨਹੀਂ ਹੈ ਕਿ ਉਹਨੂੰ ਰਿਲੈਕਸੇਸ਼ਨ ਦੇ ਸਕੇ ਹallelujah ਜਿਸ ਤਰ੍ਹਾਂ ਵਾਈਫ ਜਿਹੜੀ ਆ ਉਹ ਗੱਲਾਂ ਬੋਲਣਾ ਮੰਗਦੀ ਆ ਆਪਣੇ ਹਸਬੰਡ ਤੋਂ ਕਿ ਉਹ ਬੋਲ ਕੇ ਦੱਸੇ ਉਹਨੂੰ ਐਕਸਪ੍ਰੈਸ ਕਰੇ ਉਸੇ ਤਰ੍ਹਾਂ ਵਾਈਫ ਨੂੰ ਵੀ ਇਹ ਸਿਸਟਮ ਸਮਝਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਆ ਉਹਨਾਂ ਦੇ ਅੰਦਰ ਇੱਕ ਖਾਸੀਅਤ ਹੈ ਕਿ ਬੰਦੇ ਥੋੜੀ ਸਪੇਸ ਮੰਗਦੇ ਆ ਉਹ ਹਰ ਵੇਲੇ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ ਬੰਦੇ ਚਾਹੁੰਦੇ ਕਿ ਥੋੜੀ ਦੇਰ ਲਈ ਉਹਨੂੰ ਇਕੱਲਾ ਛੱਡਤਾ ਜਾਏ ਉਹਨਾਂ ਨੂੰ ਸਾਈਡ ਤੇ ਸਪੇਸ ਦਿੱਤੀ ਜਾਏ ਤਾਂ ਕਿ ਥੋੜਾ ਜਾਓ ਫ੍ਰੀ ਰਹਿ ਸਕਣ ਥੋੜਾ ਜਾ ਰਿਲੈਕਸ ਕਰ ਸਕਣ ਇਹ ਨਹੀਂ ਘਰ ਆਇਆ ਤੇ ਛੋਟੇ ਮੁੰਡੇ ਨੇ ਕੀ ਕੀਤਾ ਤੇ ਪਹਿਲਾਂ ਦੱਸਣਾ ਹੈ ਖੰਡ ਖਤਮ ਹੋ ਗਈ ਤੇ ਪਹਿਲਾਂ ਇਹ ਦੱਸਣਾ ਹੈ ਗਵਾਂਡੀ ਨੇ ਗਾਲ ਗੱਡੀ ਸੀ ਪਹਿਲਾਂ ਇਹ ਦੱਸਣਾ ਹੈ ਬਾਰੋਂ ਵੀ ਗਰਮ ਹੋ ਗਿਆ ਇਹਦੇ ਘਰ ਵੀ ਤੁਸੀਂ ਗਰਮ ਕਰ ਦਿਓ ਉਹਨੂੰ ਨੋ ਹਰ ਚੀਜ਼ ਦਾ ਟਾਈਮ ਹੈ ਹallelujah ਜ਼ੋਰ ਨਾਲ ਬੁਲੋ ਹallelujah ਹallelujah ਅਈਤੋਂ ਬਦਤੀ ਰਿਸਪੌਂਸਿਬਿਲਟੀ ਚੁੱਕੋਗੇ ਆਪਣੀ ਰੋਜ਼ ਗ੍ਰੀਟ ਕਰੋਗੇ ਸਵੇਰੇ ਮਾਰਨਿੰਗ ਇੱਕ ਦੂਸਰੇ ਨੂੰ ਹਾਂ ਐਈਦਰ ਰਾਤ ਨੂੰ 12 ਵਜੇ ਇੱਕ ਸੈਕਿੰਡ ਦੇ ਇੱਕ ਦੂਸਰੇ ਨੂੰ ਰੋਜ਼ ਗ੍ਰੀਟ ਕਰਦੇ ਆ ਤੇ ਸਵੇਰੇ ਵੱਖਰਾ ਕਰਦੇ ਆ ਤੁਸੀਂ ਇੱਕ ਟਾਈਮ ਕਰ ਸਕਦੇ ਹੋ ਦੋ ਟਾਈਮ ਵੀ ਕਰ ਸਕਦੇ ਹੋ ਤੇ ਤੁਸੀਂ ਸ਼ੁਰੂ ਕਰੋ ਬleso ਆਮੀਨ ਅਸੀਂ ਦੋ ਟਾਈਮ ਕਰਦੇ ਆ ਰਾਤ ਨੂੰ 12 ਵਜੇ 1 ਮਿੰਟ ਦੇ ਮੇਰੀ ਵਾਈਫ ਭੁੱਲਦੀ ਨਹੀਂ ਮੈਨੂੰ ਮੈਸੇਜ ਕਰਨਾ ਹੈਪੀ ਥਰਸਡੇ ਆ ਹੈਪੀ ਸੰਡੇ ਆ ਹੈਪੀ ਮਿਰੇਕਲਸ ਸੰਡੇ ਹਾਲੇਲੂਇਆ ਕਿਉਂਕਿ ਮੋਸਟਲੀ ਇਹ ਟਾਈਮ ਮੈਂ ਪ੍ਰੇਅਰ ਚੁਣਨਾ ਮੋਸਟਲੀ ਮੋਸਟਲੀ ਇਹ ਟਾਈਮ ਮੈਂ ਪ੍ਰੇਅਰ ਚੁਣਨਾ ਮੋਸਟਲੀ ਤੇ ਮੈਨੂੰ ਮੈਸੇਜ ਜ਼ਰੂਰ ਆਉਂਦਾ ਹੈ ਹਮੇਸ਼ਾ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਮਿਊਨੀਕੇਸ਼ਨ ਇੰਟੀਮੇਸੀ ਨਾ ਹੋਣ ਨਾਲ ਤਡੀ ਲਾਈਫ ਟੁੱਟਦੀ ਹੈ ਤੁਸੀਂ ਇੱਕ ਦੂਸਰੇ ਨਾਲ ਬੌਂਡ ਬਣਾ ਕੇ ਨਹੀਂ ਰੱਖ ਪਾਉਂਦੇ ਹੋ ਕਿਉਂਕਿ ਤੁਸੀਂ ਇੱਕ ਦਰਸ਼ਨ ਦੇ ਤਹਿਤ ਬੁਲਾਏ ਗਏ ਹੋ ਇੱਕ ਵਿਜ਼ਨ ਦੇ ਤਹਿਤ ਬੁਲਾਏ ਗਏ ਹੋ ਤੁਹਾਡੀ ਵਾਈਫ ਉਸ ਵਿਜ਼ਨ ਨੂੰ ਪੂਰਾ ਕਰਨ ਦੇ ਲਈ ਤੁਹਾਡਾ ਸਹਾਇਕ ਹੈ ਜਿਹੜਾ ਬੱਚਾ ਤੁਹਾਡੇ ਪੇਟ ਦੇ ਵਿੱਚ ਹੈ ਜਿਸ ਬੰਦੇ ਦੇ ਕਿਉਂਕਿ ਸਰੀਰਿਕ ਤੌਰ ਦੇ ਉੱਤੇ ਬੱਚਾ ਪੈਦਾ ਕਰਨ ਦੇ ਲਈ ਵਾਈਫ ਚੁਣੀ ਗਈ ਆਤਮਿਕ ਬੱਚਾ ਪੈਦਾ ਕਰਨ ਲਈ ਆਤਮਿਕ ਦਰਸ਼ਨ ਜਿਹੜਾ ਪੈਦਾ ਕਰਨ ਦੇ ਲਈ ਬੰਦਾ ਚੁਣਿਆ ਗਿਆ ਬੰਦੇ ਦਾ ਜਿਹੜਾ ਬੱਚਾ ਹੈ ਉਹ ਪੈਦਾ ਕਰਨ ਲਈ ਜਿਸ ਤਰ੍ਹਾਂ ਵਾਈਫ ਨੂੰ ਦਾਈ ਤੇ ਡਾਕਟਰ ਚਾਹੀਦੇ ਆ ਤੇ ਬੰਦੇ ਦੀ ਜਿਹੜੀ ਦਾਈ ਹੈ ਉਹਦੀ ਵਾਈਫ ਹੈ ਬਿਨਾ ਦਾਈ ਤੋਂ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ ਪਰ ਤੁਹਾਡੇ ਮਰਨ ਦੇ ਚਾਂਸ ਸਾਡੇ ਫਟਣ ਦੇ ਚਾਂਸ ਵੱਧ ਜਾਂਦੇ ਆ ਜਿਸ ਬੰਦੇ ਦੀ ਵਾਈਫ ਉਹਦੇ ਨਾਲ ਨਹੀਂ ਹੈ ਉਹ ਉਸ ਲੇਡੀ ਦੇ ਵਾਂਗ ਹੈ ਜਿਹੜੀ ਆਪਣੀ ਡਿਲੀਵਰੀ ਬਿਨਾ ਦਾਈ ਤੋਂ ਕਰ ਰਹੀ ਹੈ ਪਤਾ ਨਹੀਂ ਸাকਸੈਸਫੁਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਡੋਨਟ ਟੇਕ ਐਨੀ ਰਿਸਕ ਅਮੀਨ ਬਿੱਲੀਗ੍ਰਾਮ ਇੱਕ ਦਿਨ ਆਪਣੇ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਗੱਲ ਕਰ ਰਿਹਾ ਸੀਗਾ ਔਰ ਦੇਸ਼ ਦਾ ਪ੍ਰੈਜ਼ੀਡੈਂਟ ਉਹਦੇ ਨਾਲ ਗੱਲ ਕਰ ਰਿਹਾ ਦੇਸ਼ ਦਾ ਪ੍ਰੈਜ਼ੀਡੈਂਟ ਗੱਲ ਕਰਦੇ ਕਰਦੇ ਉਹਨੇ ਕਿਹਾ ਹਲੋ ਪ੍ਰੈਜ਼ੀਡੈਂਟ ਪਲੀਜ਼ ਹੋਲਡ ਡਾਊਨ ਕਿ ਇੱਕ ਮਿੰਟ ਦੇ ਲਈ ਹੋਲਡ ਡਾਊਨ ਕਰੋ ਮੇਰਾ ਬੱਚਾ ਮੇਰੇ ਕੋਲ ਆ ਰਿਹਾ ਹੈਗਾ ਉਹਨੇ ਪ੍ਰੈਜ਼ੀਡੈਂਟ ਦਾ ਫੋਨ ਥੱਲੇ ਰੱਖਤਾ ਆਪਣੇ ਬੱਚੇ ਦੇ ਲਈ ਤੇ ਉਹਦਾ ਬੱਚਾ ਉਹਨੇ ਕਹ ਰਿਹਾ ਡੈਡੀ ਮੇਰੀ ਉਹ ਉਹ ਨਾ ਉਹਦੀ ਉਹਦੇ ਖਿਡੌਣੇ ਚੋਂ ਟਾਇਰ ਨਿਕਲ ਗਿਆ ਸੀ ਤੇ ਉਹਨੇ ਉਹਦਾ ਖਿਡੌਣਾ ਫੜਿਆ ਉਹਦਾ ਟਾਇਰ ਫੜਿਆ ਟਾਇਰ ਵਿੱਚ ਪਾਇਆ ਦੇਵ ਨੂੰ ਦੇਤਾ ਤੇ ਫਿਰ ਫੋਨ ਚੁੱਕਿਆ ਕਹਿੰਦਾ ਯੈਸ ਮਿਸਟਰ ਪ੍ਰੈਜ਼ੀਡੈਂਟ ਅੱਜ ਉਹਦੇ ਬੱਚੇ 99 ਸਾਲ ਦਾ ਹੋ ਕੇ ਪ੍ਰਭੂ ਜੀ ਗਿਆ ਹੋ ਮਤਲਬ ਉਹਨੇ ਉਮਰ ਦੇਖੀ ਨਹੀਂ ਉਹਨੇ ਉਮਰ ਮਤਲਬ ਉਹ ਗਈ ਭੋਗੀ ਨਹੀਂ ਮਤਲਬ ਅੱਗੇ ਚਲਾ ਗਿਆ ਵਾਲਾ ਹੀ ਬੰਦਾ ਹੋ ਉਹਦਾ ਬੇਟਾ ਅੱਜ 65 68 ਸਾਲ ਦਾ ਪ੍ਰਚਾਰਕ ਹੈ ਉਹਦਾ ਪੋਤਾ ਪ੍ਰਚਾਰਕ ਹੈ ਉਹਦਾ ਪਰਪੋਤਾ ਓ ਤੁਸੀਂ ਪ੍ਰਚਾਰਕੋ ਵਧੀਆ ਪ੍ਰਚਾਰਕੋ ਬਹੁਤ ਸ਼ਾਨਦਾਰ ਸਮਰਥੀ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਪੜਾਉਣਾ ਚਾਹੁੰਦੇ ਹੋ ਇੱਕ ਅਨੋਇੰਟਡ ਬੰਦੇ ਨੂੰ ਅਨੋਇੰਟਡ ਪਾਸਟਰ ਆਪਣੇ ਬੱਚਿਆਂ ਨੂੰ ਕਿੱਥੇ ਲੈ ਗਿਆ ਕਿਸ ਨੇ ਪੁੱਛਿਆ ਕਹਿੰਦਾ ਯਾਰ ਉਹਦੀ ਕੁੜੀ ਨੂੰ ਪਤਾ ਨਹੀਂ ਮੁੰਡੇ ਨੂੰ ਕਹਿੰਦਾ ਤੇਰੇ ਤੇਰੇ ਡੈਡੀ ਕਹਿੰਦਾ ਜ਼ਬਰਦਸਤ ਬੰਦਾ ਹੈ ਪ੍ਰਭੂ ਦਾ ਹੈ ਜਬਰਦਸਤ ਪ੍ਰਚਾਰਕ ਕਹਿੰਦਾ ਕੌਣ ਕਹਿੰਦਾ ਆ ਤੇਰੇ ਡੈਡੀ ਕਹਿੰਦਾ ਮੈਂ ਨਹੀਂ ਜਾਣਦਾ ਇਹਨਾਂ ਨੂੰ ਕਹਿੰਦਾ ਮੈਂ ਨਹੀਂ ਜਾਣਦਾ ਇਹ ਪ੍ਰਭੂ ਦਾ ਜਬਰਦਸਤ ਪ੍ਰਚਾਰਕ ਕਿਉਂ ਕਿ ਉਸ ਬੱਚੇ ਨੇ ਕਦੀ ਆਪਣੇ ਫਾਦਰ ਨੂੰ ਦੇਖਿਆ ਹੀ ਨਹੀਂ ਸੂਰੇ ਫਾਦਰ ਕਿੱਥੇ ਹੈ ਮੀਟਿੰਗ ਤੇ ਸ਼ਾਮੀ ਕਿੱਥੇ ਹੈ ਮੀਟਿੰਗ ਤੇ ਸੂਰੇ ਕਿੱਥੇ ਚਰਚ ਸ਼ਾਮੀ ਕਿੱਥੇ ਹੈ ਚਰਚ ਸੂਰੇ ਕਿੱਥੇ ਹੈ ਬਿਜ਼ਨਸ ਤੇ ਸ਼ਾਮੀ ਕਿੱਥੇ ਹੈ ਮੀਟਿੰਗ ਤੇ ਸੂਰੇ ਕਿੱਥੇ ਹੈ ਜੀ ਫਲਾਣੀ ਜਗ੍ਹਾ ਅੱਜ ਕਿੱਥੇ ਜੀ ਇਤੇ ਪੈਸੇ ਕਮਾਉਣ ਚ ਬਿਜ਼ੀ ਵੱਡੇ ਜਦੋਂ ਬੱਚੇ ਹੋ ਜਾਂਦੇ ਪਹਿਚਾਨਦੇ ਨਹੀਂ ਤੁਹਾਨੂੰ ਤੇ ਜਦੋਂ ਮਨ ਡਰ ਲੈਂਦਾ ਨੂੰ ਅੰਕਲ ਨਾ ਗੈਦਨ ਤੜਿਆ ਨਹੀਂ ਆਣੇ ਹਾਂ ਜਿੰਨਾ ਘਟ ਜਾਂਦੇ ਹੋ ਘਰ ਤੇ ਬਿਲੀਗ੍ਰਾਮ ਅੱਜ ਉਹਦੇ ਬੱਚੇ ਪ੍ਰਚਾਰਕ ਇਸ ਲਈ ਹੈ ਕਿਉਂਕਿ ਉਹਨੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਸਥਾਨ ਦਿੱਤਾ ਆਪਣੀ ਲਾਈਫ 'ਚ ਆਮੀਨ ਜਿਹੜਾ ਵਿਜ਼ਨ ਪ੍ਰਭੂ ਨੇ ਤੁਹਾਨੂੰ ਦਿੱਤਾ ਜਾ ਦੇਗਾ ਯਾ ਅੱਗੇ ਲੈ ਕੇ ਜਾਏਗਾ ਫਿਊਚਰ ਤੈਨੂੰ ਬLES ਕਰੇਗਾ ਫਾਈਨੈਂਸ਼ਲੀ ਅਗਰ ਅੱਜ ਨਹੀਂ ਹੋ ਤੇ ਕੱਲੋਂ ਕਰੇਗਾ ਅੱਜ ਰਸਤੇ ਨਹੀਂ ਖੁੱਲਦੇ ਕੱਲ ਖੁੱਲਣਗੇ ਪਰ ਉਹ ਦਰਸ਼ਨ ਸੰਭਾਲ ਕੇ ਕਿਵੇਂ ਰੱਖਿਆ ਜਾਏਗਾ ਜੇ ਤੁਹਾਡੀ ਫੈਮਲੀ ਤੁਹਾਡੇ ਨਾਲ ਨਹੀਂ ਹੋਏਗੀ ਤਾਂ ਯਾ ਫੇ ਕੱਲੇ ਸਕਸੈਸਫੁਲ ਹੋ ਜਾਓ ਤੇ ਸਕਸੈਸਫੁਲ ਹੋ ਕੇ ਕੱਲੇ ਮਰ ਜਾਓ ਤੇ ਯਾ ਤੇ ਆਪਣੀ ਫੈਮਲੀ ਨੂੰ ਨਾਲ ਲੈ ਕੇ ਚੱਲੋ ਔਰ ਔਰ ਲਿਗੇਸੀ ਨੂੰ ਵੰਸ਼ ਤੇ ਵੰਸ਼ ਲੈ ਕੇ ਚੱਲੋ ਪ੍ਰਭੂ ਨੇ ਵੰਸ਼ ਲਈ ਚੁਣਿਆ ਸਾਨੂੰ ਉਹਨੇ ਵੰਸ਼ ਲਈ ਚੁਣਿਆ ਸਾਨੂੰ ਉਹਨੇ ਮੈਨੂੰ ਕੱਲੇ ਨੂੰ ਸਕਸੈਸਫੁਲ ਹੋਣ ਲਈ ਚੁਣਿਆ ਉਨੇ ਮੇਰੇ ਜਨਰੇਸ਼ਨਸ ਨੂੰ ਮੇਰੀਆਂ 7 ਜਨਰੇਸ਼ਨ ਮੇਰੀਆਂ 70 ਜਨਰੇਸ਼ਨ ਨੂੰ ਚੁਣਿਆ ਉਹਨੇ ਕੰਮ ਕਰਨ ਦੇ ਲਈ ਜਿੰਦਾ ਦੀ ਮਿਹਨਤ ਮੈਂ ਕਰ ਰਿਹਾ ਮੈਨੂੰ ਪਤਾ ਹੈ ਕਿ ਇਕੱਲੇ ਮੇਰੇ ਲਈ ਨਹੀਂ ਹੈ ਮੈਨੂੰ ਪਤਾ ਹੈ ਇਸ ਚੀਜ਼ ਦਾ ਮੈਂ ਹੋਲੀ ਸਪਿਰਟ ਕੋ ਪੁੱਛਦਾ ਹਾਂ بار بار ਕਿ ਟੂ ਮੱਚ ਥਿਸ ਇਜ਼ ਟੂ ਮੱਚ ਇਹ ਬਹੁਤ ਜ਼ਿਆਦਾ ਮਿਹਨਤ ਹੈ ਪ੍ਰਭੂ ਪ੍ਰਭੂ ਕਹਿੰਦਾ ਡੋਨਟ ਵਰੀ ਇਹ ਤੇਰੇ ਲਈ ਨਹੀਂ ਤੇਰੇ ਜਨਰੇਸ਼ਨਸ ਦੇ ਲਈ ਹੈ ਤੇਰੇ ਬੱਚੇ ਪੜਪੋਤਿਆਂ ਦੇ ਲਈ ਹੈ ਮੈਂ ਤੁਹਾਨੂੰ ਦੱਸ ਰਿਹਾ ਅੱਜ ਆਮੇਨ ਅੱਜ ਅਗਰਸੀ ਆਪਣੀ ਵਾਈਫ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਰਿਹਾ ਆਪਣੀ ਫੈਮਲੀ ਦੀ ਕੇਅਰ ਨਹੀਂ ਕਰ ਰਿਹਾ ਸੀ ਕਿੱਥੇ ਪਹੁੰਚਾਂਗੇ ਕੱਲ ਨੂੰ ਇੱਕ ਫੈਮਲੀ 'ਚ ਇੱਕ ਵਾਈਫ ਨੂੰ ਪਥਰੀ ਹੁਣ ਉਹ ਕੀ ਕਰੇਗਾ ਬੰਦਾ ਬੰਦਾ ਕੋਈ ਧਿਆਨ ਨਹੀਂ ਦੇ ਰਿਹਾ ਸੋਚੋ ਉਹੀ ਪਥਰੀ ਜੇਕਰ ਹੋਰ ਬਿਮਾਰੀਆਂ ਪੈਦਾ ਕਰੇਗੀ ਵਾਈਫ ਦੀ ਲਾਈਫ ਦੇ ਵਿੱਚ ਤੇ ਕੀ ਹੋਊਗਾ ਤੁਹਾਡੇ ਬੱਚਿਆਂ ਦਾ ਤੇ ਉਹ ਉਹ ਹਸਬੰਡ ਨੂੰ ਪਤਾ ਹੈ ਕਿ ਅੱਜ ਕੱਲ ਪਾਣੀ ਗੰਦਾ ਹੈ ਤੇ ਪਾਣੀ ਸਾਫ ਕਰਨ ਲਈ ਘਰ 'ਚ ਫਿਲਟਰ ਲਵਾ ਦੇਵੇ ਉਹਨੇ ਨਹੀਂ ਲਵਾ ਕੇ ਦੇਣਾ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ ਐ ਇਹ ਵੱਡੀਆਂ ਵੱਡੀਆਂ ਗੱਲਾਂ ਟੀਮ ਤੁਹਾਨੂੰ ਦੱਸ ਰਿਹਾ ਤੁਹਾਡੀ ਵਾਈਫ ਦੀ ਉਮਰ ਅਗਰ ਲੰਬੀ ਐ ਤੁਸੀਂ ਬLES ਹੋ ਹਸਬੰਡ ਦੀ ਉਮਰ ਅਗਰ ਲੰਬੀ ਐ ਤੇ ਤੁਸੀਂ ਬLES ਹੋ ਅੱਜ ਅੱਜ ਤੇ ਪਰਿਵਾਰ ਹੈਗੇ ਕੀ ਹਸਬੰਡ ਨੂੰ ਸ਼ੂਗਰ ਐ ਪਰ ਵਾਈਫ ਕੀ ਕਰ ਰਹੀ ਕੁਝ ਨਹੀਂ ਹਾਂ ਇਹਨਾਂ ਨੂੰ 슈ਗਰ ਐ ਬਸ ਹਾਂ 슈ਗਰ 300 ਆਜ ਬਈ ਮਾਂ ਤੂੰ ਕੀ ਕੀਤਾ ਤੇ ਮਾਤਾ ਜੀ ਤੁਸੀਂ ਕੀ ਕੀਤਾ ਅੱਜ ਧੀ ਕਰ ਲਈਦਾ ਜੂਸ ਪਿਆਓ ਆਪਣੇ ਹਸਬੰਡ ਨੂੰ ਐਕਸਰਸਾਈਜ਼ ਕਰਨ ਲਈ ਉਠਾਓ ਨਹੀਂ ਜੀ ਡਾਂਟਦੇ ਅੱਛਾ ਜਦੋਂ ਇਹ ਬੰਦਾ ਮਰ ਜਾਏਗਾ ਫਿਰ ਤੂੰ ਕੀ ਕਰੇਂਗੀ ਤੇ ਅੱਜ ਤੈਨੂੰ ਕਰਨਾ ਪਏਗਾ ਤੈਨੂੰ ਉਠਾਣਾ ਪਏਗਾ ਤੈਨੂੰ ਥੋੜਾ ਫਾਈਟ ਕਰਨੀ ਪਏਗੀ ਜਿੱਥੇ ਪਰਮੇਸ਼ਵਰ ਤੁਹਾਡੇ ਨੂੰ ਫਾਈਟ ਲਈ ਭੇਜੇ ਉਥੇ ਫਿਰ ਤੁਸੀਂ ਪੀਸ ਐਕਸਪੈਕਟ ਨਾ ਕਰੋ ਅਮੀਨ ਉਥੇ ਫਾਈਟ ਕਰਨ ਦਾ ਟਾਈਮ ਹੈ ਪ੍ਰੋਟੈਕਟ ਕਰਨ ਦਾ ਟਾਈਮ ਹੈ ਜਦੋਂ ਤੁਸੀਂ ਇੱਕ ਦੂਸਰੇ ਦੇ ਪੂਰਕ ਹੋ ਤੁਸੀਂ ਇੱਕ ਦੂਸਰੇ ਦੇ ਤੁਹਾਡੇ ਬੱਚੇ ਤੁਹਾਡੇ ਚ ਆਦਰਸ਼ ਪਤੀ ਆਦਰਸ਼ ਪਤਨੀ ਦੇਖਣ ਅਮੀਨ ਜਨਾ ਲੰਬਾ ਬlesing ਉਨ੍ਹੀ ਵੱਡੀ ਮੈਂ ਵਿਜ਼ਨ ਦੇਖ ਰਿਹਾ ਹੱਲੇ ਵੀ ਜਿਹੜੇ ਸੰਗਲ ਆ ਜਿਹੜੇ ਬੰਧਨ ਆ ਟੁੱਟਦੇ ਪਏ ਤੁਹਾਡੀ ਲਾਈਫ ਤੋਂ ਮੈਂ ਵਿਜ਼ਨ ਦੇਖ ਰਿਹਾ ਇਸ ਟਾਈਮ ਮੈਂ ਪ੍ਰੋਫੈਟਿਕਲੀ ਤੁਹਾਨੂੰ ਦੱਸ ਰਿਹਾ ਇਹ ਚੀਜ਼ਾਂ ਇਹ ਚੀਜ਼ਾਂ ਸੁਣੋ ਇਹ ਜਗ੍ਹਾ ਦਾ ਸੈਮੀਨਾਰ ਜਿਹੜਾ ਹੈ ਇਹ ਟੀਚਿੰਗ ਨਹੀਂ ਹੈ ਇਹ ਕੋ ਟੀਚਿੰਗ ਨਹੀਂ ਹੈ ਕਿ ਟੀਚਿੰਗ ਦਨੁੰਦੇ ਨੇ ਨੋ ਇਹ ਵਰਡ ਆਫ ਗੋਡ ਹੈ ਇਹ ਐਨੋਇੰਟਡ ਵਰਡ ਹੈ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਬਾਈਬਲ ਚੋਂ ਇੱਕ ਇੱਕ ਵਰਸ ਦੇ ਹਿਸਾਬ ਨਾਲ ਲਾਈਫ ਸੇਮ ਨਹੀਂ ਰਹੇਗੀ ਤੁਹਾਡੀ ਅਮੀਨ ਮੇਰੇ টিম ਮੈਂਬਰਸ ਜਨਨਾ ਕੇਵਰ ਨੋ ਜਾਓ ਡਰੈਸ ਕਰੋ ਇੱਕ ਦਿਨ ਦੋ ਦਿਨ ਜਾਓ ਆਪਣੀ ਫੈਮਿਲੀ ਚ ਜਾਓ ਕੁਮਾ ਕੇ ਲੈ ਕੇ ਆਓ ਆਪਣੀ ਵਾਈਫ ਨੂੰ ਜਾਓ ਸਪਿਰਚੁਅਲਿਟੀ ਦੇ ਨਾਮ ਦੇ ਉੱਤੇ ਪਰਮੇਸ਼ਵਰ ਨੂੰ ਬਦਨਾਮ ਨਾ ਕਰੋ ਆਪਣੀ ਫੈਮਿਲੀ ਦੇ ਵਿੱਚ ਪਰਮੇਸ਼ਵਰ ਦਾ ਨਾਮ ਲੈ ਕੇ ਤੇ ਸ਼ੈਤਾਨ ਦਾ ਕੰਮ ਨਾ ਕਰੋ ਆਪਣੀ ਫੈਮਿਲੀ ਦੇ ਵਿੱਚ ਬੀ ਅ ਗੁੱਡ ਹਸਬੈਂਡ ਬੀ ਅ ਗੁੱਡ ਵਾਈਫ ਤੁਹਾਨੂੰ ਮਸਾ ਕਰਦੇ ਆ ਅਸੀਂ ਅੱਜ ਤੁਹਾਨੂੰ ਅਨੋਇੰਟ ਕਰਦੇ ਆ ਅਗਰ ਆਮਨ ਉੱਚਾ ਚਰਚ ਅਗਰ ਇੱਕ ਚ ਕਮੀ ਹੈ ਤੇ ਦੂਸਰਾ ਬੰਦਾ ਉਹਨੂੰ ਵਾਰ-ਵਾਰ ਦਹਿਰੇ ਤੇ ਰਿਚ ਆ ਕਮੀ ਦੇ ਰਿਚ ਆ ਕਮੀ ਹੈ ਵਿਚਾਰਦਾ ਉਹ ਲੇਡੀ ਦਾ ਕੰਫੀਡੈਂਸੀ ਫਿਨਿਸ਼ ਹੋ ਗਿਆ ਬੰਦੇ ਦਾ ਕੰਫੀਡੈਂਸੀ ਖਤਮ ਕਰਤਾ ਫਿਰ ਕਹਿ ਰਹੇ ਜੀ ਸਾਡੀ ਲਾਈਵ ਚ ਫਲ ਆਏ ਕਿਦਾਂ ਫਲ ਆਏਗਾ ਇੱਕ ਦੂਸਰੇ ਨੂੰ ਉੱਚਾ ਕਰੋਗੇ ਤੁਸੀਂ ਆਪ ਉੱਚੇ ਹੋਵੋਗੇ ਜਿਸ ਥੇਰੇ ਮੈਂ ਉੱਚਾ ਕਰਾਂਗਾ ਮੇਰਾ ਮੇਰੀ ਛਾਤੀ ਵੀ ਉੱਚੀ ਹੋਰੀ ਨਾਲ ਜਿਵੇਂ ਛਾਤੀ ਉੱਚੀ ਕਰ ਰਹਾ ਤੇ ਮੇਰਾ ਸਿਰ ਵੀ ਉੱਚਾ ਹੋ ਰਿਆ ਨਾਲ ਤੁਸੀਂ ਐਦਾਂ ਬੰਨੇ ਹੋਏ ਹੋ ਇੱਕ ਦੂਸਰੇ ਦੇ ਨਾਲ ਹਲੇਲੂਇਆ ਕਿੰਨੇ ਮੇਰੀ ਗੱਲ ਸਮਝ ਰਹੇ ਐਸੇ ਸਬੂਤ ਦੇ ਰਹੇ ਆਇਦੋਬਾਦ ਤੁਸੀਂ ਚਾਹੇ ਤੜੀਓ ਤੜੇ ਕੋ 10000 ਰੁਪਏ ਕਿਉਂ ਨਹੀਂ ਹੈ ਪਰ ਤੁਸੀਂ ਮਾਰਕੀਟ ਚ ਜਾ ਕੇ ਆਪਣੀ ਵਾਈਫ ਨੂੰ ਵਧੀਆ ਸ਼ਾਪਿੰਗ ਕਰਾ ਸਕਦੇ ਹੋ ਚਾਹੇ ਉਹ ਵਧੀਆ 500 ਚ ਕਿਉਂ ਨਾ ਖਤਮ ਹੋ ਜਾਏ ਤੇਰੀ ਵਾਈਫ ਤੁਹਾਡੇ ਪੈਸੇ ਨੂੰ ਨਹੀਂ ਦੇਖਦੀ ਤੁਹਾਡੇ ਦਿਲ ਨੂੰ ਦੇਖਦੀ ਹੈ ਕਿ ਇਹ ਬੰਦਾ ਕੰਜੂਸ ਹੈ ਕਿ ਵਾਕਈ ਮੇਰਾ ਪਿਆਰ ਕਰਦਾ ਹੈ ਕਿ ਨਹੀਂ ਕਰਦਾ ਆਮੀਨ ਪਰ ਜੇ ਤੁਸੀਂ 1 ਲੱਖ ਰੁਪਏ ਕਮਾਉਂਦੇ ਹੋ ਔਰ ਤੁਸੀਂ ਸਿਰਫ 500 ਤੇ ਖਤਮ ਕਰਦੇ ਹੋ ਤਾਂ ਉਹਨੂੰ ਕਈ ਵਾਰ ਪੈਸੇ ਨਾਲ ਨਹੀਂ ਹੁੰਦਾ ਜਾਂ ਸੂਟਾਂ ਦੇ ਨਾਲ ਨਹੀਂ ਹੁੰਦਾ ਪਰ ਤੁਹਾਡੇ ਦਿਲ ਦੀ ਸਮਝ ਆ ਜਾਂਦੀ ਜਿਸ ਤਰ੍ਹਾਂ ਪਰਮੇਸ਼ਵਰ ਅਸੀਂ ਥੋੜਾ ਬੋਨੇ ਤੇ ਪਰਮੇਸ਼ਵਰ ਦਾ ਕੋਈ ਨੁਕਸਾਨ ਨਹੀਂ ਹੈ ਪਰ ਪਰਮੇਸ਼ਵਰ ਨੂੰ ਇਹ ਸਮਝ ਆ ਜਾਂਦੀ ਕਿ ਇਹ ਬੰਦਾ ਕੰਜੂਸ ਹੈ ਔਰ ਕੰਜੂਸਾਂ ਤੇ ਕਦੀ ਆਤਮਾ ਨਹੀਂ ਉਤਰਦਾ ਕੰਜੂਸ ਕਦੀ ਰੱਬ ਦਾ ਕੰਮ ਨਹੀਂ ਕਰਦੇ ਕਦੀ ਰਸਤੇ ਨਹੀਂ ਖੁੱਲਦੇ ਉਹਨਾਂ ਦੇ कंजूस हमेशा शराप अट्रैक्ट करते अपने लोगों वाल अपने वाल अपने परिवार वाल हाले लोही तो यार हो प्रथम स्थान देने दे वाइफ नस्बेंड अपने परिवार को प्रथम स्थान देने दे अपने आपू मेनटेन करने दूसरे का स्पिरिचुअली ध्यान रखी ब्लैस हो अ परमेश्वर के नाम अपने हथा उठा बोलो थैंक यू चीजस उची आवाज खिलाफ अपने हाथों बोलो परमेश्वर जिन्या अंधकार दिया शक्तियां परमेश्वर योजना के खिलाफ है मेरी मैरिड लाइफ के फायर उतरे

Holy Ghost fire! Put the devil out! Out! Release the fire! Out the devil! Out the married life! Out the married life! Out the life! In the name of Jesus! Out! 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 Cut up the life that you should have done. ਆਊਟ ਬਲੱਟੇ ਵੱਲ ਪਾਰਾ ਜਾ ਆਊਟ ਕੱਟੇ ਪਾਰੂ ਜੇਵਾਸ ਦੇ ਵਿੱਚ ਆਊਟ ਨਿਕਾਲੋ ਨ ਪਰਮੇਸ਼ਰ ਦੇ ਨਾਮ ਦੇ ਵਿੱਚ ਨਿਕਲੋ ਨਿਕਲੋ ਨਿਕਾਲੋ ਜੇਵਾਸ ਦੇ ਵਿੱਚ ਫੋਲਿਕਸ ਪਿਆ Holy Ghost fire Holy Ghost fire Yes release fire I release fire upon my married life my husband my wife I release fire I release fire ਮੈਂ ਤੁਹਾਨੂੰ ਛੂਨਾ ਪਰਮੇਸ਼ੂ ਦੇ ਨਾਮ ਦੇ ਵਿੱਚ ਆਮੀਨ ਚਾ ਬlesing ਉੱਚੀ ਚਰਚ ਮੈਂਗਾ ਆਮੀਨ ਚਾ ਬlesing ਉੱਚੀ ਚਰਚ ਮੈਂਗਾ ਆਮੀਨ ਚਾ ਬlesing ਉੱਚੀ ਮੈਦਰੀ ਲਾਈਵ ਦੇ ਮੈਰਿਜ ਦੇ ਸਭ ਕਰਜ਼ ਖਤਮ ਕਰਦਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਲੇਟ ਮੈਰਿਜ ਦੇ ਕਰਜ਼ ਖਤਮ ਹੋਣ ਦੀ ਲਾਈਵ ਦੇ ਉੱਤੇ ਮੈਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਜਿਹਨਾਂ ਦੇ ਰਿਸ਼ਤੇ ਹੋ ਚੁੱਕੇ ਤੈਨੂੰ ਕਮਾਂਡ ਕਰਦਾ ਹੋਇਆ ਡਿਕਲੇਰੇਸ਼ਨ ਕਰਦਾ ਹੋਇਆ ਇਸ ਗੱਲ ਦੀ ਕੋਸ਼ਣਾ ਕਰਦਾ ਸਪੀਡ ਤੁਹਾਡੀ ਜ਼ਿੰਦਗੀਆਂ 'ਚ ਐਂਟਰ ਕਰੇਗੀ ਪੀਸ ਤੁਹਾਡੀ ਜ਼ਿੰਦਗੀਆਂ 'ਚ ਐਂਟਰ ਕਰੇਗਾ ਅਗਰ ਆਮਿਨ ਉੱਚੇ मैरिड लाइफ तो बंधन टूट रहे हैं बहुत सारी लेडीज तो ये फ्री हो रहे हो मेंटली स्ट्रेस तो मेंटली प्रॉब्लम तो, स्ट्रेस मैं शोध आत्मा तो टाइम और आजाद कर रहे अपने उठा हाँ बोलो थैंक यू जीसस ऊंची आवाज थैंक यू जीसस ऊंची आवाज थैंक यू जीसस ऊंची आवाज थैंक थैंक यू जीसस thank you jesus aidavachan meri zindagi sogna phal leke aaye manga 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 utchi awaz de vich utchi 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 awaz de vich apni hathan nu uthao ee prabhu de hathan ch main no tenu sopta ha blessing release karda ha bandeya di life te finance di blessing ਲੇਡੀਜ਼ ਦੀ ਲਾਈਫ ਦੇ ਉਤੇ ਹੀਲਿੰਗ ਦੀ ਬlesing ਮੈਂ ਰਿਲੀਜ਼ ਕਰਦਾ ਹਾਂ ਮੈਂ ਤੁਹਾਨੂੰ ਆਸ਼ੀਸ਼ਿਤ ਕੋਸ਼ਿਸ਼ਿਤ ਕਰਦਾ ਹਾਂ ਅੱਜ ਤੋਂ ਬਾਅਦ ਤੁਸੀਂ ਇੱਕ ਮਨ ਹੋ ਕੇ ਆਪਣੇ ਪਰਿਵਾਰ ਨਾਲ ਚੱਲ ਪਾਓਗੇ ਅੰਤਕਾਰਤਿਆ ਸ਼ਕਤੀ ਨੂੰ ਵਿਸ਼ਰਾਪਿਤ ਕਰਦਾ ਹਾਂ ਮੈਂ ਯਿਸੂ ਮਸੀਹ ਦੇ ਨਾਮ ਦੇਵਤ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪਦਾ ਹੋਇਆ ਤੁਹਾਡੀ ਜ਼ਿੰਦਗੀਾਂ 'ਚ ਬਰਕਤ ਦੀ ਕੋਸ਼ਨਾ ਕਰਦਾ ਹਾਂ